ਕਿਹਨੂੰ ਲੈ ਕੇ ਆਏ ਤੁਸੀਂ? ਮੁੰਡੇ ਲੈ ਕੇ। ਕਿਵੇਂ, ਕੋਈ ਫਰਕ ਪਿਆ ਬੇਟੇ ਨੂੰ? ਫਰਕ ਜਿੱਦਾਂ ਬਿਮਾਰ ਹੋ ਜਾਂਦਾ ਨਾ, ਉਦੋਂ ਕਹਿੰਦਾ ਮੈਂ ਨਹੀਂ ਹੁੰਦਾ, ਪਰ ਬੋਲਦਾ ਬਹੁਤ। ਹਾਂ ਨਹੀਂ, ਮਤਲਬ ਦਵਾਈ ਖਾਣ ਤੋਂ ਬਾਅਦ ਕੋਈ 2% 1 ਪੈਸਾ ਰੁਪਈਏ ਚੋਂ ਦਵਾਈ ਖਾਣ ਤੋਂ ਬਾਅਦ ਹੈ ਨਾ, ਫੇਰ ਤਾਂ ਨਹੀਂ ਹੋਇਆ ਬਿਮਾਰ। ਨਹੀਂ ਬੇਬੇ, ਜਿੱਦਣ ਤੋਂ ਤੁਸੀਂ ਦਵਾਈ ਲੈਣ ਲੱਗੇ ਹੋ, ਰੁਪਈਏ ਚੋਂ ਕੋਈ ਕਿੰਨਾ ਫਰਕ ਪੈ ਲਾ ਤੁਹਾਨੂੰ? ਹੈਗਾ ਫਰਕ ਤਾਂ, ਗੁੱਸਾ ਬਹੁਤ ਆਉਂਦਾ। ਪਹਿਲਾਂ ਨਹੀਂ ਸੀ ਆਉਂਦਾ? ਹਾਂਜੀ, ਉਹੀ ਤਾਂ ਉਹੀ ਮੈਂ ਬੇਬੇ ਪੁੱਛਦਾ। ਦੇਖੋ, ਤਿੰਨ ਕਿੰਨੇ ਸਾਲਾਂ ਤੋਂ ਬਿਮਾਰ ਆ? ਬਿਮਾਰ ਤਾਂ ਬਹੁਤ ਚਿਰ। ਕਿੰਨੇ ਸਾਲ ਹੋ ਗਏ ਨੇ ਮਾਂ? ਘੱਟੋ ਘੱਟ 18-19 ਸਾਲ। ਕਿੰਨੀ ਉਮਰ ਹੈ ਜੀ? ਇਹਦੀ ਉਮਰ ਹੈਗੀ ਆ 42 ਸਾਲ। ਹੈਂ, 42 ਸਾਲ? 42 ਮਾਂ 42 ਸਾਲਾਂ ਦਾ ਬੇਬੇ। ਹੁਣ ਤੁਸੀਂ ਦੇਖੋ, 18 ਸਾਲਾਂ ਤੋਂ ਬਿਮਾਰ ਆ, ਅਤੇ 2.5 ਮਹੀਨੇ ਹੋਏ ਹਜੇ ਦਵਾਈ ਚੱਲਦੀ ਨੂੰ। ਜੇ 2.5 ਮਹੀਨਿਆਂ ਦੇ ਵਿੱਚ ਰੁਪਈਏ 10-20 ਪੈਸੇ ਵੀ ਫਰਕ ਆ ਮਾਂ 2.5 ਮਹੀਨਿਆਂ ਚ, ਤੂੰ ਸੋਚ ਕੇ ਦੇਖ ਆਉਣ ਵਾਲੇ ਸਾਲ ਦੇ ਵਿੱਚ ਕਿੰਨਾ ਫਰਕ ਪੈ ਜੂ। ਹੈਨਾ, ਉਹ ਆਪਦੀ ਕਿਰਿਆ ਸੋਧੂ, ਕੰਮ ਵੱਲ ਨੂੰ ਨਹੀਂ ਨਿਗਾਹ ਦੀ, ਵਿਹਲਾ ਬੈਠਾ ਹਜੇ ਨਹੀਂ ਹੁੰਦਾ। ਬੋਲਣ ਲੱਗ ਪੈਂਦਾ। ਮੈਂ ਸੁਣੋ ਗੱਲ ਮੇਰੀ, ਸਾਡੇ ਕੋਲ ਜਿਹੜੇ ਬੰਦੇ ਠੀਕ ਹੁੰਦੇ ਕਾਹਤੋਂ ਹੁੰਦੇ ਪਤਾ? ਅਸੀਂ ਉਹਨਾਂ ਨੂੰ ਵਿਹਲੇ ਨਹੀਂ ਬਹਿਣ ਦਿੰਦੇ, ਅਸੀਂ ਉਹਨਾਂ ਨੂੰ ਖੁਸ਼ ਰੱਖਦੇ ਹਾਂ, ਗੱਲਾਂ ਕਰੀ ਜਾਂਦੇ ਹਾਂ। ਇੱਥੇ ਮੁੰਡਿਆਂ ਨੂੰ ਪਤਾ ਹੋਣਾ, ਮੈਂ ਕਿਹਾ ਵੀ ਕੰਮ ਕਰਾ, ਕਹਿੰਦਾ ਮੈਨੂੰ ਦੱਸੋ ਕੰਮ। ਉਹ ਫਿਰ ਮੁੰਡਾ ਜਿਹੜਾ ਇੱਥੇ ਸਰਕਾਰ ਹੈ ਨਾ, ਕਹਿੰਦਾ ਬਾਹਰ ਜਾਣ ਨਹੀਂ ਲਵਾਈ ਆ, ਸਾਰਾ ਕੁਛ ਹੁਣ ਕਰਾਇਆ, ਹੁਣ ਕਹਿੰਦਾ ਮੈਂ ਥੱਕ ਗਿਆ, ਸੌ ਗਿਆ ਪੈਂਦਾ ਹੀ। ਤਾਂ ਉਹੀ ਗੱਲ ਹੈ ਨਾ, ਦੇਖੋ ਇੱਥੇ ਜਦੋਂ ਕੰਮ ਕਰ ਲਿਆ ਉਹਨੇ, ਘਰੇ ਕਾਹਤੋਂ ਨਹੀਂ ਕਰਦਾ? ਨਹੀਂ ਮਾਂ, ਲਾਓ ਉਹਨੂੰ ਲਾਉਣਾ ਕਹਿਣਾ ਉਹਨੂੰ, ਉਹਨੂੰ ਕੌਣ ਕੰਮ? ਮੈਂ ਤੁਹਾਨੂੰ ਦੱਸਦਾ ਨਾ ਮਾਂ ਕੌਣ, ਤੁਸੀਂ ਨਹੀਂ ਕਹਿਣਾ, ਮੈਂ ਤੁਹਾਨੂੰ ਦੱਸਦਾ ਕੌਣ ਕੰਮ ਲਾਊ ਉਹਨੂੰ। ਪਿੰਡ 'ਚ ਉਹਦਾ ਕੋਈ ਲਿਹਾਜੀ ਜਾਂ ਕੋਈ ਤੁਹਾਡਾ ਭਤੀਜਾ ਕੋਈ ਹੋਰ, ਉਹਨੂੰ ਕਹਿ ਦੇ ਵੀ ਭਾਈ ਇਹਨੂੰ ਘੰਟਾ ਕੁ ਨਾਲ ਲੈ ਜਾ ਕਰ, ਕੋਈ ਕੰਮ ਕਰਾ ਲਓ, ਤੂੰ ਆਪਦੇ ਘਰੇ ਲਿਆ ਜਾਓ, ਕਿਸੇ ਦੇ ਨਾਲ ਪੱਠੇ ਬੜਾਇਆ ਕਰੇ ਨਾ ਜਾ ਕੇ। ਉਹ ਤਾਂ ਮਾਂ ਹੁਣ ਦਵਾਈਆਂ ਨਾਲ ਫਰਕ ਪੈ ਜਾਣਾ, ਮੈਂ ਤੈਨੂੰ ਗੱਲ ਦੱਸਦਾ ਗਾਂ ਦੀ। ਤੁਸੀਂ ਵੀ ਥੋੜ੍ਹਾ ਜਿਹਾ, ਬੰਦਾ ਠੀਕ ਕਿਵੇਂ ਹੋਊਗਾ ਜਿੰਨਾ ਚਿਰ ਤੁਸੀਂ ਆਪ ਹੀ ਨਹੀਂ ਮੰਨ ਰਹੇ ਇਹ ਗੱਲ ਨੂੰ ਵੀ ਉਹ ਠੀਕ ਹੋ ਜਾਊਗਾ? ਤੁਸੀਂ ਤਾਂ ਮੰਨੋ ਨਾ ਇਹ ਗੱਲ ਨੂੰ, ਤੁਸੀਂ ਵੀ ਨਹੀਂ ਮੰਨ ਰਹੇ। ਮਾਂ ਮੇਰੀ ਜੀ, ਅੱਜ ਚਾਨਣੀਆਂ ਬਣਾਈਆਂ ਨੀ, ਲੜਿਆ ਕਿਸੇ ਨਾਲ? ਫਿਰ ਮੈਂ ਉਹੀ ਤਾਂ ਕਹਿ ਰਿਹਾ ਵਾ, ਫਿਰ ਉਹੀ ਕਹਿੰਦਾ ਵੀ ਤੁਸੀਂ ਇੰਨਾ ਵੀ ਨਾ ਉਹਨੂੰ ਆਪਾਂ ਕੱਟੂ ਬਛਰੂ ਵਾਂਗੂ ਘਰੇ ਗੋਲੀ ਬਿਠਾਈ ਰੱਖੀਏ, ਪਰ ਇਕੱਲੇ ਨਾਲ ਬੰਨ ਕੇ ਉਹਨੂੰ ਥੋੜ੍ਹਾ ਜਿਹਾ ਬਾਹਰ ਕੱਢੋ ਜਾਂ ਆਪ ਲੈ ਜਾ ਕਰੋ ਨਾਲ, ਜੇ ਗੁਰਦੁਆਰੇ ਚੱਲ ਚੱਲੀਏ, ਤੁਰ ਕੇ ਗੁਰਦੁਆਰੇ ਚਲੇ ਜਾਇਆ ਕਰੋ, ਗੁਰੂ ਘਰ ਜਾ ਕੇ ਇਹਨੂੰ ਕਹੋ ਵੀ ਚੱਲ ਸਫਾਈ ਕੰਮ ਕਰਾ ਦੇ, ਸਫਾਈਆਂ ਕਰਾ ਦਈਏ। ਦਿਮਾਗ ਵਿਹਲੇ ਦਾ ਖਰਾਬ ਹੋਇਆ, ਕੰਮ ਨੂੰ ਕਿਤੇ ਮਾੜਾ ਨਹੀਂ ਸੀ ਨਾ, ਵਿਹਲਾ ਤੁਸੀਂ ਵੀ ਛੱਡਿਆ, ਕਿਸੇ ਹੋਰ ਨੇ ਨਹੀਂ ਛੱਡਿਆ। ਹੁਣ ਮੇਰੀ ਬੇਨਤੀ ਨੂੰ ਸਮਝੋ ਤੁਸੀਂ ਵੀ, ਥੋੜ੍ਹਾ ਜਿਹਾ ਬਦਲੋ ਆਪਣੇ ਆਪ ਨੂੰ ਵੀ, ਦਵਾਈਆਂ ਨੇ ਨਹੀਂ ਕੁਛ ਕਰਨਾ, ਦਵਾਈ 30 ਪੈਸੇ ਕੰਮ ਕਰਦੀ ਆ, ਬਾਕੀ ਕੰਮ ਆ ਜਿਹੜਾ ਤੁਹਾਡੀ ਗੱਲਬਾਤ ਨੇ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਕੰਮ ਕਰਾਉਂਦੇ ਆ ਜਾਂ ਉਹਨੂੰ ਕਿੱਦਾਂ ਗੱਲ ਕਰਦੇ ਆ, ਉਹ ਚੀਜ਼ ਨਾਲ ਫਰਕ ਪਊਗਾ। ਮਾਂ ਹੁਣ ਦੀ ਗਾਂ ਦੀ ਗੱਲ ਕਰੋ, ਦਵਾਈ ਨਾਲ ਫਰਕ ਪੈਣਾ, ਮੈਂ ਗਾਂ ਦੀ ਗੱਲ ਕਰਦਾ ਮਾਂ ਮੇਰੀ, ਇਹ ਠੀਕ ਆ, ਪੁਰਾਣੀਆਂ ਗੱਲਾਂ ਛੱਡ ਦਿਓ, ਹੁਣ ਜਿਹੜੀਆਂ ਹੋਣੀਆਂ ਸੀ ਹੋ ਗਈਆਂ। ਬੇਬੇ ਸਤਿ ਸ੍ਰੀ ਅਕਾਲ, ਕੁੜੇ ਦੀਪੋ ਤਕੜੀਆਂ ਭਾਈ, ਸਤਿ ਸ੍ਰੀ ਅਕਾਲ, ਕਿਹੜੇ ਪਿੰਡੋਂ ਆਈ ਆ ਦੀਪੋ? ਖੜੀ ਹੋ ਮਾੜੀ ਜੀ ਦੀਪੋ, ਉਰੇ ਆ ਭਾਈ, ਇੱਥੇ ਆ ਜਾ, ਇੱਥੇ ਆ ਜਾ ਉਰੇ ਨੂੰ। ਕਿਹੜੇ ਪਿੰਡੋਂ ਆਈ ਆ ਬੇਬੇ? ਹੈ ਮਾਂ, ਇੱਧਰ ਦੇਖ ਮੇਰੇ ਵੱਲ, ਇੱਧਰ ਮੇਰੇ ਵੱਲ ਝਾਕ, ਇੱਧਰ ਇੱਧਰ ਮਾਂ, ਆ ਰੇ ਮੇਰਾ ਮੂੰਹ ਇੱਧਰ। ਸਤਿ ਸ੍ਰੀ ਅਕਾਲ, ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਬੇ ਕੀ ਨਾਂ ਤੇਰਾ? ਕਿੰਨੇ ਜਵਾਕ ਆ ਤੇਰੇ ਬੇਬੇ?
ਕਿੰਨੇ ਜਵਾਕ ਹੈ ਤੇਰੇ? ਸਾਰੇ ਸਭ ਦੋ ਤੇ ਦੋ ਤਾਂ ਨਹੀਂ। ਬੱਚੇ ਕਿੰਨੇ ਤੇਰੇ? ਮੁੰਡੇ ਕਿੰਨੇ? ਕੁੜੀਆਂ ਕਿੰਨੀਆਂ? ਦੋ ਮੁੰਡੇ ਨੇ, ਇੱਕ ਕੁੜੀ ਹੈ। ਇੱਕ ਕੁੜੀ ਦਾ ਕੀ ਨਾਮ ਆ? ਦੀਪੋ। ਕੁੜੀ ਦਾ ਤੇਰੀ ਦਾ? ਹਾਂ। ਦੀਪੋ ਦਾ ਤੇਰਾ ਨਾਮ ਆ? ਬੇਬੇ ਤੇਰੀ ਕੁੜੀ ਦਾ ਕੀ ਨਾਮ ਆ? ਬੇਬੇ ਕੁੜੀ ਦਾ ਕੀ ਨਾਮ? ਬੇਬੇ ਬੇਬੇ ਇੱਧਰ ਦੇਖ ਮੇਰੇ ਵੱਲ, ਮੇਰੇ ਵੱਲ ਦੇਖ ਮਾਂ। ਮੈਂ ਤੇਰਾ ਨਾਮ ਹੈ ਦੀਪੋ ਨਾਮ ਹੈ। ਕਿਹਦਾ? ਮੇਰੀ ਕੁੜੀ ਦਾ। ਕੁੜੀ ਦਾ ਨਾਮ? ਤੇਰਾ ਨਾਮ ਕੀ ਆ? ਬੇਬੇ ਤੇਰਾ ਕੀ ਨਾਮ? ਮੇਰਾ ਨਾਮ ਹੀਰ ਹੈ। ਓ ਮਾਂ ਖੜੀ ਹੋਏ, ਖੜੀ ਬਹਿਣਾ ਨੀ, ਬਹਿਣਾ ਨੀ। ਕੀ ਹੋ ਗਿਆ ਮਾਂ? ਦੀਪੋ ਹੈਗੀ ਹੈ। ਤੇਰਾ ਨਾਮ ਕੀ ਆ? ਤੇਰਾ ਕੀ ਨਾਮ? ਕੀ ਨਾਮ ਤੇਰਾ? ਮੈਂ ਤੇਰਾ ਪੁੱਤ ਆ ਮਾਂ, ਦੱਸ ਤੇਰਾ ਕੀ ਨਾਮ ਆ? ਨਾਂ ਕੀ ਹੈ ਤੇਰਾ ਮਾਂ? ਦੀਪੋ ਦੇ। ਅੱਛਾ, ਕੁੜੀ ਦਾ ਕੀ ਨਾਮ ਤੇਰੀ ਦਾ? ਦੀਪੋ ਦੇ। ਆ ਕੌਣ ਹੈ ਕੁੜੀ? ਆ ਕੁੜੀ ਕੌਣ ਆ? ਸਾਰੇ ਦੋ ਤੇ ਨੇ ਮੈਂ ਉਹਨੂੰ ਕੀ ਕਰਾਂ? ਨਾਲ ਹੀ ਹਾਂ ਮੈਂ ਇੱਥੇ। ਪੁੱਤ ਨਾਨੀ ਇਧਰੇ, ਨਾਨੀ ਜੀ ਨੇ। ਬੇਬੇ ਬਹਿਣਾ ਨੀ, ਬਹਿਣਾ ਨੀ। ਇਹਦਾ ਕੀ ਨਾਮ ਆ? ਕੀ ਨਾਮ ਇਹਦਾ? ਸਿਰ ਤੇ ਹੱਥ ਰੱਖ ਦੇ, ਸਿਰ ਤੇ ਹੱਥ ਰੱਖ ਦੇ। ਇਹਦੇ ਕੁੜੀ ਦੇ ਆਪਦੇ ਨੀ, ਇਹਦੇ ਇਹਦੇ ਕੁੜੀ ਦੇ ਬੇਬੇ ਇਹਦੇ ਇਹਦੇ ਇਹ ਕੌਣ ਆ? ਇਹਦਾ ਕੀ ਨਾਮ? ਦੋਤੀਆਂ ਨੇ ਮੇਰੀਆਂ। ਦੋਤੀਆਂ? ਕੀ ਨਾਮ ਦੋਤੀ ਦਾ? ਕੀ ਨਾਮ ਆ ਦੋਤੀ ਦਾ? ਕਿਹੜਾ ਦੀਪੋ? ਦੋਤੀ ਦਾ ਕੀ? ਹਾਂ ਦੋਤੀ ਦੋਤੀ ਕੀ ਨਾਮ ਇਹਦਾ? ਇਹਦਾ ਨਾਮ ਕੀ ਹੈ ਦੀਪੋ? ਬੇਬੇ ਕੀ ਨਾਮ ਹੈ ਇਹਦਾ? ਕੀ ਨਾਮ ਆ? ਉਹ ਰੋਣ ਲੱਗ ਗਈ ਵਿਚਾਰੀ ਦੇ, ਲੈ ਰੋਣ ਲੱਗ ਗਈ, ਲੈ ਰੋ ਪੀ। ਕਹਿੰਦੀ ਮੈਨੂੰ ਨਾਨੀ ਮੇਰਾ ਨਾਮ ਹੀ ਨੀ ਜਾਣਦੀ ਗੀ। ਨਾ ਰੋ ਕੋਈ ਨਾ ਪੁੱਤ, ਨਾ ਰੋ ਕੋਈ ਨਾ। ਅਦੇ ਲੈ ਰੋਣ ਲੱਗ ਗਈ, ਦੇਖ ਲਾ ਲੈ ਰੋਣ ਲੱਗ ਗਈ, ਦੇਖ ਲਾ। ਕਿੰਨੇ ਸਾਲਾਂ ਤੋਂ ਜੀ ਏਦਾਂ ਹੈ ਭੈਣੇ? ਤੁਸੀਂ ਦੋਨੋਂ ਬੇਟੀਆਂ? ਕਿੰਨੇ ਬੱਚੇ ਮਾਤਾ ਦੇ? ਓਕੇ, ਕਿੰਨੇ ਕੁ ਟਾਈਮ ਤੋਂ ਮਾਤਾ ਏਦਾਂ? ਇਹ ਹੋ ਗਏ 4 ਕੁ ਸਾਲ ਤਾਂ ਹੋ ਗਏ ਭਾਈ। ਪਹਿਲਾਂ ਜਮਾ ਠੀਕ ਸੀ? ਹਾਂਜੀ, ਪਹਿਲਾਂ ਠੀਕ ਸੀਗੇ, ਘਰਾਂ ਦਾ ਕੰਮ ਕਰਨ ਜਾਂਦੇ ਹੁੰਦੇ ਸੀਗੇ ਜਿਵੇਂ। ਹੂੰ, ਮਤਲਬ ਤੁਸੀਂ ਹੁਣ ਮੰਨ ਲਓ ਤੁਹਾਡੀ ਵੀ ਉਮਰ 25-30 ਸਾਲ ਦੀ ਹੋ ਗਈ ਆ, ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਵੀ ਮਾਤਾ ਨੂੰ ਇੱਦਾਂ ਬਿਮਾਰ ਨਹੀਂ ਦੇਖਿਆ ਦਿਮਾਗ ਤੋਂ? ਇਹ ਕੌਣ ਨੇ ਬਾਪੂ ਜੀ? ਡੈਡੀ ਨੇ। ਬਾਪੂ ਜੀ ਤੁਹਾਡੇ ਵਿਆਹ ਤੋਂ ਬਾਅਦ ਜਾਂ ਪਹਿਲਾਂ ਕਦੇ ਸੁਣੀ ਤੁਸੀਂ ਇੱਦਾਂ ਹੋਈ? ਮਤਲਬ ਨਹੀਂ, ਹੋਣੀ ਹੋਈ ਆ। ਠੀਕ ਆ। ਇਹ ਜਦੋਂ ਹੋਈ ਸੀ ਕੋਈ ਸ਼ੌਕ ਲੱਗਿਆ ਸੀ ਘਰ 'ਚ, ਕੋਈ ਇੱਦਾਂ ਦੀ ਗੱਲ ਹੋਈ ਸੀ ਕੋਈ ਜਿਹਨੇ ਇਹਨੂੰ ਟੈਨਸ਼ਨ ਹੋ ਗਈ ਹੋਵੇ ਬਹੁਤ ਜ਼ਿਆਦਾ ਘਰ 'ਚ, ਕੋਈ ਇੱਦਾਂ ਦਾ ਹੈਂ? ਕਿਹਦੀਆਂ? ਅੱਛਾ, ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ। ਕਿੰਨੇ? 1 ਮਹੀਨੇ 'ਚ? ਹਾਂਜੀ, ਮਹੀਨੇ ਮਹੀਨੇ ਦਾ ਫਰਕ ਸੀ। ਹਾਂਜੀ, ਮਹੀਨੇ 1 ਮਹੀਨੇ 'ਚ ਦੋ। ਦੇਖੋ ਜੀ, ਇਹ ਜਦੋਂ ਨਾ ਬਜ਼ੁਰਗ ਜ਼ਿਆਦਾ ਉਮਰ ਦੇ ਹੁੰਦੇ ਆ, ਇਸ ਉਮਰ 'ਚ ਹੁੰਦੇ ਆ, ਜਦੋਂ ਘਰ 'ਚ ਕੋਈ ਹਾਦਸਾ ਹੁੰਦਾ ਜਾਂ ਕੋਈ ਇੱਦਾਂ ਦੀ ਟੈਨਸ਼ਨ ਹੁੰਦੀ ਆ, ਦਿਮਾਗ ਉਹਨਾਂ ਦਾ ਦਿਮਾਗ ਦੀ ਪੋਜੀਸ਼ਨ ਹਿੱਲ ਜਾਂਦੀ ਆ। ਡਿਮੈਂਸ਼ੀਆ ਬਿਮਾਰੀ ਨਾ, ਦਿਮਾਗ ਦੀ ਡਿਮੈਂਸ਼ਨ ਹਿੱਲ ਜਾਂਦੀ ਆ, ਮਤਲਬ ਸੈੱਲ ਟੁੱਟ ਜਾਂਦੇ ਆ ਅੰਦਰੋਂ, ਦਿਮਾਗ ਬ੍ਰੇਨ ਦੇ ਜਿਹੜੇ ਸੈੱਲ ਟੁੱਟ ਜਾਂਦੇ ਉਹ ਦੁਬਾਰਾ ਨਹੀਂ ਬਣਦੇ। ਇਹਨਾਂ ਦੀ ਸੇਮ ਪ੍ਰੋਬਲਮ ਹੁਣ ਹੋਈ ਆ ਇਹਨੂੰ, ਜਿਵੇਂ ਟਾਈਮ ਵੀ 3-4 ਸਾਲ ਹੋ ਗਿਆ ਬੇਬੇ ਨੂੰ। ਜੇ ਪਹਿਲਾਂ ਹੁਣ ਇਹਦੀ ਦਵਾਈ ਇੱਕ ਥਾਂ ਤੋਂ ਚਲਾ ਲਓ ਕਿਤੋਂ, ਪਹਿਲਾਂ ਵੀ ਤੁਸੀਂ ਦਵਾਈਆਂ ਤਾਂ ਲਈਆਂ ਹੀ ਹੋਣਗੀਆਂ ਨਾ, ਪਰ ਉਹਦੇ ਨਾਲ ਕੋਈ ਫਰਕ ਤੁਸੀਂ ਜੇ ਕਹੋਗੇ ਵੀ ਇਹ ਜਮਾਂ ਨੋਰਮਲ ਹੋ ਜੂਗੀ ਬੇਬੇ, ਇੱਕ ਆਮ ਨਹੀਂ ਹੋਣਾ। ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਇਹ ਆ ਵੀ ਇਹ ਜਿੰਨੀ ਕੁ ਹੁਣ ਸਮੱਸਿਆ ਇਹਨਾਂ ਦੀ ਹੈਗੀ ਆ, ਜਾਂ ਜਿਵੇਂ ਥੋੜ੍ਹਾ ਗੁੱਸਾ ਗਾਸਾ ਕਰਦੇ ਜਾਂ ਕੋਈ ਹੋਰ ਕਰਦੇ, ਉਹ ਚੀਜ਼ਾਂ ਹਟ ਜਾਣਗੇ ਕਾਰਨੋਂ ਆਪਦੀ। ਜੇ ਆਪਾਂ ਕਹੀਏ ਵੀ ਬਿਲਕੁਲ ਨੌਂਬਰ ਨੌਂ ਹੋ ਜਾਣਗੇ ਨੋਰਮਲ, ਉਹਨੂੰ ਸਮਾਂ ਲੱਗੂਗਾ, ਪਰ ਆਪਾਂ ਉਹਨੇ ਟਾਈਮ 'ਚ ਦਵਾਈ ਬਦਲ ਲੈਂਦੇ ਹਾਂ ਜਾਂ ਡਾਕਟਰ ਬਦਲ ਲੈਂਦੇ ਹਾਂ। 2-3 ਮਹੀਨੇ ਆਪਾਂ ਦਵਾਈ ਲੈਂਦੇ ਹਾਂ, 4-5 ਹਜ਼ਾਰ ਦੀ ਦਵਾਈ ਮਹੀਨੇ ਦੀ ਖਾਂਦੇ ਹਾਂ, ਫਰਕ ਨਹੀਂ ਪੈਂਦਾ। ਆਪਾਂ ਹੋਰ ਕਿਸੇ ਦੇਸੀ ਵੱਲ ਚਲੇ ਜਾਂਦੇ ਹਾਂ, ਆਪਾਂ ਕਿਤੇ ਨਹਾਉਣ ਚੱਲ ਪੈਂਦੇ, ਕਿਉਂਕਿ ਜਿਹਨੂੰ ਪ੍ਰੋਬਲਮ ਹੁੰਦੀ ਹੈ ਭੈਣ ਮੇਰੀ ਉਹ ਸਾਰਾ ਕੁਛ ਹੀ ਕਰਦਾ। ਮੈਂ ਵੀ ਤੁਹਾਡੀ ਥਾਂ 'ਤੇ ਹੋਊਂਗਾ, ਮੈਂ ਵੀ ਕਰੂੰਗਾ। ਹੁਣ ਮੈਂ ਗਿਆਨ ਦਿੰਦਾ ਲੋਕਾਂ ਨੂੰ ਵੀ ਯਾਰ ਜੀ ਉੱਦਾਂ ਨਾ ਜਾਓ, ਇੱਧਰ ਨਾ ਜਾਓ, ਬਾਬਿਆਂ ਦੇ ਨਾ ਜਾਓ, ਦਵਾਈ ਖਾਓ। ਪਰ ਜੇ ਮੈਂ ਤੁਹਾਡੀ ਜਗ੍ਹਾ 'ਤੇ ਹੁੰਦਾ ਤਾਂ ਸ਼ਾਇਦ ਮੈਂ ਵੀ ਉਹੀ ਕੁਛ ਕਰਦਾ ਜੋ ਤੁਸੀਂ ਕੀਤਾ। ਪਰ ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ ਵੀ ਇਹਦੀ ਜੇ ਦਵਾਈ ਨਾ ਚੱਲੀ ਪ੍ਰੋਪਰ ਇੱਕ ਟਾਈਮ, ਇਹਨੂੰ ਆਪਣੇ ਮਲ ਮੂਤਰ ਦਾ ਵੀ ਨਹੀਂ ਪਤਾ ਲੱਗਿਆ ਕਰਨਾ। ਹਾਂ, ਪਰ ਇਹਨੇ ਹੱਥ 'ਚ ਵੀ ਫੜ ਲਿਆ ਕਰਨਾ ਉਹਨੂੰ ਚੱਕ ਕੇ, ਹੈ ਨਾ। ਇਹ ਚੀਜ਼ਾਂ ਹੁਣ ਰੋਕੀਆਂ ਜਾ ਸਕਦੀਆਂ, ਹਜੇ ਸਮਾਂ ਹੈਗਾ ਆਪਣੇ ਕੋਲ। ਪਰ ਇਹਦੇ ਨਾਲ ਦਵਾਈ ਨੂੰ ਥੋੜ੍ਹਾ ਸਲੋਅ ਕਰ ਦਿਉ। ਆਪਾਂ ਨੂੰ ਫਿਰ ਲੱਗਦਾ ਵੀ ਨਸ਼ਾ ਹੋ ਗਿਆ ਜ਼ਿਆਦਾ, ਵੀ ਨਸ਼ੇ ਵਾਲੀ ਦਵਾਈ ਦੇ ਤੀ। ਇਹਨੂੰ ਠੀਕ ਕਰਨ ਦਾ ਇੱਕੋ ਹੀ ਤਰੀਕਾ, ਉਹਨਾਂ ਨੇ ਦਵਾਈ ਦੇਣੀ ਹੈ, ਇਹਨੂੰ ਥੋੜ੍ਹਾ ਸਲੋਅ ਕਰ ਦੇਣਗੇ, ਜਿਹਦੇ ਨਾਲ ਤੇਜ਼ੀ ਘੱਟ ਜੂ। ਰੋਟੀ ਪਾਣੀ ਟਾਈਮ ਟੂ ਟਾਈਮ ਤੁਸੀਂ ਖਵਾਉਣਾ, ਹੈ ਨਾ। ਥੋੜ੍ਹੀ ਜਿਹੀ ਯਾਨੀ ਕਿ ਐਂ ਰਹਿਣਗੇ ਜਿਵੇਂ ਆਪਾਂ ਨਸ਼ੇ 'ਚ ਹੁੰਦੇ ਥੋੜ੍ਹੇ। ਹਾਂਜੀ, ਕਿੱਥੋਂ ਦਵਾਈ ਲੈਂਦੇ? ਨਸ਼ੇ ਦੀ ਦਿੰਦੇ ਆ, ਸਾਨੂੰ ਡਰ ਰਹਿ ਜਾਂਦਾ, ਸਾਰਾ ਦਿਨ ਸੁੱਤੇ ਰਹਿੰਦੇ। ਨਹੀਂ ਨਹੀਂ ਭੈਣ ਮੇਰੀ, ਇਹ ਦਵਾਈ ਉਹ ਹੀ
ਇਹੀ ਆ, ਹੋਰ ਕੋਈ ਦਵਾਈ ਹੋਈ ਨਹੀਂ ਇਸ ਚੀਜ਼ ਦੀ, ਹੈ ਨਾ। ਇਹਨੂੰ ਸਲੋਅ ਕਰਕੇ ਨਾ ਫਿਰ ਹੌਲੀ 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 ਫਿਰ ਉਹ ਦਵਾਈ ਘਟਾਉਣਗੇ। ਹੁਣ ਜਦ ਤੱਕ ਆਪਾਂ ਦਵਾਈ ਬੰਦ ਕਰ ਦਿੰਦੇ ਹਾਂ ਨਾ, ਫਿਰ ਇਸ ਕਰਕੇ ਮੇਰੀ ਤਾਂ ਹੀ ਮੈਂ ਤੁਹਾਨੂੰ ਕਹਿਣ ਲੱਗਿਆ ਵੀ ਤੁਸੀਂ ਸਾਡੇ ਕੋਲ ਆਏ ਹਾਂ ਐਕਟੀ ਦਵਾਈ ਲੈ ਜਾਓ, ਅਗਲੀ ਵਾਰ ਤੁਸੀਂ ਕਹੋ ਇਹ ਤਾਂ ਇਹਨਾਂ ਨੇ ਵੀ ਉਹੀ ਦਵਾਈ ਦੇਤੀ ਵੀ ਇਹ ਤਾਂ ਨਸ਼ੇ ਵਾਲੀ ਦਿੰਦੇ, ਆਪਾਂ ਨਹੀਂ ਜਾਣਾ। ਥੋੜ੍ਹੀ ਦਵਾਈ ਤੇਜ਼ ਹੋ ਸਕਦੀ ਆ, ਜੇ ਜ਼ਿਆਦਾ ਤੇਜ਼ ਹੋਊਗੀ ਸਾਨੂੰ ਫੋਨ ਕਰਨਾ, ਆਪਾਂ ਡਾਕਟਰ ਨਾਲ ਗੱਲ ਕਰਕੇ ਘਟਾ ਲਾਂਗੇ। ਜੇ ਕੋਈ ਜ਼ਿਆਦਾ ਸਮੱਸਿਆ ਆਊਗੀ ਤੁਸੀਂ ਜਦੋਂ ਮਰਜ਼ੀ ਲੈ ਕੇ ਆ ਜਾਓ ਇਹਨੂੰ, ਵੀ ਆਹ ਬੇਬੇ ਭਾਈ ਸਾਡੀ ਠੀਕ ਨਹੀਂ ਲੱਗਦੀ, ਆਪਾਂ ਡਾਕਟਰ ਨਾਲ ਗੱਲ ਕਰਕੇ ਦਵਾਈ ਠੀਕ ਬਦਲਾ ਲਾਂਗੇ, ਪਰ ਦਵਾਈ ਬੰਦ ਨਾ ਕਰਿਓ। ਹੁਣ ਜਿਹੜੀ ਦਵਾਈ ਅਸੀਂ ਤੁਹਾਨੂੰ ਦੇਣੀ ਆ 15 ਦਿਨ ਦੀ ਦਵਾਈ ਦੇਵਾਂਗੇ ਪਹਿਲਾਂ, ਹੈ ਨਾ। ਦੇਖੋ ਇੱਕ ਉਹ 15 ਦਿਨ ਦੀ ਦਵਾਈ ਵੀ ਘੱਟੋ ਘੱਟ ਜੇ ਆਪਾਂ ਮਾਰਕੀਟ 'ਚੋਂ ਲੈਂਦੇ ਹਾਂ 2-2 ਹਜ਼ਾਰ ਦੀ ਆ ਭੈਣੇ। ਸਾਡੇ ਕੋਲ ਬਹੁਤ, ਕੱਲ੍ਹ ਨੂੰ ਜਿਵੇਂ ਕੈਂਪ ਲੱਗਣਾ 800 ਮਰੀਜ਼ ਆਉਣਾ, 800-900, ਜਿਹਦੇ ਵਿੱਚੋਂ ਕਰੀਬ 300 ਮਰੀਜ਼ ਨਵਾਂ ਆਉਣਾ ਜਿਹੜਾ ਪਹਿਲੀ ਵਾਰੀ ਆਇਆ ਤੁਹਾਡੇ ਵਰਗਾ, ਉਹਦੇ ਵਿੱਚੋਂ ਅਗਲੀ ਵਾਰੀ 300 ਦੇ ਵਿੱਚੋਂ 100 ਵੀ ਨਹੀਂ ਆਉਂਦਾ ਸਾਡੇ ਕੋਲ, ਕਿਉਂਕਿ 200 ਮਰੀਜ਼ ਜਿਹੜਾ ਸਾਡੀ ਦਵਾਈ ਵੀ ਛੱਡ ਦਿੰਦਾ ਜਾ ਕੇ 2-3 ਦਿਨ ਦਿੰਦਾ ਜੀ, ਇਹ ਤਾਂ ਨਸ਼ੇ ਵਾਲੀ ਕਹਿ ਕੇ, ਅਤੇ ਜਾਂ ਉਹ ਕਿਸੇ ਹੋਰ ਪਾਸੇ ਤੁਰ ਪੈਂਦੇ ਨੇ, ਹੈ ਨਾ। ਇਸ ਕਰਕੇ ਸਰ ਮੈਂ ਹਮੇਸ਼ਾ ਹੀ ਇਹ ਸਮਝਾਉਂਦਾ ਹੁੰਦਾ ਵੀ ਜੇ ਤੁਸੀਂ ਦਵਾਈ ਲੈਣੀ ਆ ਨਾ ਤੁਸੀਂ 6-7 ਮਹੀਨੇ ਖਾਓ, ਇਹਦਾ ਕੋਈ ਪੈਸਾ ਤਾਂ ਲੱਗਣਾ ਨਹੀਂ ਤੁਹਾਡਾ। ਦੇਖੋ ਆਉਣ ਦਾ ਖਰਚਾ ਹੀ ਆ ਤੁਹਾਡਾ ਜਿਹੜਾ ਤੁਸੀਂ ਆ ਰਹੇ ਹੋ। ਕਿੱਥੋਂ ਆਏ ਤੁਸੀਂ? ਫਿਰੋਜ਼ਪੁਰ ਤੋਂ। ਤੁਸੀਂ ਉੱਥੋਂ ਟ੍ਰੇਨ ਚੜ੍ਹੋ ਸਾਡੇ ਆ ਭਨੋੜਾ ਵਾਲੇ ਸਟੇਸ਼ਨ 'ਤੇ ਆ ਉਤਰਿਆ ਕਰੋ, ਆਹ ਸਾਡੇ ਬਿਲਕੁਲ ਨਾਲ ਸਟੇਸ਼ਨ ਆ ਭਨੋੜਾ, ਠੀਕ ਆ। ਆਹ ਬੱਦੋਵਾਲ ਸਟੇਸ਼ਨ ਅਤੇ ਭਨੋੜਾ ਸਟੇਸ਼ਨ ਸਾਡੇ ਤੋਂ 1.5-1.5 ਕਿਲੋਮੀਟਰ ਦੇ ਫਾਸਲੇ 'ਤੇ ਆ, ਉੱਥੋਂ ਤੁਰ ਕੇ ਵੀ ਤੁਸੀਂ ਇੱਥੇ ਆ ਸਕਦੇ ਹੋ, ਠੀਕ ਹੈ ਨਾ। ਅੱਗੋਂ ਤੋਂ ਵੱਡੀ ਬੱਸਾਂ ਗੱਡੀਆਂ 'ਚ ਜਾਣ ਦੀ ਲੋੜ ਨਹੀਂ। ਮੈਂ ਮਿਲਦਾ ਬਾਪੂ, ਭੈਣੇ ਮਿਲਦਾ ਇਹਨੂੰ ਬਾਬੇ, ਠੀਕ ਹੈ ਭੈਣੇ। ਬਸ ਇਹਦੀ ਬੇਨਤੀ ਹੈ ਵੀ ਦਵਾਈ 1-2 ਸਾਲ ਜਿੰਨਾ ਟਾਈਮ ਵੀ ਚੱਲੂਗੀ ਨਾ, ਡਾਕਟਰ ਨਹੀਂ ਘਟਾਉਂਦੇ, ਉਹਨਾਂ ਜੇ ਤੁਸੀਂ ਦਵਾਈ ਨਹੀਂ ਬੰਦ ਕਰਨੀ। ਜੇ ਇਹਨੂੰ ਥੋੜ੍ਹਾ ਲੱਗੂਗਾ ਡਰੋਜ਼ੀ ਜਿਹਾ, ਨਸ਼ਾ ਜਿਹਾ, ਬਸ ਤੁਸੀਂ ਖਿਆਲ ਰੱਖਣਾ ਇਹਨੂੰ ਟੋਇਲਟ ਬਾਥਰੂਮ ਫੜ ਕੇ ਜਾ ਕੇ ਬਿਠਾ ਦਿਓ ਸਵੇਰੇ ਇੱਕ ਵਾਰ 5 ਮਿੰਟ ਲਈ, ਸ਼ਾਮ ਨੂੰ ਬਿਠਾ ਦਿਓ, ਦੁਪਹਿਰੇ 1 ਵਾਰੀ ਵਾਸ਼ਰੂਮ 'ਚ ਬਿਠਾ ਦਿਓ, 3 ਵਾਰੀ ਇਹਨੂੰ ਤੁਸੀਂ ਵਾਸ਼ਰੂਮ 'ਚ ਬਿਠਾਉਣ ਲੱਗ ਗਏ ਲੰਘ ਜਾ ਲੰਘ ਲੈਣ ਦੇ ਜਾਈਆਂ, ਤਾਂ ਇਹਦੀ ਆਪਣੇ ਬੱਚੇ ਆ ਜਿਵੇਂ ਤੁਸੀਂ ਛੋਟੇ ਹੁੰਦੇ ਸੀ, ਬਸ ਹੁਣ ਉਹ ਬਣ ਗਏ ਆ। ਬਸ ਤੁਸੀਂ ਇਹ ਸੋਚ ਲਓ ਵੀ ਤੁਹਾਨੂੰ ਫੜ ਫੜ ਕੇ ਲਿਆ ਕੇ ਆਪਾਂ ਨੂੰ ਵਾਲਾਂ ਤੋਂ ਨਵਾਉਂਦੀਆਂ ਸੀ ਮਾਵਾਂ, ਹੈ ਨਾ, ਆਪਾਂ ਨੂੰ ਕੁੱਟ ਕੁੱਟ ਕੇ ਸਕੂਲੇ ਭੇਜ ਤਿਆਰ ਕਰਦੇ ਸੀ, ਜਾਣੀ ਕਿ ਹੁਣ ਆਪਾਂ ਉਹ ਬੱਚੇ ਆ ਜਿਹੜੇ ਉਹ ਇਹ ਬਣ ਗਏ ਆਪਣੇ ਲਈ। ਬਸ ਆਪਾਂ ਇਹ ਨਹੀਂ ਕਰ ਸਕਦੇ ਵੀ ਇਹਨਾਂ ਨੂੰ ਕੁੱਟ ਕੁੱਟ ਕੇ ਨਮਾਈਏ, ਆਪਾਂ ਨੂੰ ਛੋਟੇ ਸੀ ਆਪਾਂ ਤਾਂ ਮਾਵਾਂ ਘੂਰ ਵੀ ਦਿੰਦੀਆਂ ਸੀ। ਬਸ ਇਹ ਗੱਲ ਭੈਣ ਮੇਰੀ, ਤੁਹਾਡੀ ਇਹ ਕਰਮਾਂ 'ਚ ਸੇਵਾ ਆ ਗਈ ਹੈ, ਇਹਦੀ ਸੇਵਾ ਕਰਨੀ ਆ ਰੱਬ, ਤੁਹਾਡੀ ਆਉਣ ਵਾਲੀ ਜ਼ਿੰਦਗੀ 'ਚ ਪਤਾ ਲੱਗੂਗਾ ਵੀ ਇਹਨਾਂ ਨੇ ਮਾਂ ਦੀ ਸੇਵਾ ਕੀਤੀ ਸੀ ਅਤੇ ਤੁਹਾਨੂੰ ਉਹਦਾ ਫਲ ਮਿਲੂ। ਸਾਡੇ ਕੋਲ ਇੰਨੇ ਬੰਦੇ ਆਉਂਦੇ ਆ, ਮੈਂ ਹਮੇਸ਼ਾ ਸਮਝਾਉਂਦੇ ਹਾਂ ਅਸੀਂ ਉਹਨਾਂ ਨੂੰ ਵੀ ਆਪਾਂ ਜਿਹਦੇ ਘਰ 'ਚ ਇੱਦਾਂ ਕੋਈ ਗੱਲ ਹੁੰਦੀ ਆ ਨਾ, ਉਹਨੂੰ ਐਂ ਲੱਗਦਾ ਵੀ ਸਾਨੂੰ ਤਾਂ ਸ਼ਰਾਫ ਹੀ ਮਿਲ ਗਿਆ ਕੋਈ, ਵੀ ਰੱਬ ਨੇ ਪਤਾ ਨਹੀਂ ਕਿਉਂ ਸਾਡੇ ਨਾਲ ਮਾੜੀ ਕਰਤੀ, ਹੈ ਨਾ। ਆਪਾਂ ਇਸ ਗੱਲ ਨੂੰ ਉਲਟ ਲੈਂਦੇ ਹਾਂ, ਪਰ ਜੇ ਤੁਸੀਂ ਦੂਜੇ ਤਰੀਕੇ ਨਾਲ ਝਾਕੋ, ਤੁਹਾਨੂੰ ਇਹ ਰੱਬ ਦੀ ਸੇਵਾ ਮਿਲ ਗਈ ਹੈ, ਮਾਂ ਦੀ ਸੇਵਾ, ਰੱਬ ਦੀ ਵੀ ਸੇਵਾ ਭੈਣ ਮੇਰੀ, ਇਹ ਮਨ 'ਚ ਇੱਤ ਲਾ ਕੇ ਕਰੋ। ਦਵਾਈਆਂ ਦੇ ਨਾਲ 100% ਠੀਕ ਹੋਊਗੀ। ਜੇ ਤੁਸੀਂ ਕਹੋਗੇ ਦਵਾਈ ਲੈ ਗਏ ਫਰਕ ਨਹੀਂ ਪਿਆ, 2 ਮਹੀਨਿਆਂ ਬਾਅਦ ਕਿਤੇ ਹੋਰ ਲੈ ਕੇ ਚਾਹੁਣ, ਉੱਥੇ ਫਿਰ ਭੈਣੇ ਕੋਈ ਫਰਕ ਨਹੀਂ ਪੈਣਾ। ਮੈਂ ਅੱਜ ਹੀ ਤੁਹਾਨੂੰ ਕਹਿ ਦਿੰਦਾ ਫਿਰ ਠੀਕ ਨਹੀਂ ਹੋਣੀ ਬੇਬੇ, ਠੀਕ ਆ। ਬੇਨਤੀ ਹੈ ਸਾਡੀ, ਦਵਾਈ ਤੁਸੀਂ ਇੱਥੇ ਸਾਡੇ ਕੋਲ ਲੈ ਕੇ ਜਾਓ। ਦੀਪੋ ਬੇਬੇ ਨੇ ਬੜੀ ਮਿਹਨਤ ਕੀਤੀ ਆ, ਇਹ ਦੇਖਣ ਨੂੰ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਦੁਨੀਆਂ 'ਚ ਹੀ ਰਹਿੰਦੇ ਹਾਂ, ਤੁਹਾਨੂੰ ਪਾਲਿਆ, ਹੈ ਨਾ, ਤੁਹਾਡਾ ਵਿਆਹ ਸਾਰਾ ਕੁਛ, ਇਹਨੇ ਇੱਕ ਉਹ ਮਾੜੀ ਤਾਂ ਹੈ ਨਹੀਂ ਸੀ ਵਿਚਾਰੀ, ਚੰਗੀ ਹੋਈ ਸੀ ਨਾ, ਤੁਹਾਨੂੰ ਹਰ ਪਿਆਰ ਕਰਦੀ ਸੀ, ਦੋਤੀਆਂ ਦਾਤਿਆਂ ਨੂੰ ਵੀ ਕਿੰਨਾ, ਅਤੇ ਬਾਪੂ ਨੂੰ ਵੀ ਪਤਾ ਹੀ ਹੈ, ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜ਼ਿੰਦਗੀ ਹੰਢਾਈ ਹੈ, 3 ਕੁੜੀਆਂ ਨੂੰ ਵਿਆਹਿਆ, ਹੈ ਨਾ, ਸਾਰਾ ਕੁਛ ਕੀਤਾ। ਹੁਣ ਤੁਹਾਡੀ ਡਿਊਟੀ ਬਣਦੀ, ਤੁਸੀਂ ਕੁੜੀਆਂ ਨਹੀਂ ਮੁੰਡੇ ਬਣ ਕੇ ਇਹਨੂੰ ਮਿਲਣਾ, ਠੀਕ ਹੈ ਨਾ। ਆਪਣੇ ਘਰ ਵਾਲਿਆਂ ਨੂੰ ਵੀ ਸਮਝਾ ਦਿਓ ਵੀ ਭਾਈ ਜਿਹੜਾ ਸਾਡਾ ਫਰਜ਼ ਆ ਵੀ ਸਾਨੂੰ ਉਹਦੇ ਤੋਂ ਨਾ ਰੋਕਿਓ, ਹਾਂ ਘਰ ਦੀ ਸਾਰੇ ਕੰਮ ਜੋ ਇੱਧਰਲੇ ਵੀ ਅਸੀਂ ਕਰਾਂਗੇ, ਮਾਂ ਨੂੰ ਵੀ ਸਾਂਭਾਂਗੇ ਅਸੀਂ, ਠੀਕ ਹੈ ਨਾ ਮੇਰੀ ਭੈਣ। ਬਸ ਇਹਨੂੰ ਜਿਹੜੀ ਚੀਜ਼ ਚਾਹੀਦੀ ਉਹ ਦਿਓ, ਇਹੀ ਸਮਾਂ ਹੁਣ ਤੁਹਾਡੇ ਕੋਲ, ਹੈ ਨਾ। ਨਹੀਂ ਤਾਂ ਇਸ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਜ਼ਿਆਦਾਤਰ ਮਰੀਜ਼ ਕਿਸੇ ਨਾ ਕਿਸੇ ਵਜ੍ਹਾ ਕਰਕੇ ਛੇਤੀ ਚਲੇ ਜਾਂਦੇ ਆ ਦੁਨੀਆਂ ਤੋਂ, ਕਿਉਂਕਿ ਲੋਕ ਕੀ ਕਰਦੇ ਕਮਰੇ 'ਚ ਬੰਦ ਕਰ ਦਿੰਦੇ ਆ, ਜਾਂ ਚਲੋ ਮਾਵਾਂ ਨੂੰ ਬੰਨਣ ਵਾਲਾ ਤਾਂ ਹੈ ਨਹੀਂ, ਹੁਣ ਬਾਹਰੋਂ ਕੁੰਡਾ ਲਾ ਦੋਗੇ ਤੁਸੀਂ, ਅੰਦਰ ਬੈਠੀ ਉੱਥੇ ਟੋਇਲਟ ਕਰੀ ਜਾਓ, ਉੱਥੇ ਹੱਥਾਂ ਨਾਲ ਚੱਕ ਚੱਕ ਕੇ ਮਲੀ ਜਾਓ, ਸਿਰ ਨੂੰ ਲਾਈ ਜਾਓ, ਮੂੰਹ ਨੂੰ ਲਾਈ ਜਾਓ, ਕਿਉਂਕਿ ਉਹਦੇ ਲਈ ਉਹ ਖਤਮ ਹੋ ਗਈ ਗੱਲ, ਉਹ ਭੁੱਲ ਜਾਂਦੀ, ਤੁਹਾਨੂੰ ਵੀ ਪਛਾਣਦੀ ਨਹੀਂ, ਤੁਹਾਡੇ ਨਾਂ ਵੀ ਭੁੱਲ ਜਾਂਦੀ ਆ, ਆਪਣਾ ਨਾਂ ਵੀ ਭੁੱਲ ਗਈ, ਉਹ ਤਾਂ ਇਹ ਬਿਮਾਰੀ ਵੀ ਇਹੋ ਜਿਹੀ ਆ। ਅਤੇ ਇਹਦੇ ਵਿੱਚ ਜੇ ਤੁਸੀਂ ਕੋਸ਼ਿਸ਼ ਕਰੋਗੇ ਬੱਚਿਆਂ ਵਾਂਗੂ, ਇਹਨੂੰ ਟ੍ਰੇਨ ਕਰਨਾ ਪੈਣਾ ਹੁਣ, ਹੈ ਨਾ। ਦਵਾਈ ਨਾਲ, ਦਵਾਈ 30 ਪੈਸੇ ਕੰਮ ਕਰੂਗੀ, 70 ਪੈਸੇ ਪਰਿਵਾਰ ਨੇ ਕੰਮ ਕਰਨਾ, ਠੀਕ ਹੈ ਮੇਰੀ ਭੈਣ। ਪਰ ਸਾਡੀ ਇਹੀ ਬੇਨਤੀ ਹੈ ਤੁਸੀਂ, ਹਾਂ ਬੇਬੇ ਕਿਵੇਂ, ਉਹ ਬਾ ਤੇਰੇ ਸ਼ੇਰਾ ਕੀ ਹਾਲ, ਉਹ ਨਾ ਨਾ ਪੈਰੀ ਹੱਥ ਨਹੀਂ ਕਦੇ ਵੀ ਲਾਈ ਦਿੰਦੇ ਕਿਸੇ ਦੇ, ਮੇਰੇ ਵਰਗੇ ਕਲ ਜੁਗੀ ਦੇ ਤਾਂ ਜਮੇ ਨਹੀਂ ਲਾਉਣੇ, ਠੀਕ ਹੈ ਭਾਈ। ਕਿਵੇਂ ਆ ਬੇਬੇ, ਕਹਿੰਦੀ ਹੁਣ ਕਿਵੇਂ ਅੱਗੇ ਨਾਲ ਠੀਕ ਆ, ਹੈ ਗੁੱਸਾ ਚੜ੍ਹਦਾ ਹਜੇ ਵੀ ਥੋੜ੍ਹਾ ਥੋੜ੍ਹਾ, ਹੈ ਜਦੋਂ ਤੈਨੂੰ ਗੁੱਸਾ ਚੜ੍ਹਦਾ ਹੁੰਦਾ ਕੀ ਨਾ ਬਾਈ ਦਾ, ਤੇਰਾ ਨਾਂ ਕੀ ਆ? ਮੈਂ ਨਾ ਬਾਈ ਬੰਟੀ। ਬੰਟੀ ਵੀਰੇ, ਜਦੋਂ ਵੀ ਤੈਨੂੰ ਗੁੱਸਾ ਚੜ੍ਹਦਾ ਹਰਵਿੰਦਰ ਬਾਈ, ਤੂੰ ਉਦੋਂ
ਕੋਈ ਆਪਣੇ ਆਪ ਨੂੰ ਨਾ ਕੋਈ ਹੋਰ ਪਾਸੇ ਵਾਹਿਗੁਰੂ ਕਰਨ ਲੱਗ ਜਾ ਕਰ, ਮੈਨੂੰ ਪਤਾ ਤੈਨੂੰ ਤੂੰ ਕਿਹੜਾ ਜਾਣ ਕੇ ਕਰਦਾ, ਇਹ ਤੈਨੂੰ ਸਮੱਸਿਆ ਹੀ ਆ। ਕਈ ਵਾਰੀ ਬੰਦੇ ਨੂੰ ਖਹਿਜੇ ਨਹੀਂ ਚੜ੍ਹਦੇ ਆ, ਪਰ ਆਪਣੇ ਆਪ ਨੂੰ ਨਾ ਕੰਮ ਤੇ ਲਾ ਲਾ, ਕੰਮ ਕਰਿਆ ਕਰੇਗਾ ਕੰਮ ਭਾਈ। ਮੈਨੂੰ ਮੈਂ ਤੁਹਾਨੂੰ ਦੱਸਾਂ ਨਾ, ਜਿੰਨਾ ਇਸ ਵੇਲੇ ਮੈਂ ਪਰੇਸ਼ਾਨ ਹੈਗਾ ਆਪਣੀ ਜ਼ਿੰਦਗੀ ਤੋਂ ਨਾ, ਤੁਹਾਨੂੰ ਮੈਂ ਸਾਫ਼ ਗੱਲ ਦੱਸਾਂ, ਕੰਮ ਤਾਂ ਭਾਜੀ ਮੈਨੂੰ ਘਰਦੇ ਕਹਿੰਦੇ ਹੈਗੇ ਆ ਵੀ ਇੱਥੇ ਇੰਨੀਆਂ ਫੈਕਟਰੀ ਹੈਗੀਆਂ, ਨੇੜੇ ਤੋਂ ਫੈਕਟਰੀ ਲੱਗ ਜਾ ਕਿਸੇ ਦੇ ਵਿੱਚ ਵੀ। ਮੈਂ ਤੁਹਾਨੂੰ ਤੁਹਾਡੇ ਸਾਹਮਣੇ ਖੜੀ ਆ, ਤੁਸੀਂ ਇੱਕ ਵਾਰ ਪੁੱਛ ਲਓ ਵੀ ਮੈਂ ਫੈਕਟਰੀ 'ਚ ਕਿਸੇ ਲੱਗਾ ਕਿ ਨਹੀਂ ਲੱਗਿਆ। ਸੀ ਦੱਸਦੇ ਸੀ ਬੇਬੇ, ਮੈਂ ਤਾਂ ਘੱਟੋ ਘੱਟ 10 ਫੈਕਟਰੀ ਲੱਗ ਚੁੱਕਾ ਹੈਗਾ ਆ। ਮਤਲਬ ਕੀ ਗੱਲ ਹੁੰਦੀ ਹੈ? ਗੱਲ ਇਹ ਹੁੰਦੀ ਹੈਗੀ ਕਿ ਜੇ ਮੈਨੂੰ ਉੱਥੇ ਫੈਕਟਰੀ 'ਚ ਦੌਰਾ ਪੈ ਜਾਂਦਾ ਸੀ ਨਾ, ਤਾਂ ਉਹ ਮੈਨੂੰ ਕੰਮ ਤੋਂ ਸਾਫ਼ ਕਹਿੰਦੇ, ਸਿੱਧਾ ਕਹਿੰਦੇ ਆ ਮੋਹਰਿਓ ਕਿ ਆਪਾਂ ਤੁਹਾਨੂੰ ਕੰਮ 'ਤੇ। ਹੁਣ ਜਿੱਦਣ ਦੀ ਦਵਾਈ ਲੱਗੀ ਆ ਤੂੰ ਇੱਥੋਂ ਲੈਣ ਲੱਗਿਆ, ਦੌਰਾ ਪਿਆ ਤੈਨੂੰ? ਨਹੀਂ, ਮੈਂ ਬਿਲਕੁਲ ਸਹੀ ਹਾਂ। ਹੁਣ ਤੂੰ ਤੈਨੂੰ ਦੌਰਾ ਪੈਣਾ ਹੀ ਨਹੀਂ ਕਦੇ, ਇਹ ਗੱਲ ਦੀ ਮੇਰੀ ਸੁਣ ਲੱਗ ਗੱਲ। ਦੌਰਾ ਤੈਨੂੰ ਉਦਣ ਪੈਣਾ ਜਿੱਦਣ ਤੂੰ ਦਵਾਈ ਨਾ ਖਾਏਗਾ। ਜਿੱਦਣ ਅੱਜ ਤੂੰ ਅੱਜ ਨਹੀਂ, ਤੂੰ ਸਵੇਰੇ ਹੁਣ ਦੇਖ ਲਾ, ਸਵੇਰੇ ਉੱਠ ਕੇ ਤੂੰ ਸ਼ਾਮ ਤੱਕ ਦਵਾਈ ਨਾ ਖਾਈ, ਸ਼ਾਮ ਤੋਂ ਪਹਿਲਾਂ ਪਹਿਲਾਂ ਤੈਨੂੰ ਦੌਰਾ ਪੈ ਜੂ। ਸੁਣ ਲੈ ਮੇਰੀ ਗੱਲ, ਦਵਾਈ ਲਗਾਤਾਰ ਖਾਣੀ ਆ, ਦੌਰਾ ਪੈਣਾ ਵੀ ਬੰਦ ਹੋਜੂ, ਦਵਾਈ ਵੀ ਬੰਦ ਹੋਜੂ ਇੱਕ ਦਿਨ, ਠੀਕ ਆ ਨਾ? ਪਰ ਲਗਾਤਾਰ ਦਵਾਈ ਖਾਣੀ ਆ, ਦਵਾਈ ਮਿਸ ਨਹੀਂ ਕਰਨੀ, ਠੀਕ ਆ? ਹਾਂ, ਕੰਮ ਤੇ ਥੋੜਾ ਜਿਹਾ ਆਪਣੇ ਆਪ ਦਾ ਨਾ ਮਨ ਲਾ ਕੇ ਤੇ ਵੀ ਕੰਮ ਤੇ ਲਾ ਲਾ। ਕੰਮ ਤੇ ਭਾਈ ਮੈਂ ਤੁਹਾਨੂੰ ਦੱਸਿਆ ਨਾ ਵੀ ਮਤਲਬ ਮੈਨੂੰ ਹੈਗਾ ਓਦਾਂ ਕੋਈ ਪਿੰਡ ਦੇ ਵਿੱਚ ਕੰਮ ਮਿਲ ਜਾਵੇ ਵੀ ਮੈਂ ਉਹ ਕਰ ਲੈਂਦਾ ਹੁੰਦਾ ਹੈਗਾ, ਕਿਸੇ ਦੇ ਨਾਲ ਕੋਈ ਮਿਲ ਜਾਵੇ ਮਾੜਾ ਮੋਟਾ ਕੰਮ ਤਾਂ। ਤੁਹਾਡਾ ਪਿੰਡ ਕਿਹੜਾ? ਮੇਰਾ ਇੰਨਾ ਹੈਗਾ ਕਿ ਤੁਹਾਡਾ ਪਿੰਡ ਕਿਹੜਾ? ਮੇਰਾ ਪਿੰਡ ਪੰਡੋਰੀ। ਹਾਂਜੀ, ਕਿਹੜੀ ਪੰਡੋਰੀ? ਪੰਡੋਰੀ ਰਕਮਾਨ, ਜਲੰਧਰ ਰੋਡ ਤੇ ਪਈ ਹੈ, ਸੋਨਾਲੀਕਾ ਫੈਕਟਰੀ ਨਾ ਟਰੈਕਟਰਾਂ ਦੀ, ਜਲੰਧਰ ਤੋਂ ਹੁਸ਼ਿਆਰਪੁਰ ਵਾਲਾ ਰਾੜ ਰੋਡ ਦੇ ਉੱਤੇ ਪੰਡੋਰੀ ਰਕਮਾਨ। ਠੀਕ ਆ, ਅਸੀਂ ਉੱਥੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗੇ ਵੀ ਜੇ ਤੈਨੂੰ ਉੱਥੇ ਪਿੰਡ 'ਚ ਕਿੱਦਾਂ ਦਾ ਕੰਮ, ਵੀ ਖੇਤੀਬਾੜੀ ਦੇ ਕੰਮ 'ਚ ਮਤਲਬ ਪੱਠੇ ਵਢਾਉਣੇ ਕਿਸੇ ਨਾਲ ਜਾਂ ਹੋਰ ਇੱਦਾਂ ਦਾ ਕੰਮ ਕਰਦਾ, ਸਰਪੰਚ ਨੂੰ ਬੇਨਤੀ ਕਰੀਏ ਬਾਈ ਚਲੋ ਜੇ ਇਹਨੂੰ ਗੁੱਸਾ ਵੀ ਆ ਜਾਂਦਾ ਮਾਫ਼ ਕਰ ਦਿਆ ਕਰੋ, ਵੀ ਠੀਕ ਨੀ ਹੈਗਾ। ਚਲੋ ਕੋਈ ਨਾ, ਮਾਂ ਪਿੰਡਾਂ 'ਚ ਨਾ, ਪਿੰਡਾਂ 'ਚ ਨਾ ਮਾਂ ਲੋਕਾਂ ਦਾ ਇੱਦਾਂ ਨਹੀਂ ਹੁੰਦਾ, ਪਰ ਆਪਾਂ ਨੂੰ ਪਤਾ ਕਿੰਨੀ ਕਰਦਾ ਮਨ ਦਾ ਸ਼ਰਮ ਲੱਗੇਗਾ। ਮੈਂ ਸਰਪੰਚ ਨਾਲ ਗੱਲ ਕਰਾਂ ਤੇਰੇ ਪਿੰਡ ਵਾਲੇ ਨਾਲ ਭਾਈ, ਹਾਂਜੀ ਨਰੇਗਾ ਤੇ ਕਰੇਗਾ ਕੰਮ? ਹਾਂਜੀ ਹਾਂਜੀ ਮੈਂ ਕਰਦਾ, ਮੈਂ ਕੀਤਾ ਵੀ ਹੈਗਾ ਪਹਿਲਾਂ, ਹੁਣ ਵੀ ਕਰਨਾ, ਜੇ ਤੈਨੂੰ ਕੋਈ ਨਹੀਂ ਟੋਕੂਗਾ ਮੈਂ ਉਹਨਾਂ ਨਾਲ ਗੱਲ ਕਰੂੰਗਾ, ਠੀਕ ਆ? ਹਾਂਜੀ, ਕੋਈ ਗੱਲ ਹੀ ਨਹੀਂ ਬੰਟੀ ਬਾਈ, ਗੱਲ ਕਿਉਂ ਫੇਰ ਕਰੂੰਗਾ। ਹਾਂ ਭੈਣੇ, ਕਿਵੇਂ ਤੇਰਾ ਮੁੰਡਾ? ਠੀਕ ਆ ਭਾਈ? ਆਹ ਕੀ ਲਿਆਈ ਹੈ ਮੇਰੀ ਭੈਣ? ਭੈਣੇ ਤੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਤੇਰਾ ਮੁੰਡਾ ਕਿੱਥੇ ਆ? ਮੇਰਾ ਮੁੰਡਾ ਤਾਂ ਉਹ ਪਿਆ ਵੀਰ ਜੀ, ਸੌਂ ਗਿਆ? ਹਾਂ, ਠੀਕ ਆ ਹੁਣ? ਹਾਂ ਵੀਰ ਜੀ, ਉਹਨੂੰ ਡਾਕਟਰ ਐਂ ਕਹਿੰਦੇ ਨੇ, ਕਹਿੰਦੇ ਕਿ ਵੀ ਥੋੜਾ ਜਿਹਾ ਜੇ ਵੀ ਇਹ ਤੁਰਨ ਲੱਗ ਜੇ ਨਾ ਦੇਖੋ ਜੀ ਬੇਬੇ, ਆ ਸਾਡੀ ਭੈਣ, ਹੱਥ ਨਾਲ ਨਾ ਸ਼ੀਸ਼ਾ ਬਣਾ ਕੇ ਲੈ ਕੇ ਆਈ ਹੈ ਭੈਣ, ਆ ਕਰਿਓ ਵੀਰੇ, ਤੁਸੀਂ ਕਰ ਦਿਓ, ਅੱਛਾ ਲਿਆ ਮੇਰੀ ਭੈਣ, ਕਹਿੰਦੇ ਮੇਰੀ ਭੈਣ ਦੀ ਫੋਟੋ ਯਾਰ, ਦੇਖੋ ਕਿੰਨਾ ਮਾਣ ਕਰਦੀਆਂ ਸਾਡੀਆਂ ਭੈਣਾਂ, ਕਿੰਨਾ ਪਿਆਰ ਕਰਦੀਆਂ। ਇਹ ਭੈਣ ਦਾ ਬੇਟਾ ਨਾ ਬਹੁਤ ਹੀ ਤਕਲੀਫ਼ 'ਚ ਹੈ, ਭੈਣ ਇਕੱਲਿਓ ਹੀ ਆਪਣੇ ਬੇਟੇ ਨੂੰ ਪਾਲਦੀ ਹੈ, ਇਹਦਾ ਪਤੀ ਵੀ ਛੱਡ ਕੇ ਚਲਾ ਗਿਆ, ਅਤੇ ਇਹੀ ਇਕੱਲੀ ਜ਼ਿੰਮੇਵਾਰੀ ਵਿਚਾਰੀ ਸਾਂਭੀ ਜਾਂਦੀ ਆ ਆਪਦੀ, ਹੈ ਨਾ? ਬੇਟਾ ਇੰਨਾ ਜ਼ਿਆਦਾ, ਆਹ ਵੀ ਫੜ ਭੈਣੇ ਡੱਬਾ ਥੱਲੇ ਰੱਖ ਦੇ ਥੋੜ੍ਹਾ ਜਿਹਾ, ਮੈਂ ਹੱਥ ਨਾਲ ਸ਼ੀਸ਼ਾ, ਭੈਣ ਕਹਿੰਦੀ ਮੈਂ ਤਿਆਰ ਕਰਕੇ ਲੈ ਕੇ ਆਈ ਹਾਂ, ਪਤਾ ਨਹੀਂ ਕਿੰਨੀ ਕੁ ਮਿਹਨਤ ਕਰੀ ਹੋਵੇ ਨੇ ਵਿਚਾਰੀ ਨੇ। ਕੋਈ ਨਾ ਵੀ ਤੁਸੀਂ ਇੰਨੀ ਬਜ਼ੁਰਗਾਂ ਦੀ ਸੇਵਾ ਕਰਦੇ ਹੋ, ਮੇਰੇ ਭਰਾ ਬਣਕੇ ਜਦੋਂ ਹੁਣ ਭੈਣ ਕੇ ਉਹਨਾਂ ਦੇ ਭਰਾ, ਵਾਹਿਗੁਰੂ ਵਾਹ ਜੀ ਵਾਹ ਭੈਣ ਮੇਰੀ, ਆ ਤਾਂ ਤੂੰ ਸਿਰਾ ਹੀ ਕਰਤਾ ਮੇਰੀ ਭੈਣ। ਦੇਖੋ ਇਹ ਭੈਣਾਂ ਦਾ ਪਿਆਰ ਆ ਜੀ ਸਾਡੀਆਂ ਦਾ, ਆਹ ਦੇਣਾ ਕਿੱਥੇ ਦੇਵਾਂਗੇ ਭੈਣ ਮੇਰੀ, ਜਿਹੜਾ ਸੌਂ ਲੱਗੇ ਨਹੀਂ ਤੂੰ ਇੰਨੀ ਮਿਹਨਤ, ਤੂੰ ਦੇਖ ਇਕੱਲੀ ਇਕੱਲੀ ਚੀਜ਼ ਕਿੱਦਾਂ ਬੁਣੀ ਆ, ਕਿੰਨੀ ਇਹ ਤੈਨੂੰ ਪਹਿਲਾਂ ਵੀ ਕਰ ਲੈਂਦੀ ਤੂੰ ਅੱਗੇ ਵੀ? ਹਾਂਜੀ, ਇਹ ਮੈਂ ਘਰ 'ਚ ਨਾ ਜਦੋਂ ਵੀ ਕੋਈ ਕਮਾਈ ਵਾਲਾ ਹੈ ਨਹੀਂ ਗਾ, ਤੇ ਫਿਰ ਉਹਦਾ ਕਰਕੇ ਹੁਣ ਮੈਂ ਘਰ 'ਚ ਇਹੀ ਜਿਹੀਆਂ ਚੀਜ਼ਾਂ ਬਣਾ ਬਣਾ ਵੇਚਦੀ ਹਾਂ, ਗਾਹਾਂ ਨੂੰ ਮੋਬਾਈਲ ਫੋਨ ਵਾਲੇ ਲੈ ਕੇ ਆਉਂਦੀ। ਅੱਛਾ ਅੱਛਾ, ਤੂੰ ਇੱਦਾਂ ਘਰੇ ਤਿਆਰ ਕਰਦੇ? ਹਾਂਜੀ, ਤੂੰ ਘਰੇ, ਤੁਸੀਂ ਦੋਨੇ ਮਾਂ ਪੁੱਤੀ ਹੋ ਨਾ? ਹਾਂਜੀ। ਤੇਰੇ ਮੰਮੀ ਡੈਡੀ? ਨਹੀਂ, ਮੇਰੇ ਮੰਮੀ ਡੈਡੀ ਤਾਂ ਹੈ ਨਹੀਂ ਜੀ, ਮੈਂ ਤਾਂ ਸਹੁਰੇ ਪਿੰਡ ਰਹਿੰਦੀ ਹਾਂ ਆਪਦੇ। ਘਰ ਵਾਲੇ ਦੀ ਉਹ ਤਾਂ ਡੈਥ ਹੋ ਗਈ, 10 ਸਾਲ ਹੋ ਗਏ।
ਬੇਟਾ ਵੀ ਇਹਨਾਂ ਦਾ ਅਪਾਹਜ ਆ 100% ਹੀ ਅਪਾਹਜ ਆ ਜੀ ਦੇਖੋ ਕਿੱਡਾ ਜਿਗਰਾ ਇਸ ਭੈਣ ਦਾ ਜਦੋਂ ਪਹਿਲੀ ਵਾਰ ਸਾਡੇ ਕੋਲ ਆਈ ਸੀ ਨਾ ਇਹ ਰਾਤ ਰਹਿ ਵੀ ਭੈਣ ਇੱਥੇ ਸਾਡੇ ਕੋਲ ਕੋਈ ਇਸ ਦੀ ਸਮੱਸਿਆ ਆਈ ਕਹਿੰਦੀ ਵੀਰੇ ਮੈਨੂੰ ਹੁਣ ਜਾਣਾ ਪੈਣਾ ਵਾਪਸ ਅਸੀਂ ਇੱਥੋਂ ਚਲੋ ਕਿਉਂਕਿ ਸਾਨੂੰ ਪਤਾ ਸਾਡੀ ਭੈਣ ਨੇ ਕਿਵੇਂ ਤਕਲੀਫ 'ਚ ਇੱਥੇ ਆਪਦੇ ਬੱਚੇ ਨੂੰ ਲੈ ਕੇ ਆਈ ਠੰਡ ਦੇ ਵਿੱਚ ਅਸੀਂ ਰਾਤ ਨੂੰ ਫਿਰ ਗੱਡੀ ਕਰਾ ਕੇ ਭੈਣ ਨੂੰ ਭੇਜਿਆ ਬੇਨਤੀ ਕਰੀ ਸੀ ਭੈਣ ਨੂੰ ਵੀ ਭੈਣੇ ਦਵਾਈ ਨਾ ਇਹਦੀ ਬੰਦ ਕਰੀ ਅਤੇ ਉਹਨੂੰ ਅਪਾਹਜ ਆਪਦੇ ਬੇਟੇ ਨੂੰ ਅੱਜ ਵੀ ਐਂ ਗੋਦੀ ਚੱਕੀ ਫਿਰਦੀ ਕਿੰਨੇ ਸਾਲਾਂ ਦਾ ਹੋ ਗਿਆ ਉਹ 14 ਸਾਲ ਪਰਮਾਤਮਾ ਦੀ ਉਸ ਰਹਿਮਤ ਤੇ ਨਾ ਥੋੜਾ ਤੁਰਨ ਲੱਗ ਜੇ ਨਾ ਵੀ ਮੈਂ ਇੱਕ ਦੋ ਕੁਵਾਰ ਤੈਰ ਦੇ ਰੱਖੀ ਹੈ ਤੇ ਵੀ ਮੈਂ ਕੋਈ ਧੀ ਭੈਣ ਗੋਦ ਪਾ ਲਾਂ ਵੀ ਚੱਲ ਭੈਣ ਭਰਾ ਬਣ ਜਾਣਗੇ ਤੇ ਉਹ ਇੱਕ ਦੋ ਦੱਸਾਂ ਹੀ ਪਈਆਂ ਨੇ ਫਿਰ ਉਹ ਬੇਟੇ ਦਾ ਕਰਕੇ ਅਗਲਾ ਚੁੱਪ ਕਰ ਜਾਂਦਾ ਅਗਲਾ ਕਹਿੰਦਾ ਵੀ ਬੇਟਾ ਥੋੜਾ ਜਿਹਾ ਵੀ ਤੁਰਦਾ ਘੱਟ ਹੈ ਵੀ ਤੂੰ ਇਹਦੇ ਨਾਲ ਵੀ ਬੱਚੀ ਕਿਵੇਂ ਪਾਲੇਂਗੀ ਤੇ ਹੁਣ ਬਸ ਮੈਨੂੰ ਐਂ ਹੋ ਗਿਆ ਵੀ ਮੈਨੂੰ ਕਲੇਸ ਨਾਲ ਕਰਜ਼ਾ ਮਿਲ ਗਿਆ ਵੀ ਕਿੱਲਾ ਕੁ ਜ਼ਮੀਨ ਦਾ ਮਿਲ ਗਿਆ ਵੀ ਚੱਲ ਭੈਣ ਭਰਾ ਬਣ ਜਾਣਗੇ ਕੋਈ ਸਹਾਰਾ ਬਣ ਕੋਈ ਨਾ ਬਣੂਗਾ ਬਣੂਗਾ ਇੱਕ ਦਿਨ ਤੇਰੇ ਮਨ ਦੀ ਮਹਾਰਾਜ ਕਰਨਗੇ ਕਿਰਪਾ ਅਸੀਂ ਵੀ ਅਰਦਾਸ ਕਰਦੇ ਹਾਂ ਮੇਰੀ ਇੱਕ ਧਿਆਨ ਨਾਲ ਸੁਣ ਲਾ ਗੱਲ ਬਸ ਇਹਦੀ ਦਵਾਈ ਡਾਕਟਰ ਨੂੰ ਨਾ ਹੁਣ ਜਦੋਂ ਕੱਲ੍ਹ ਨੂੰ ਡਾਕਟਰ ਨੂੰ ਮਿਲੇਗੇ ਮੈਂ ਇੱਥੇ ਹੋਊਂਗਾ ਮੈਨੂੰ ਆਵਾਜ਼ ਮਾਰ ਲਿਓ ਮਾੜਾ ਜਿਹਾ ਮੈਂ ਡਾਕਟਰ ਨਾਲ ਆਪ ਗੱਲ ਕਰੂੰਗਾ ਹਾਂ ਮਾਤਾ ਉੱਥੇ ਡਾਕਟਰ ਨਾਲ ਮੈਂ ਗੱਲ ਕਰੂੰਗਾ ਡਾਕਟਰ ਮਮਤਾ ਸਿੰਗਲਾ ਜੀ ਨੇ ਨਾ ਜਿਹੜੀ ਭੈਣ ਉਹ ਵੀ ਬਹੁਤ ਚੰਗੇ ਡਾਕਟਰ ਨੇ ਜਦੋਂ ਤੁਸੀਂ ਉੱਥੇ ਪਹੁੰਚ ਗਏ ਅਮਨ ਮੁੰਡਾ ਹੋਊਗਾ ਉੱਥੇ ਮੈਂ ਇੱਥੋਂ ਤੇਰੇ ਦੀ ਗੱਲ ਕਰਾ ਕੇ ਭੇਜੂੰਗਾ ਜਦੋਂ ਤੁਸੀਂ ਇੱਥੋਂ ਜਾਣਾ ਤੁਸੀਂ ਮੇਰੇ ਨਾਲ ਗੱਲ ਕਰਕੇ ਜਾਇਓ ਠੀਕ ਹੈ ਮੈਂ ਪਰਚੀ 'ਤੇ ਲਿਖ ਦੂੰ ਉਸ ਸਪੈਸ਼ਲ ਦੀ ਭੈਣ ਨਾਲ ਡਾਕਟਰ ਨਾਲ ਵੀ ਤੁਸੀਂ ਗੱਲ ਕਰਿਓ ਉਹਨੂੰ ਪੂਰੀ ਸਮੱਸਿਆ ਸਮਝਾਇਓ ਆਪਦੀ ਫਿਰ ਦਵਾਈ ਦੌਰਾ ਪੈਣਾ ਹਟ ਜਾਊਗਾ ਠੀਕ ਆ ਪਰ ਤੂੰ ਸਾਡੇ ਲਈ ਆਹ ਕੀਤਾ ਭੈਣੇ ਤੇਰਾ ਬਹੁਤ ਧੰਨਵਾਦ ਨਹੀਂ ਮੇਰੀ ਭੈਣ ਤੁਸੀਂ ਦੇਖੋ ਜੀ ਆਹ ਸ਼ੀਸ਼ੇ ਦੇ ਵਿੱਚ ਥੱਲੇ ਇਹਦੇ 'ਚ ਤਾਂ ਕੋਈ ਚੀਜ਼ ਪਾਉਣੀ ਹੋਵੇ ਜਿਵੇਂ ਕੰਘਾ ਕੁੰਘਾ ਹੈ ਨਾ ਕੋਈ ਵੀ ਚੀਜ਼ ਇੱਥੇ ਪੈ ਸਕਦੀ ਆ ਦਾੜੀ ਵਾਲਾ ਬਰੱਸ਼ ਪੈ ਜਾ ਕਰੂਗਾ ਸ਼ੀਸ਼ਾ ਇਹ ਕਟਿੰਗ ਵਾਲੇ ਸ਼ੀਸ਼ੇ ਐਂ ਮਿਲ ਜਾਂਦੇ ਹੈ ਵਾਹ ਜੀ ਵਾਹ ਭੈਣ ਮੇਰੀ ਤੇਰੇ ਕੋਲ ਤਾਂ ਬੜੀ ਵੱਡੀ ਕਲਾ ਤੈਨੂੰ ਇੱਕ ਅਸੀਂ ਐਂ ਕਰੀਏ ਜੇ ਤੈਨੂੰ ਇੱਕ ਕੰਮ ਕਰੀਏ ਭੈਣੇ ਸਾਡੇ ਕੋਲ ਜਿਵੇਂ ਇੱਥੇ ਮਾਈਆਂ ਹੈਗੀਆਂ ਜਿਹੜੀਆਂ ਭੈਣਾਂ ਹੈ ਨਾ ਠੀਕ ਨੇ ਅਸੀਂ ਚਾਹੁੰਦੇ ਹਾਂ ਇਹਨੂੰ ਹੈਂਡ ਕਰਾਫਟ ਕਹਿੰਦੇ ਵੀ ਹੱਥਾਂ ਦੇ ਨਾਲ ਬਣਾਈਆਂ ਹੋਈਆਂ ਇਹ ਚੀਜ਼ਾਂ ਨਾ ਜੰਗਲ ਬਣਿਆ ਪਿਆ ਸੀ ਘਰ ਜਿਹਦੇ ਕੋਲ ਨਾਲ ਕੁੱਤਾ ਸੀਗਾ ਛੋਟਾ ਜਿਹਾ ਹਨਾ ਓਦਾਂ ਹੀ ਇੱਕ ਨਵਨੀਤ ਭੈਣ ਜਿਹੜੀ ਚੰਡੀਗੜ੍ਹ ਮੋਹਾਲੀ ਤੋਂ ਲਿਆਏ ਸੀ ਉਹ ਕਿੱਦਾਂ ਡਸਟਬੀਨ ਚੋਂ ਕੱਢ ਕੱਢ ਕੇ ਲੋਕਾਂ ਦੇ ਸਮਾਨ ਖਾਂਦੀ ਸੀ ਜਿਹੜੀ ਪੜ੍ਹੀ ਲਿਖੀ ਕੁੜੀ ਚੰਡੀਗੜ੍ਹ ਕੋਠੀ 'ਚ ਰਹਿੰਦੀ ਸੀ ਇਕੱਲੀ ਤੁਸੀਂ ਜਲੰਧਰ ਗਏ ਸੀ ਉਹਦੇ ਮੈਂ ਉਹ ਤੁਹਾਡੀ ਵੀਡੀਓ ਦੇਖ ਕੇ ਘਰੇ ਵਿੱਚ ਕੋਈ ਬਿਮਾਰ ਮਾਤਾ ਕੁਲਵੰਤ ਕੌਰ ਉਹ ਜਿਹੜੀ ਜਲੰਧਰ ਦੇ ਜਲੰਧਰ ਜਿਹਦੇ ਹੱਥ ਪੈਰ ਗਲੇ ਪਏ ਪਿੱਛੇ ਬੈਕ ਸਾਰੀ ਗਲੀ ਪਈ ਕੀੜੇ ਪੈ ਗਏ ਸੀ ਉਹ ਮਾਤਾ ਦੇ ਹਨਾ ਤੇ ਉਹ ਆ ਵੀ ਇੱਦਾਂ ਦੇ ਜੇ ਤੁਸੀਂ ਸਿਖਾ ਦਵੋ ਨਾ ਐਂਡ ਅਸੀਂ ਇੱਥੇ ਥੋੜਾ ਜਿਹਾ ਸੌਖੇ ਵੀ ਛੋਟੇ ਛੋਟੀਆਂ ਹਾਂ ਹੈਗੀਆਂ ਨੇ ਉਹ ਵੀ ਬਣ ਸਕਦੀਆਂ ਨੇ ਤੇਰੇ ਕੋਲ ਕਲਾ ਵਾ ਤੂੰ ਕਿੱਥੇ ਸਿੱਖੀ ਸੀ ਭੈਣੇ ਇਹਦੇ ਵੀਰ ਜੀ ਬਸ ਪਹਿਲਾਂ ਤਾਂ ਵੀ 10 ਜਮਾਤਾਂ ਪੜੀਆਂ ਸੀ ਉਹ ਤਾਂ ਖੂਹ 'ਚ ਗਈਆਂ ਚੱਲ ਵਾਹਿਗੁਰੂ ਦੀ ਕਿਰਪਾ ਨਾਲ ਜੇ ਹੋਈ ਹੁੰਦੀ ਹੈ ਫਿਰ ਬਸ ਬੈਠੀ ਹੁਣ ਇਕੱਲੀ ਦਿਮਾਗ ਲੜਾ ਲੈਂਦੀ ਆਪ ਹੀ ਹੈ ਗੋਡ ਗਿਫਟਡ ਹੀ ਹੈ ਮੇਰੀ ਭੈਣ ਨੂੰ ਚੀਜ਼ਾਂ ਦੇਖੋ ਭੈਣੇ ਕਿਹੜੇ ਪਿੰਡ ਆ ਤੇਰਾ ਚੀਮਾ ਜੋਧਪੁਰ ਜ਼ਿਲ੍ਹਾ ਪੈਂਦਾ ਤੁਹਾਨੂੰ ਬਰਨਾਲਾ ਤੇ ਅੱਜ ਇਹ ਭੈਣ ਘਰ ਵਾਲੇ ਤੇ ਜਾਣ ਤੋਂ 10 ਸਾਲ ਬਾਅਦ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਸਮਾਜ ਦੇ ਵਿੱਚ ਇਕੱਲੀ ਕੁੜੀ ਦਾ ਰਹਿਣਾ ਵਿਡੋ ਲੇਡੀ ਦਾ ਆਪਦੇ ਆਪ ਦੇ ਵਿੱਚ ਹੀ ਇੱਕ ਵੱਡਾ ਚੈਲੰਜ ਆ ਆਪਦੇ ਆਪ 'ਚ ਇੱਕ ਵੱਡਾ ਕਾਰਜ ਆ ਅਤੇ ਆਪਣੇ ਆਪ ਦੀ ਇੱਜ਼ਤ ਨੂੰ ਬਚਾ ਕੇ ਰੱਖਣਾ ਦੂਸਰਾ ਆਪਣੇ ਬੱਚੇ ਨੂੰ ਜਿਹੜਾ ਅਪਾਹਜ ਆ ਉਹਨੂੰ ਸੰਭਾਲਣਾ ਉਹਨੂੰ ਮਿੱਟੀ ਨਹੀਂ ਲੱਗਣ ਦਿੰਦੀ ਇਸ ਤਰੀਕਾ ਫੁੱਲਾਂ ਵਾਂਗੂ ਰੱਖਿਆ ਹੋਇਆ ਪੁੱਤ ਅਤੇ ਫਿਰ ਦੂਸਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਹਿੰਦੀ ਮੈਂ ਇਕੱਲੀ ਇਕੱਲੀ ਬੈਠੀ ਬਣਾਈ ਜਾਣੀ ਰਹਿੰਦੀ ਹਾਂ ਦੇਖੋ ਹਰਿਆਣੇ ਤੋਂ ਠੀਕ ਹੈ ਪੁੱਤ ਤੈਨੂੰ ਜਦੋਂ ਦੌਰਾ ਪੈਂਦਾ ਜਦੋਂ ਦੌਰਾ ਪੈ ਕੇ ਹਟਦਾ ਤੈਨੂੰ ਯਾਦ ਹੁੰਦੀ ਹੈ ਗੱਲ ਵੀ ਤੈਨੂੰ ਦੌਰਾ ਪਿਆ ਸੀ ਯਾਦ ਭੁੱਲ ਜਾਂਦੀ ਆ ਪਤਾ ਨਹੀਂ ਲੱਗਦਾ ਹੈ ਨਾ
ਜਦੋਂ ਤੈਨੂੰ ਮਤਲਬ ਚੀਕ ਮਾਰਦੀ ਉਹ ਤਾਰਾ ਪੈਂਦਾ, ਚੀਕ ਮਾਰ ਕੇ ਪੈਂਦਾ ਐਂ ਚੁੱਪ ਕਰ ਬੈਠੇ ਬੈਠੇ ਪਿੱਛੇ ਨੂੰ ਮੁੜਦੀ, ਹੱਥ ਇਕੱਠੇ ਹੋ ਜਾਂਦੇ ਏਦਾਂ, ਕੋਈ ਨਾ ਹਟ ਜਾਣਾ ਤੇਰਾ ਦੌਰਾ. ਠੀਕ ਆ, ਤੇਰਾ ਨਾਂ ਕੀ ਆ? ਅਮਨਦੀਪ. ਕਿੰਨਾ ਪੜ੍ਹੀ ਤੂੰ? ਅੱਠ ਪੜ੍ਹੀ. ਕਦੋਂ ਹਟੀ? ਅੱਠਵੀਂ. ਕੋਈ ਹੋਰ ਗੱਲ ਹੋਵੇ ਮਾੜੀ ਮੋਟੀ ਦਿਮਾਗੀ, ਨਾਨੇ ਨਾਨੀ ਨੂੰ, ਮਾਮੀ ਮਾਮੀ ਨੂੰ? ਕੋਈ ਨੀ ਹੋਇਆ. ਠੀਕ, ਬਿਲਕੁਲ ਠੀਕ ਹੋ ਜਾਣੀਆਂ ਨੇ. ਪਰ ਮੇਰੀ ਬੇਨਤੀ ਮੈਂ ਜਿਹੜੀ ਉਹਨਾਂ ਨੂੰ ਵੀ ਕਰਕੇ ਕਹਿੰਦੇ ਤੈਨੂੰ ਬਾਈ ਉਹੀ ਆ, ਦਵਾਈ ਬੰਦ ਨਹੀਂ ਕਰਨੀ. ਸਾਲ ਦਵਾਈ ਤੂੰ ਖਾਏਗਾ ਨਾ, ਯਾਨੀ ਕਿ ਸਬਰ ਦੇ ਨਾਲ, ਜੇ ਕੋਈ ਇੱਕ ਅੱਧੀ ਵਾਰੀ ਦੌਰਾ ਪੈ ਵੀ ਜਾਊਗਾ ਨਾ, ਹਟ ਜਾਊਗਾ. ਕਿਉਂਕਿ ਇੰਨੇ ਟਾਈਮ ਤੋਂ ਜਿਹੜੀ ਚੀਜ਼ ਹੋ ਰਹੀ ਆ ਉਹਨੂੰ ਆਪਾਂ ਐਂ ਚੁਟਕੀ ਨਾਲ ਨਹੀਂ ਠੀਕ ਕਰ ਸਕਦੇ. ਹੈ ਨਾ, ਕਈ ਲੋਕ ਆਪਣੇ ਕੋਲ ਆਉਂਦੇ ਆ, ਉਹ ਇੱਕ ਵਾਰੀ ਦਵਾਈ ਖਾਂਦੇ, 15 ਦਿਨਾਂ ਬਾਅਦ ਫਿਰ ਕਹਿੰਦੇ ਜੀ ਇਹ ਤਾਂ ਠੀਕ ਨਹੀਂ ਹੋਏ. ਯਾਨੀ ਕਿ ਮੇਰੀ ਬੇਨਤੀ ਆ, ਤੁਹਾਨੂੰ ਕੋਈ ਖਰਚਾ ਕੋਈ ਨਹੀਂ ਆਉਣਾ ਇੱਥੇ, ਬਸ ਤੁਸੀਂ ਇੱਕ ਦਿਨ ਮਹੀਨੇ 'ਚ ਆਪਣਾ ਕੱਢਣਾ. ਪਹਿਲੀ ਦਵਾਈ ਅਸੀਂ ਹੁਣ ਤੁਹਾਨੂੰ ਸ਼ਾਇਦ 15 ਦਿਨ ਦਿੱਤੀ ਹੈ, ਜਾਂ ਦੌਰੇ ਵਾਲਿਆਂ ਨੂੰ ਤਾਂ ਮਹੀਨੇ ਦੀ ਵੀ ਦੇ ਦਿੰਦੇ ਡਾਕਟਰ, ਅਤੇ ਉਦੋਂ ਬਾਅਦ ਮਹੀਨੇ ਦੀ ਮਹੀਨੇ ਦਵਾਈ ਤੁਸੀਂ ਆ ਕੇ ਲੈ ਜਾਣਾ, ਕੁੜੀ ਨੂੰ ਦੌਰਾ ਨਹੀਂ ਪਊਗਾ ਜਮਾਂ ਹੀ. ਠੀਕ ਆ ਪੁੱਤ? ਬਸ ਕੰਮ ਕਰਨ ਲੱਗ ਜਾ ਹੁਣ ਤੂੰ, ਦੇ ਲਓ ਭੈਣ ਕਿੰਨਾ ਸੋਹਣਾ ਕੰਮ ਸਿੱਖਿਆ ਹੋਇਆ ਨੇ. ਥਰਾਜ ਤੋਂ? ਅੱਛਾ ਅੱਛਾ ਅੱਛਾ, ਹਰਿਆਣੇ 'ਚ ਪਿੰਡ ਆ ਥਰਾਜ. ਇੱਕ ਥਰਾਜ ਇੱਧਰ ਵੀ ਆ ਜਿਹੜਾ ਉਹਦਾ ਸਾਡੇ ਭਗਵੰਤ ਮਾਨ ਦਾ ਵੀ ਪਿੰਡ ਆ ਥਰਾਜ, ਸਰਸ ਜ਼ਿਲ੍ਹੇ 'ਚ. ਹਾਂ ਭੈਣ, ਤੂੰ ਦੱਸ ਕੀ ਕਹਿੰਦੀ? ਨੀਂਦ ਨਹੀਂ ਆਉਂਦੀ ਜੀ ਮੈਨੂੰ. ਕਿਉਂ ਨਹੀਂ ਆਉਂਦੀ ਨੀਂਦ? ਟੈਨਸ਼ਨ ਕਾਹਦੀ ਲਈ ਜਾਂਦੀ ਆ ਭਾਈ? ਨਿਗਾਹ ਘੱਟ ਗਈ ਸੀ, ਨਿਗਾਹ ਦੀ ਕਰਕੇ. ਅੱਛਾ, ਨਿਗਾਹ ਹੁਣ ਠੀਕ ਆ? ਹਾਂ, ਨਿਗਾਹ ਹੁਣ ਘੱਟ ਆ ਗਈ ਜੀ, ਹਾਏ ਤਾਂ ਹੈਗੀ. ਨਹੀਂ, ਦਿਖਾਇਆ ਸੀ ਡਾਕਟਰ ਨੂੰ? ਹਾਂਜੀ. ਕੀ ਕਹਿੰਦੇ? ਉਹਦੇ ਵੀ ਨੇੜੇ ਨੇੜੇ ਵਾਲੀ ਆ. ਨਹੀਂ, ਹਾਂ ਨੇੜੇ ਨੇੜੇ ਵਾਲੀ. ਕੀ ਕਹਿੰਦੇ? ਐਨਕਾਂ ਲੱਗਣਗੀਆਂ? ਹਾਂ, ਐਨਕ ਲਾਤੀ ਸੀ. ਐਨਕ ਹੈਗੇ ਤੇਰੇ ਕੋਲ? ਹਾਂਜੀ. ਉਹਦੇ ਨਾਲ ਠੀਕ ਦਿੰਦਾ? ਹਾਂ, ਉਹ ਨੇੜੇ ਨੇੜੇ ਹੀ ਦਿੰਦਾ, ਦੂਰੋਂ ਘੱਟ ਦਿੰਦਾ. ਜਿਵੇਂ ਮੰਨ ਲਓ ਹੁਣ ਉਹ ਦਿੰਦਾ ਨਹੀਂ ਤੈਨੂੰ, ਉਹ ਪੜ੍ਹਿਆ ਜਾਂਦਾ ਤੈਨੂੰ, ਉਹ ਕੀ ਲਿਖਿਆ ਨਹੀਂ ਲਿਖਣਾ? ਪੜ੍ਹਿਆ ਜਾਂਦਾ, ਹੁਣ ਦਿੰਦਾ ਹੈਗਾ ਜੀ. ਹੁਣ ਦਿੰਦਾ? ਕੋਈ ਨਾ, ਆਪਾਂ ਕਰਾਂਗੇ ਗੱਲ. ਕਿੰਨੇ ਟਾਈਮ ਤੋਂ ਹੋਈ ਹੈ ਗੱਲ? ਹੋ ਗਏ ਸੀ 7 ਮਹੀਨੇ. ਦਵਾਈਆਂ ਦਵਾਈਆਂ ਖਾਧੀਆਂ ਸਾਰੀਆਂ? ਲਿਆਓ ਸਾਰੀਆਂ ਪਰਚੀਆਂ ਪੁਰਚੀਆਂ ਨਾਲ ਦਵਾਈਆਂ ਦਵਾਈਆਂ ਜਿਹੜੀਆਂ ਖਾਧੀਆਂ, ਜਿਹੜੀ ਵੀ ਇਹ ਦਵਾਈ ਖਾਂਦੀ ਸੀ ਭੈਣ, ਉਹ ਦਵਾਈ ਲਿਆਂਦੀ ਹੈ ਨਾਲ? ਉਹ ਡਾਕਟਰ ਨੂੰ ਦਿਖਾਉਣੀ ਆ ਪਰਚੀ ਹੈ ਕੋਈ? ਹਾਂ, ਉਹ ਦਿਖਾਇਓ ਕੋਈ ਨਾ. ਕੀ ਨਾਂ ਭੈਣ ਦਾ? ਪਰਮਜੀਤ ਕੌਰ. ਮੇਰੀ ਸੁਣ ਲੱਗ ਗੱਲ, ਤੁਹਾਡੇ ਹਰਿਆਣੇ ਵਾਲੇ ਪਾਸੇ ਉੱਧਰ ਬੰਦੇ ਤੁਸੀਂ ਬਹੁਤ ਰੱਬ ਵਰਗੇ ਬੰਦੇ. ਮੈਂ ਗਿਆ ਉੱਥੇ ਸਾਡੇ ਬੜੇ ਗੁੜੇ ਵੀਰੂ ਵਾਲਾ ਪਿੰਡ ਨਾ ਜਿਹੜਾ ਵੀਰੂ ਵਾਲੇ. ਹਾਂ, ਨਹੀਂ ਨਹੀਂ, ਤੂੰ ਸਾਰੇ ਰੱਬ ਆ, ਰੱਬ ਸਾਰਿਆਂ 'ਚ ਹੀ ਹੈ ਬਾਈ, ਗੱਲ ਦੇਖਣ ਤੇ ਸਮਝਣ ਦੀ ਆ. ਤੇ ਵੀਰੂ ਵਾਲੇ ਪਿੰਡ ਉੱਥੇ ਸਾਡੇ ਸਾਡਾ ਡਾਕਟਰ ਸੀ ਭਰਾ, ਉੱਥੇ ਹੁਣ ਤਾਂ ਪੰਜਾਬ ਆ ਕੇ ਰਹਿਣ ਲੱਗ ਗਿਆ. ਉਹ ਪਹਿਲਾਂ ਉੱਥੇ ਰਹਿੰਦਾ ਹੁੰਦਾ ਸੀ, ਉਹਦੀ ਵਾਈਫ ਟੀਚਰ ਸੀ, ਉੱਥੇ ਪੜ੍ਹਾਉਂਦੀ ਸੀ ਵੀਰੂ ਵਾਲੇ. ਅਸੀਂ ਜਾਂਦੇ ਰਹੇ ਉੱਥੇ ਤੇ ਠੀਕ ਹੋ ਜਾਣਾ. ਬਸ ਸਾਰੀਆਂ ਚੀਜ਼ਾਂ ਡਾਕਟਰ ਨੂੰ ਦੱਸੀ, ਸਾਰੀਆਂ ਅਸੀਂ ਨੋਟ ਕਰਾਂਗੇ, ਲਿਖਾਂਗੇ, ਡਾਕਟਰ ਨੂੰ ਦੱਸਾਂਗੇ. ਬਸ ਬੰਦ, ਬੇਨਤੀ ਉਹੀ ਹੈ ਜਿਹੜੀ ਉਹਨਾਂ ਨੂੰ ਕੀਤੀ ਹੈ, ਦਵਾਈ ਬੰਦ ਨਹੀਂ ਕਰਨੀ. ਜਦੋਂ ਲਗਾਤਾਰ ਦਵਾਈ ਖਾਵਾਂਗੇ ਨਾ, ਫਿਰ ਫਰਕ ਪੈਂਦਾ. ਠੀਕ ਆ? ਠੀਕ ਆ ਭੈਣੇ, ਜਿਉਂਦੀ ਵਾਰਦੀ ਰਹੇ. ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਕਿਵੇਂ ਆ? ਹਾਂ ਭਾਈ, ਕੁੜੀਏ ਕਿਵੇਂ ਆ? ਇੱਧਰ ਦੀ ਆ. ਹਾਂ ਭੈਣੇ, ਕਿਵੇਂ ਆ? ਇੱਧਰ ਦੇਖ ਮੇਰੇ ਵੱਲ. ਸਤਿ ਸ਼੍ਰੀ ਅਕਾਲ, ਹੱਥ ਜੋੜ ਕੇ ਐਂ. ਸਤਿ ਸ਼੍ਰੀ ਅਕਾਲ ਭੈਣੇ, ਇੱਧਰ ਮੇਰੇ ਵੱਲ ਦੇਖ ਕੇ. ਕੀ ਨਾਂ ਮੇਰੀ ਭੈਣ ਦਾ? ਹੈਂ, ਉੱਚੀ ਬੋਲ, ਮੈਨੂੰ ਘੱਟ ਸੁਣਦਾ ਥੋੜ੍ਹਾ ਜਿਹਾ. ਹਾਲੇ ਮੇਰੇ ਕੰਨ 'ਚ ਮਸ਼ੀਨ ਲੱਗੀ ਨਹੀਂ, ਹਾਲੇ ਲੱਗੀ ਹੈ ਨਾ, ਥੋੜ੍ਹਾ ਜਿਹਾ ਘੱਟ ਸੁਣਦਾ. ਉੱਚੀ ਬੋਲ, ਮੈਂ ਤੁਹਾਨੂੰ ਪਤਾ ਮੈਨੂੰ ਕੀ. ਉੱਚੀ ਬੋਲ ਕੇ ਦੱਸੀ ਭੈਣੇ, ਕੀ ਨਾਂ? ਕੀ ਨਾਂ? ਮਿੰਟੀ. ਮਿੰਟੀ ਨਾਂ ਤੇਰਾ? ਠੀਕ ਹੈ ਭੈਣੇ. ਪੂਰਾ ਨਾਂ ਕੀ ਹੈ? ਪੂਰਾ ਜਿਹੜਾ ਸਕੂਲ 'ਚ ਸੀਗਾ ਉਹ ਭੈਣੇ? ਪੂਰਾ ਨਹੀਂ ਪਤਾ. ਕੀ ਹੈ ਦੱਸ, ਪੱਕਾ ਨਾਂ ਕਿਹੜਾ ਤੇਰਾ ਭੈਣੇ? ਉਹ ਕੁੜੇ ਕੁੜੀ ਮਿੰਟੀ ਪਤਾ ਨਹੀਂ ਤੈਨੂੰ? ਮੈਨੂੰ ਪਤਾ ਵਾ, ਮੈਂ ਦੱਸਾਂ ਕੀ ਨਾਂ ਵੀਰੇ ਪੱਕਾ ਇਹਦਾ? ਨਾਂ ਕੀ ਆ ਪੱਕਾ? ਉਹ ਪੱਕਾ ਨਾਂ ਕੀ ਆ ਭਾਈ ਇਹਦਾ? ਪੱਕਾ ਮਨਜਿੰਦਰ ਕੌਰ. ਕਿੰਨਾ ਪੜ੍ਹੀ ਆ ਇਹ? 12 ਪੜ੍ਹੀ. ਇਹਨੂੰ ਕਿੰਨਾ ਟਾਈਮ ਹੋ ਗਿਆ ਇੱਦਾਂ ਹੋਈ ਨੂੰ? ਇੱਦਾਂ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਇੱਦਾਂ? ਪਹਿਲਾਂ ਇਹਨੂੰ ਦੌਰਾ ਪੈਂਦਾ. ਕਿੰਨਾ ਟਾਈਮ ਹੋ ਗਿਆ? ਇਹ ਮੇਰੇ ਹਿਸਾਬ ਨਾਲ ਜਦੋਂ ਮੇਰੇ 2 ਸਾਲ ਵਿਆਹ ਨੂੰ ਹੋਏ ਤੇ 3 ਦਿਨ ਹੋਏ ਨਾ. ਨਹੀਂ, ਹੁਣ ਕਿੰਨਾ ਟਾਈਮ ਕਿੰਨਾ ਹੋ ਗਿਆ ਜੀ? 2 ਸਾਲ ਹੋ ਗਏ. ਹਾਂ, 2 ਸਾਲ ਹੋ ਗਏ. ਦੇਖੋ ਫਿਰ ਬਾਤ 20 ਦਿਨ ਦੇ ਬਾਅਦ ਪਤਾ ਨਹੀਂ ਕਿਹੜੀ ਟੈਨਸ਼ਨ ਲੈ. ਮੈਂ ਤੁਹਾਨੂੰ ਦੱਸਦਾ ਗੱਲ, ਘਰ ਦੇ ਤਖੜੇ ਆ, ਭੂਆ ਵੀ ਅਮਰੀਕਾ ਵਾ,
ਤੇ ਭਰਾ ਵੀ ਇਹਦਾ ਅਮਰੀਕਾ ਤੂੰ ਤੁਸੀਂ ਕੀ ਲੱਗਦੇ ਹੋ ਮੈਂ ਘਰ ਵਾਲਾ ਤੁਹਾਡੇ ਘਰ ਵਾਲੀ ਆ ਅਜੇ ਤੁਹਾਡੇ ਵਿਆਹ ਤੋਂ ਕੁਛ ਟਾਈਮ ਬਾਅਦ ਹੀ ਹੋ ਗਈ ਸੀ ਇੱਦਾਂ ਠੀਕ ਆ ਹੁਣ ਮੇਰੀ ਸੁਣ ਗੱਲ ਇਹਨਾਂ ਦੇ ਘਰ ਦੇ ਵਿੱਚ ਪਰਿਵਾਰ 'ਚ ਪਿੱਛੇ ਕੋਈ ਹੈ ਇੱਦਾਂ ਥੋੜ੍ਹਾ ਬਹੁਤਾ ਦਿਮਾਗੀ ਮਾਂ ਵੀ ਇੱਦਾਂ ਦੀ ਥੋੜ੍ਹੀ ਸਿੱਧੀ ਜੀ ਸਿੱਧੀ ਆ ਨਾ ਨਹੀਂ ਹੈਲਪ ਨਹੀਂ ਕਰਦੇ ਨਹੀਂ ਸਿੱਧੀ ਆ ਥੋੜ੍ਹੀ ਜੀ ਸਿੱਧੀ ਆ ਥੋੜ੍ਹੀ ਜਿਹੀ ਉਹ ਸਿੱਧੀ ਕੋਈ ਗੱਲ ਨਹੀਂ ਉਹ ਠੀਕ ਉਹ ਉੱਥੋਂ ਹੀ ਬਿਮਾਰੀ ਆਈ ਹੈ ਇਹਨੂੰ ਇਹ ਬਿਮਾਰੀ ਖੂਨ 'ਚ ਆਈ ਹੈ ਇਹਦੇ 'ਚ ਠੀਕ ਆ ਮਾਂ ਤੋਂ ਅਤੇ ਇਹ ਠੀਕ ਹੋ ਜੂਗੀ ਆਪਾਂ ਇਹਦੀ ਦਵਾਈ ਹੁਣ ਸ਼ੁਰੂ ਕਰਾਵਾਂਗੇ ਕਿੱਥੋਂ ਆਏ ਤੁਸੀਂ ਮਾੜੀ ਪਿੱਛੇ ਗੁਰਦਾਸਪੁਰ ਗੁਰਦਾਸਪੁਰ ਜ਼ਿਲ੍ਹਾ ਪਿੰਡ ਹੈਗਾ ਮਾੜੀ ਪਿੱਛੇ ਅਤੇ ਤਹਿਸੀਲ ਕਿਹੜੀ ਹਰਗੋਬਿੰਦਪੁਰਾ ਅਤੇ ਮੈਨੂੰ ਪਤਾ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਪਰ ਜੇ ਤੁਹਾਡਾ ਕੀ ਨਾਮ ਆ ਤੇਰਾ ਨਾਂ ਕੀ ਹੈ ਬਾਈ ਮੇਰਾ ਨਾਮ ਬਲਜੀਤ ਸਿੰਘ ਬਲਜੀਤ ਸਿੰਘ ਗੱਲ ਸੁਣ ਲੈ ਇੱਕ ਦਵਾਈ ਨਹੀਂ ਬੰਦ ਕਰੀ ਇਹਦੀ ਇਹ ਜਮ੍ਹਾਂ ਠੀਕ ਹੋ ਜੂ ਮੇਰੀ ਭੈਣ ਆ ਸਾਡੀ ਇਹ ਅਗਲੀ ਵਾਰੀ ਦਵਾਈ ਲੈਣਾ ਹੈਗਾ ਨਾ ਤੂੰ ਤੇਰਾ ਪੈਸਾ ਲਾ ਕੋਈ ਪੈਸਾ ਲੱਗਣਾ ਹੀ ਨਹੀਂ ਤੇਰਾ ਹੁਣ ਤੇਰਾ ਕੋਈ ਪੈਸਾ ਨਹੀਂ ਲੱਗਣਾ ਹੁਣ ਸਿਰਫ ਤੇਰਾ ਇੱਕ ਦਿਨ ਲੱਗਿਆ ਕਰਨਾ ਮਹੀਨੇ 'ਚ ਅਤੇ 500 ਰੁਪਇਆ ਕਿਰਾਇਆ ਲੱਗ ਜੂ ਵੱਧ ਤੋਂ ਵੱਧ 500 ਤਾਂ ਲੱਗ ਹੀ ਜਾਂਦਾ ਹੈ ਨਾ ਕੋਈ ਗੱਲ ਨਹੀਂ ਲਾ ਸਕਦਾ ਕਿ ਨਹੀਂ ਲਾ ਸਕਦਾ ਬਸ ਫਿਰ ਤੂੰ ਇਹਦੀ ਦਵਾਈ ਲਗਾਤਾਰ ਲੈਣੀ ਹੈ ਇੱਥੋਂ ਤੂੰ ਦੇਖੀ ਸਾਲ ਦੇ ਵਿੱਚ ਵਿੱਚ ਸਾਰੇ ਕੰਮ ਕਰੂ ਜਮ੍ਹਾਂ ਠੀਕ ਹੋ ਜੂ ਬੱਚਾ ਵੀ ਇਹਦੇ ਕੋਲ ਸੁੱਤਾ ਪਿਆ ਵਾ ਤੁਸੀਂ ਵੀ ਨਾਲ ਆਏ ਤੁਸੀਂ ਤਾਂ ਹਾਂ ਹਾਂ ਮੈਂ ਮਿਲਿਆ ਠੀਕ ਬਾਈ ਇਹਨੂੰ ਬੱਚਾ ਨਾ ਫੜਾਓ ਬੱਚਾ ਇਹਦੀ ਨਾਨੀ ਨੂੰ ਰੱਖ ਮਾਂ ਨੂੰ ਰੱਖ ਲਓ ਜਾਂ ਕੋਲੇ ਹੈਂ ਹੋਰ ਕਿਸੇ ਨੂੰ ਰੱਖ ਲਾ ਜਾਣੀ ਕਿ ਬੱਚਾ ਨਾ ਫੜਾਓ ਇਹਨੂੰ ਠੀਕ ਆ ਇੱਕ ਮਿੰਟ ਵੀਰੇ ਖੜ ਜਾਈ ਗੱਲ ਕਰਦੇ ਆਪਾਂ ਬੱਚੇ ਦੀ ਇਹ ਤੋਂ ਕਈ ਵਾਰੀ ਕੇਅਰ ਨਹੀਂ ਹੁੰਦੀ ਡਿੱਗ ਪਊਗਾ ਹੁਣ ਜਿਹੜੀ ਇਹਦੀ ਕੱਲ੍ਹ ਨੂੰ ਦਵਾਈ ਸ਼ੁਰੂ ਹੋਣੀ ਆ ਉਹ ਦਵਾਈ ਦੇ ਨਾਲ ਵੀ ਥੋੜ੍ਹਾ ਨਸ਼ਾ ਹੋਊਗਾ ਇਹਨੂੰ ਦਵਾਈ ਕੱਲ੍ਹ ਨੂੰ ਜਦੋਂ ਦੇਵਾਂਗੇ ਨਾ ਉਹਦੇ ਨਾਲ ਥੋੜ੍ਹਾ ਨਸ਼ਾ ਹੋਊਗਾ ਇਸ ਕਰਕੇ ਨਸ਼ੇ 'ਚ ਕਿਤੇ ਡਿੱਗ ਨਾ ਪਵੇ 15-20 ਦਿਨ ਥੋੜ੍ਹੀ ਦਵਾਈ ਇਹਨੂੰ ਡਾਕਟਰ ਨੀਂਦ ਵਾਲੀ ਦੇਣਗੇ ਤਾਂ ਜੋ ਇਹਦਾ ਦਿਮਾਗ ਠੀਕ ਹੋ ਸਕੇ ਅਤੇ ਉਨੇ ਕੁ ਦਿਨ ਬੱਚਾ ਇਹ ਤੋਂ ਥੋੜ੍ਹਾ ਦੂਰ ਰੱਖਣਾ ਬੱਚਾ ਇਹਦਾ ਦੁੱਧ ਪੀਂਦਾ ਨਹੀਂ ਉਬਰਾ ਹੀ ਪੀਂਦਾ ਹਾਂ ਪਹਿਲੇ ਦਿਨ ਤੋਂ ਹੀ ਪਹਿਲਾਂ 2 ਮਹੀਨੇ ਇਹਦਾ ਪੀਤਾ ਸੀ ਫਿਰ ਜਦੋਂ ਤੁਹਾਨੂੰ ਡਾਕਟਰਾਂ ਨੇ ਦੱਸਿਆ ਨਹੀਂ ਸੀਗਾ ਵੀ ਦੁੱਧ ਨਾ ਪਿਲਾਓ ਇਹਦਾ ਨਹੀਂ ਡਾਕਟਰ ਨੇ ਕਿਸੇ ਨੂੰ ਦੱਸਿਆ ਕਹਿੰਦਾ ਥੋੜ੍ਹਾ ਬਹੁਤ ਸਰਕਾਰੀ ਹਸਪਤਾਲ 'ਚ ਹੋਇਆ ਸੀ ਬੱਚਾ ਇਹ ਆਪਣੇ ਸਰਕਾਰੀ 'ਚ ਹੋਇਆ ਸੀ ਤਾਂ ਹੀ ਨਹੀਂ ਦੱਸਿਆ ਉਹਨਾਂ ਨੇ ਚਲੋ ਥੋੜ੍ਹਾ ਬਹੁਤ ਇਹਦਾ ਪਿਲਾਓ ਫਿਰ ਮੈਂ ਕਿਹਾ ਚਲ ਇਹ ਡਿੱਗਣ ਲੱਗ ਪਈ ਇਹਦਾ ਬੰਦ ਹੀ ਕਰਤਾ ਇਹਨੂੰ ਖੁਰਾਕ ਦੇ ਚੱਜ ਨਾਲ ਖੁਰਾਕ ਇਹਦੇ ਵਾਸਤੇ ਮੈਂ ਜਿਹੜੀ ਚੀਜ਼ ਪੂਰੀ ਕੀਤੀ ਹੈ ਨਹੀਂ ਹੁਣ ਇਹਦੀ ਘਿਓ ਦੁੱਧ ਪਨੀਰ ਪਨੂਰ ਇਹਨੂੰ ਖਵਾਉਣਾ ਰੋਜ਼ ਪਨੀਰ ਘਰੇ ਨਾ ਤਾਂ ਮੈਂ 1/2 ਕਿਲੋ ਦੁੱਧ ਦਾ ਪਨੀਰ ਦੁੱਧ ਉਬਾਲ ਲੈਣਾ ਜਦੋਂ ਉਬਲਣ ਲੱਗ ਗਿਆ ਵਿੱਚ ਇੱਕ ਨਿੰਬੂ ਪਾ ਦੇਣਾ ਨਿਚੋੜ ਦੇਣਾ ਉਹਦਾ ਪਨੀਰ ਬਣ ਜੂ ਪਾਣੀ ਵੀ ਪਿਆ ਦਿਆ ਕਰਾਂਗੇ ਗਲਾਸ 'ਚ ਕਾਲਾ ਲੂਣ ਪਾ ਕੇ ਅਤੇ ਪਨੀਰ ਖਵਾ ਦਿਆ ਕਰ ਥੋੜ੍ਹਾ ਜਿਹਾ ਉਹਦੇ ਨਾਲ ਇਹਨੂੰ ਕਿਉਂਕਿ ਪ੍ਰੋਟੀਨ ਦੀ ਲੋੜ ਆ ਅਤੇ ਹੁਣ ਜਿਹੜੀਆਂ ਦਵਾਈਆਂ ਦੇਣੀਆਂ ਨਾ ਆਪਾਂ ਉਹ ਵੀ ਥੋੜ੍ਹੀਆਂ ਦਵਾਈਆਂ ਵੀ ਤਾਕਤ ਚਾਹੀਦੀ ਹੈ ਸਰੀਰ 'ਚ ਖਾਣ ਲਈ ਠੀਕ ਆ ਬਾਈ ਕੋਈ ਨਾ ਠੀਕ ਹੋ ਜਾਣਾ ਵਾ ਬਥੇਰਾ ਸੇਵਾ ਕਰਨੀ ਤੂੰ ਟੈਨਸ਼ਨ ਨਾ ਲੈ ਤੂੰ ਧੰਨਵਾਦ ਆ ਤੇਰਾ ਬਹੁਤ ਨਹੀਂ ਤਾਂ ਲੋਕ ਬਾਈ ਛੱਡ ਕੇ ਭੱਜ ਜਾਂਦੇ ਆ ਛੱਡ ਕੇ ਭੱਜ ਜਾਂਦੇ ਲੋਕ ਹਾਂਜੀ ਹਾਂਜੀ ਇੱਦਾਂ ਤੂੰ ਇਹਨੂੰ ਸਾਂਭੀ ਫਿਰਦਾ ਨਾ ਬੰਦਾ ਬਿਮਾਰ ਹੋ ਜੇ ਨਾ ਜਨਾਨੀ ਵਿਚਾਰੀ ਔਖੀ ਸੌਖੀ ਉਹਨੂੰ ਸਾਂਭਦੀ ਆ ਅਖੀਰ ਤੱਕ ਪਰ ਜੇ ਜਨਾਨੀ ਬਿਮਾਰ ਹੋ ਗਈ ਨਾ ਬੰਦੇ ਭੱਜ ਜਾਂਦੇ ਛੱਡ ਕੇ ਬਾਈ ਹੁਣ ਤੇਰੇ ਅਸੀਂ ਤੇਰੇ ਭਰਾ ਵਾਂ ਇਹ ਸਾਡੀ ਭੈਣ ਆ ਅਸੀਂ ਤੇਰੇ ਨਾਲ ਖੜਾਂਗੇ ਬਾਈ ਜਿਹੜਾ ਘਰ ਦੇ ਨਾ ਅਮਰੀਕਾ ਵਾਲੇ ਸਾਰੇ ਪਿੱਛੇ ਹਟ ਗਏ ਕੋਈ ਫਿਕਰ ਨਾ ਕਰ ਆਹ ਘਰ ਬਣ ਗਿਆ ਤੁਹਾਡਾ ਹੁਣ ਠੀਕ ਆ ਸਮਝ ਲਾ ਤੇਰੇ ਸਹੁਰੇ ਆ ਇਹਦੇ ਪੇਕੇ ਆ ਇੱਥੇ ਜੇ ਤੰਗ ਕਰੇਗਾ ਅਸੀਂ ਪ੍ਰਾਹੁਣੇ ਵੀ ਕੁੱਟਦੇ ਹਾਂ ਠੀਕ ਆ ਹਾਂ ਮੇਰਾ ਤਾਂ ਇਹੋ ਜੀਵਨ ਸਾਥੀ ਹੋ ਜੂਗਾ ਵੀ ਹੋਊਗੀ ਠੀਕ ਹੈ ਜਿੱਦਾਂ ਪਹਿਲਾਂ ਰਹਿੰਦੀ ਸੀ ਨਾ ਬਸ ਉਹ ਲੈਣ ਚਾਹੀਦਾ ਮੇਰੀ ਮੈਂ ਕੰਮ ਕਰ ਸਕਦਾ ਧੰਨਵਾਦ ਆ ਬਾਈ ਤੇਰਾ ਕੀ ਕੰਮ ਕਰਦਾ ਤੂੰ ਪਹਿਲਾਂ ਮੈਂ ਜੀ ਦਿਹਾੜੀ ਕਰਦਾ ਪਹਿਲਾਂ ਬਾਹਰ ਸੀ ਅੱਛਾ ਕਿਹੜੇ ਦੇਸ਼ ਤੇ ਮੈਂ ਆਬੂਧਾਬੀ ਆਬੂਧਾਬੀ ਹੁਣ ਇੱਥੇ ਕੀ ਕਰਦਾ ਤੇ ਹੁਣ ਮੈਂ ਇੱਥੇ ਦਿਹਾੜੀ ਕਰਦਾ ਹੁਣ ਜ਼ਿਆਦਾ ਮੁਸ਼ਕਲ ਹੋ ਗਈ ਨਾ ਮੈਂ ਦਿਹਾੜੀ ਕਰ ਸਕਦਾ ਇਹਨੂੰ ਮੈਂ ਸਮਾਂ ਅਸੀਂ ਤੇਰੀ ਕੋਈ ਨਾ ਮਦਦ ਕਰਾਂਗੇ ਤੈਨੂੰ ਰਾਸ਼ਨ ਦੇ ਦਿਆ ਕਰਾਂਗੇ ਠੀਕ ਆ ਜਿੰਨਾ ਚਿਰ ਥੋੜ੍ਹੀ ਜਿਹੀ ਕਾਇਮ ਨਹੀਂ ਨਾ ਹੁੰਦੀ ਤੂੰ ਦਿਹਾੜੀ ਥੋੜ੍ਹੀ ਜਾਣ ਨਹੀਂ ਲੱਗਦਾ ਕੋਈ ਨਾ ਰਾਸ਼ਨ ਦੇ ਦਿਆ ਕਰਾਂਗੇ ਠੀਕ ਆ ਮੈਂ ਤਾਂ ਤੇਰਾ ਪਿੰਡ ਦੇ ਵੀ ਹੈਲਪ ਨਹੀਂ ਕਿਸੇ ਫਿਕਰ ਨਾ ਕਰ ਤੂੰ ਯਾਰ ਜਿਹਦੇ ਨਾਲ ਕੋਈ ਨਹੀਂ ਉਹਦੇ ਨਾਲ ਰੱਬ ਆ ਠੀਕ ਆ ਇਹ ਤੂੰ ਰੱਬ ਦੀ ਸੇਵਾ ਹੀ ਕਰਦਾ ਤੇਰੀ ਘਰ ਵਾਲੀ ਨਹੀਂ ਰੱਬ ਹੀ ਆ ਠੀਕ ਆ ਸਭ ਕਰੂ ਹੌਲੀ ਹੌਲੀ ਸਭ ਕਰੂਗੀ ਹੁਣ ਤਾਂ ਵਿਚਾਰੀ ਆਪਦੀ ਵੀ ਨਹੀਂ ਸੁੱਧ ਬੁੱਧ ਹੈ ਨਾ ਇਸ ਟਾਈਮ ਨੂੰ ਕੱਲ੍ਹ ਕੀਤਾ ਪਾਠ ਦਿਨੋਂ ਦਿਨ ਤੁਸੀਂ ਦੇਖਿਓ ਫਰਕ ਪਊਗਾ ਹੁਣ ਕੱਲ੍ਹ ਨੂੰ ਆਪਾਂ ਦਵਾਈ ਦੇਵਾਂਗੇ ਨਾ ਤੂੰ ਦੇਖੀ ਫਿਰ ਫਰਕ ਪਊਗਾ ਬਾਈ ਬਸ ਇਹੋ ਚਿੰਤਾ ਮੇਰਾ ਹੈ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਪਾ ਉੱਥੇ ਬੱਚੇ ਕੋਲ ਲੈ ਕੇ ਜਾ ਬੱਚਾ ਇਕੱਲਾ ਪਿਆ ਵਾ ਠੰਡ 'ਚ ਠੀਕ ਆ ਬਾਈ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਧੇ ਲੱਗ ਗਏ ਭੈਣਾਂ ਭਰਾਵਾਂ ਨੇ ਗੱਲਾਂ ਕਰਨ, ਅਤੇ ਸੋਰੀ ਫਿਰ ਤੁਹਾਡਾ ਧੰਨਵਾਦ ਆ ਜਿਹੜਾ ਇਸ ਵੇਲੇ ਤੱਕ ਸਾਡੇ ਨਾਲ ਜੁੜੇ ਹੋਏ ਹੋ। ਹਾਂਜੀ ਭੈਣੇ, ਕੀ ਹਾਲ ਨੇ ਵੀਰੇ? ਠੀਕ ਆ। ਹੁਣ ਥੋੜ੍ਹਾ ਸਖ਼ਤ ਘਟਿਆ ਉਹਦੇ ਨਾਲ? ਕੀਤੀ ਹੋਈ ਨੀ? ਮਾਸਟਰ ਕਹਿੰਦਾ ਇਹ ਪਹਿਲੀ ਵਾਰੀ ਆਇਆ ਇਹ ਤੇ ਫੋਟੋ ਦੇਖੀ ਸੀਗੀ ਉਦਣਾ ਨਾ ਹਾਂ ਮੈਂ ਅੱਗੇ ਦੇਖੀ ਕਹਿੰਦਾ ਮੈਂ ਬੰਦਾ ਮਿਲਿਆ ਹੀ ਨਹੀਂ ਪਹਿਲਾਂ ਉਹ ਮਾਸਟਰ ਕਿੱਥੇ ਜੀ ਉਹ ਨਾ ਵੀਰੇ ਸੁੱਤਾ ਪਿਆ ਦਵਾਈ ਦਿੱਤੀ ਕਿਵੇਂ ਠੀਕ ਹੈ ਮਾਸਟਰ ਹਾਂ ਕ
ਆਪਣੇ ਕੋਲੇ ਰੱਖ ਕੇ ਖਵਾ ਲਈਏ ਟਾਈਮ ਟੂ ਟਾਈਮ, ਫਿਰ ਹੱਲ ਹੋ ਜੂ, ਜਾਂ ਤੂੰ ਆਪਣੇ ਕੋਲੇ ਰੱਖ ਲੈ ਭੈਣੇ। ਵੀਰੇ ਮੈਂ ਆਪਣੇ ਮੈਂ ਤਾਂ ਮਤਲਬ ਕਿ ਤਿਆਰ ਆ, ਪਰ ਹੁਣ ਮੈਂ ਕੰਮ ਦੇ ਅੱਗੇ ਬੋਲ ਨਹੀਂ ਸਕਦੀ। ਚੱਲ ਕੋਈ ਨਾ, ਤੇ ਮੈਂ ਬੁਲਾਉਣਾ ਵੀ ਨਹੀਂ ਆਪਾਂ, ਐਵੇਂ ਹੋਰ ਘਰੇ ਜਾਂਦੇ ਨੇ ਤੈਨੂੰ ਚੱਕਰ ਪਾ ਲੈਣਾ। ਉਹੀ ਤਾਂ ਹੈ, ਮੇਰੇ ਮੁੰਡੇ ਮੰਨੋ ਨਾਲੇ, ਮੇਰੇ ਤੇ ਹੀ ਬਿਮਾਰੀ ਮੁੰਡਿਆਂ ਨੂੰ ਹੋ ਗਈ, ਕੁੱਟਦਾ ਮਾਰਦਾ ਮੰਨੋ। ਬੜਾ ਸਿਆਣਾ, ਕਿੰਨਾ ਪੜ੍ਹਿਆ ਲਿਖਿਆ ਟੀਚਰ ਆ ਜੀ। ਦਵਾਈ ਖਾਣ ਦੇ ਨਾਲ ਉਹਨੇ ਮੇਰੇ ਨਾਲ ਗੱਲ ਕੀਤੀ ਆ, ਉਹਨੇ ਅੱਜ ਇੱਥੇ ਬੈਠੇ ਨੇ ਮੇਰੇ ਨਾਲ ਗੱਲ ਕੀਤੀ ਆ। ਦਵਾਈ ਦਵਾਉਣ ਤੋਂ ਬਾਅਦ ਮੈਂ ਆਪਣੇ ਸਹੁਰੇ ਚਲੀ ਗਈ ਆ, ਤੇ ਅੱਜ ਹੀ ਉੱਥੋਂ ਆਈ ਆ, ਤੇ ਇਹਨਾਂ ਨੂੰ ਫੋਨ ਕਰਤਾ ਤੇ ਇਹ ਇੱਥੇ ਆ ਗਏ ਨਾਲ ਹੀ ਮੇਰੇ। ਮਤਲਬ ਕਿ ਉਹਨੇ ਮੈਨੂੰ ਗੱਲ ਕੀਤੀ ਹੈ, ਕਿਹੜੀ ਗੱਲ ਦੀ ਉਹਨੇ ਟੈਨਸ਼ਨ ਲੈ ਲਈ ਆ। ਤੇ ਜੇ ਸਕੂਲ 'ਚ ਪੜ੍ਹਾਉਣ ਜਾਂਦਾ ਨਾ, ਉਹ ਸਕੂਲ ਦਾ ਸਰਪੰਚ ਹੀ ਇਹਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈ। ਅੱਛਾ, ਉਹ ਨੌਕਰੀ ਵਾਸਤੇ ਕਹਿੰਦਾ ਹੋਣਾ ਇਹਨੂੰ, ਹੈ ਨਾ, ਵੀ ਤੇਰੀ ਨੌਕਰੀ ਤੋਂ ਕਢਾ ਦੂੰ ਮੈਂ, ਉਹ ਕਰ ਦੂੰ। ਹੁਣ ਆਪਾਂ ਮਤਲਬ ਕੁਝ ਗੱਲਾਂ ਹੁੰਦੀਆਂ ਵੀਰੇ, ਆਪਾਂ ਨਹੀਂ ਵੀ ਕਰ ਸਕਦੇ, ਹੈ ਨਾ। ਮਤਲਬ ਕਿ ਉਹ ਕਹਿੰਦਾ ਵੀ ਮੈਨੂੰ ਉਹਨੇ ਬਹੁਤ ਹੀ ਜ਼ਿਆਦਾ ਧਮਕੀ ਤੱਕ ਵੀ ਦਿੱਤੀ ਹੋਈ। ਕੋਈ ਨਾ, ਮੈਨੂੰ ਸਵੇਰੇ ਤੁਸੀਂ ਨਾ ਚੇਤੇ ਕਰਾਇਓ, ਅੱਜ ਤਾਂ ਹੁਣ ਆਪਾਂ, ਕੱਲ੍ਹ ਨੂੰ ਮੈਂ ਫਿਰ ਬਿਜੀ ਹੋਣਾ, ਮੇਰੀ ਗੱਲ ਨਹੀਂ ਹੋਣੀ, ਮੈਂ ਤੁਹਾਨੂੰ ਦੱਸ ਦੇਣਾ ਕੱਲ੍ਹ ਨੂੰ ਦਿਨੇ, ਜਾਂ ਤਾਂ ਕੱਲ੍ਹ ਨੂੰ ਤੁਸੀਂ ਰੁਕ ਜਾਇਓ। ਫਿਰ ਆਪਾਂ ਪਰਸੋਂ ਨੂੰ ਸਵੇਰੇ ਹੁਣ ਸਰਪੰਚ ਨਾਲ ਫੋਨ 'ਤੇ ਗੱਲ ਕਰ ਲਵਾਂਗੇ, ਉਹਨੂੰ ਅਸੀਂ ਵੀ ਬੇਨਤੀ ਕਰ ਦਾਂਗੇ ਵੀ ਭਰਾਈ ਬੰਦੇ ਦੀ ਦਵਾਈ ਸਾਡੇ ਕੋਲ ਚੱਲਦੀ ਆ, ਵੀ ਥੋੜ੍ਹਾ ਜਿਹਾ ਤੁਸੀਂ ਇਨਸਾਨੀਅਤ ਦਿਖਾਓ ਵੀ ਆਪਾਂ ਉਹਨੂੰ ਠੀਕ ਕਰ ਲਈਏ। ਕੋਈ ਨਾ, ਅਤੇ ਬਾਕੀ ਵੀਰੇ ਉਹਨੂੰ ਇਹਨੂੰ ਉਹਨਾਂ ਨੇ ਦਫ਼ਤਰ ਵਾਲਿਆਂ ਨੇ, ਜਿਹੜੇ ਮੋਗੇ ਦੇ ਜਿਹੜਾ ਦਫ਼ਤਰ ਆ ਡੀਓ ਦਫ਼ਤਰ ਵਾਲਿਆਂ ਨੇ, ਉਹਨਾਂ ਨੇ ਲਿਖ ਕੇ ਉੱਪਰ ਭੇਜ ਦਿੱਤਾ ਸੀਗਾ ਵੀ ਮਤਲਬ ਕਿ ਇਸ ਟਾਈਮ ਬੰਦਾ ਹਾਜ਼ਰ ਨਹੀਂ ਹੋ ਰਿਹਾ, 3-4 ਮਹੀਨੇ ਹੋ ਗਏ ਆ। ਅਤੇ ਉਹਨਾਂ ਨੇ ਕੀ ਕੀਤਾ, ਉੱਤੋਂ ਉਹਨਾਂ ਨੇ ਕੋਈ ਇਹਨਾਂ ਦੀ ਈਮੇਲ ਆਈਡੀ ਹੁੰਦੀ ਆ, ਉਹਦੇ ਵਿੱਚ ਉਹਨਾਂ ਨੇ ਵੀ ਇਹਦੇ ਤੋਂ ਜਵਾਬ ਤਲਬੀ ਮੰਗੀ ਆ, ਅਤੇ ਇਹਦਾ ਮੋਬਾਈਲ ਵਗੈਰਾ ਵੀ ਜਦੋਂ ਠੀਕ ਨਹੀਂ ਸੀ ਇਹਦੇ ਕੋਲ, ਬੰਦ ਹੋ ਗਿਆ ਸਾਰਾ ਕੁਛ, ਤੋੜ ਹੀ ਦਿੱਤਾ ਕਿ ਇਹਨੇ ਮੇਰਾ ਵੀ ਤੋੜ ਦਿੱਤਾ ਸੀ, ਆਪਦਾ ਵੀ ਤੋੜਤਾ ਸੀ। ਮਤਲਬ ਕਿ ਹੁਣ ਉਹ ਇਹਦਾ ਸਿਮ ਚੱਲੂਗਾ, ਅਤੇ ਉਹਦੇ ਵਿੱਚ ਇਹਦਾ ਬਾਇਓਡਾਟਾ, ਉਹ ਸਿਮ ਇਹਦੇ ਨਾਂ ਤੇ ਸੀ, ਸਿਮ ਇਹਦੇ ਨਾਲ ਤੇ ਇਹਨਾਂ ਦਾ ਅਟੈਚ ਹੁੰਦਾ ਨਾ, ਇਹਦਾ ਆਧਾਰ ਕਾਰਡ ਹੈਗਾ, ਆਧਾਰ ਕਾਰਡ ਵਗੈਰਾ ਇਹਦੀ ਘਰ ਦੀ ਲੈ ਗਈ, ਨਹੀਂ ਉਹ ਤਾਂ ਨਵਾਂ ਨਿਕਲ ਆਊਗਾ, ਆਧਾਰ ਕਾਰਡ ਦੀ ਕਾਪੀ ਕੂਪੀ ਫੋਟੋ ਕਾਪੀ ਹੈਗੀ ਨਾ, ਬਸ ਉਹਦੇ ਨਾਲ ਚੱਲ ਜਾਣਾ ਕੰਮ। ਤੁਹਾਨੂੰ ਮੈਂ ਕਿ ਭੈਣੇ ਬੇਨਤੀ ਕਰਦਾ, ਥੋੜ੍ਹਾ ਜਿਹਾ ਸਮਾਂ ਦੇ ਦੇ, ਮੈਂ ਮੰਨਦਾ ਤੇਰੀ ਵੀ ਮਜਬੂਰੀ ਹੈ ਬਹੁਤ ਵੱਡੀ, ਆਪਾਂ ਰਲ ਮਿਲ ਕੇ ਇਹਨੂੰ ਠੀਕ ਕਰ ਲਾਂ। ਦੇਖੋ ਇੰਨਾ ਪੜ੍ਹਿਆ ਲਿਖਿਆ ਬੰਦਾ ਸਰਕਾਰੀ ਟੀਚਰ ਲੱਗਿਆ ਹੋਇਆ, ਜੇ ਆਪਾਂ ਅੱਜ ਪਿੱਛੇ ਹਟ ਕੇ ਇਹਦੀ ਨੌਕਰੀ ਵੀ ਚਲੇ ਜਾਣੀ, ਇਹਦੀ ਜ਼ਿੰਦਗੀ ਵੀ ਬਰਬਾਦ ਹੋ ਜਾਣੀ ਹੈ ਫਿਰ। ਬਰਬਾਦ ਵੀਰੇ ਉਹ ਤਾਂ ਦਿਖਾ ਜਾਂਦੀ ਆ ਹੁਣ, ਪਰ ਅੱਗੇ ਨਾਲੋਂ ਬਹੁਤ ਵਧੀਆ ਸੈੱਟ ਹੈ, ਡੈਡੀ ਵੀ ਦੱਸਦੇ ਪਏ ਆ ਵੀ ਠੀਕ ਆ, ਉਹ ਡੈਡੀ ਵੀ ਆਏ ਨੇ ਨਾਲ, ਹਾਂਜੀ ਉਹ ਬੈਠੇ ਡੈਡੀ ਜੀ, ਠੀਕ ਆ ਬਾਪੂ, ਕਿਵੇਂ ਆ, ਠੀਕ ਆ ਹੁਣ ਅੱਗੇ ਨਾਲੋਂ, ਕੋਈ ਨਾ ਆਪਾਂ ਸਵੇਰੇ ਗੱਲ ਕਰਾਂਗੇ। ਤੁਸੀਂ ਨਾ ਕੱਲ੍ਹ ਨੂੰ ਜਾਇਓ ਨਾ, ਰਹਿ ਪਿਓ ਕੱਲ੍ਹ ਨੂੰ, ਕਿਉਂਕਿ ਕੱਲ੍ਹ ਨੂੰ ਮੈਂ ਬਹੁਤ ਬਿਜੀ ਹੋਣਾ, ਮੇਰੇ ਤੋਂ ਟਾਈਮ ਨਹੀਂ ਲੱਗਣਾ ਸਾਰਾ ਦਿਨ ਬਾਪੂ। ਆਪਾਂ ਇਹਦੇ ਮਾਸਟਰ ਉਹਦੇ ਨਾਲ ਵੀ ਸਰਪੰਚ ਨਾਲ ਵੀ ਗੱਲ ਕਰਾਂਗੇ, ਜਿਹੜਾ ਇਹਦੇ ਪਿੰਡ ਜਿੱਥੇ ਪੜ੍ਹਾਉਂਦਾ, ਇਹ ਕਿਹੜੇ ਪਿੰਡ ਪੜ੍ਹਾਉਂਦਾ, ਚੱਕ ਸਿੰਘਪੁਰਾ, ਜ਼ਿਲ੍ਹਾ ਕਿਹੜਾ, ਅੱਛਾ ਧਰਮਕੋਟ ਵਾਲੇ, ਮਖੂ ਵਾਲੇ ਪਾਸੇ, ਹੈਂ, ਕਮਾਲਕਿਆਂ ਦੇ ਕੋਲੇ, ਅੱਛਾ, ਜਿੱਥੋਂ ਅਸੀਂ ਉਹ ਬਾਪੂ ਲੈ ਕੇ ਆਉਂਦਾ ਸੀ ਆਪਾਂ ਕਮਾਲਕਿਆਂ ਤੋਂ, ਸਰਵਰਨ ਸਿੰਘ ਜਿਹੜਾ ਅੱਖਾਂ ਤੋਂ ਬਲਾਈਂਡ ਸੀ ਸਰ, ਉੱਥੇ ਪਿੰਡ ਆ ਨਾ ਜਲੰਧਰ, ਕੋਈ ਨਾ ਸਮਾ ਕਮਾਲਕੇ ਪੜਾਉਂਦਾ, ਇਹ ਕਮਾਲਕੇ ਦੇ ਨਾਲ ਚੱਕ ਬਾਮਣੀਆਂ ਦੇ ਕੋਲੋਂ ਪਿੰਡ ਆ ਚੱਕ ਸਿੰਘ ਉਦੇਪੁਰਾ, ਚੱਕ ਸਿੰਘ ਉਦੇਪੁਰਾ, ਕੋਈ ਨਾ ਆਪਾਂ ਸਵੇਰੇ ਗੱਲ ਕਰਦੇ, ਕਮਾਲ ਕਮਾਲਕੇ ਪਿੰਡ ਦਾ ਸਰਪੰਚ ਸਾਨੂੰ ਜਾਣਦਾ ਵਾ, ਕੋਈ ਨਾ ਆਪਾਂ ਉਹਦੇ ਨਾਲ ਗੱਲ ਕਰ ਲਾਂਗੇ। ਤੇਰਾ ਕੀ ਨਾਮ ਬਾਈ? ਮੇਰਾ ਨਾਮ ਤਰਸੇਮ ਸਿੰਘ। ਤਰਸੇਮ ਸਿੰਘ, ਆ ਜਿਹੜਾ ਸਾਰਾ ਕੋਈ ਬਣਿਆ, ਇਹ ਕਿੰਨੇ ਟਾਈਮ 'ਚ ਬਣੀ ਤੇਰੇ ਰਸੌਲੀ? 4-8 ਸਿਰਫ 4 ਸਾਲਾਂ 'ਚ ਹੀ ਸਾਰਾ ਐਡਾ ਵੱਡਾ ਹੋ ਗਿਆ, ਉਦੋਂ ਪਹਿਲਾਂ ਨਿੱਕੀ ਜੀ ਸੀ, ਸੀਗੀ ਪਹਿਲਾਂ, ਹਾਂਜੀ ਹਾਂਜੀ, ਜਿਵੇਂ ਮੰਨ ਲਓ ਇੱਕ ਦਾਣਾ ਜੀ ਬਣਿਆ ਸੀ ਪਹਿਲਾਂ, ਹਾਂ ਪਹਿਲਾਂ ਦਾਣਾ ਜੀ, ਇਹ ਨਾ ਹੋ ਗਏ 7-8 ਸਾਲ ਹੋ ਗਏ ਆ, ਇਹਦੇ ਸੀਗੀਆਂ ਦੋ ਲਗਾਤਾਰ, ਇਹਦਾ ਆਪਰੇਟ ਕਰਾਇਆ ਹੋਇਆ ਵੇਖੋ, ਪਹਿਲਾਂ ਆਪਰੇਟ ਕਰਾਇਆ ਹੋਇਆ, ਕਢਵਾਈ ਸੀਗੀ ਇਹ, ਕੋਈ ਨਾ ਇਹ ਨਿੱਕੀ ਜੀ ਰਸੋਲੀ ਸੀ ਜਿਹੜੀ ਅੱਖਾਂ ਨੂੰ ਅਟੈਚ ਕਰਦੀ ਸੀ, 8 ਮਹੀਨੇ
ਟੋਟਲੀ ਆਪਰੇਸ਼ਨ ਨੂੰ ਹੋਏ ਆ ਉਸ ਤੋਂ ਬਾਅਦ ਸਵੈਲਿੰਗ ਮੂਰੇ ਆ ਗਈ ਇਹਦੇ ਬਾਰੇ ਡਾਕਟਰਾਂ ਨੇ ਕੀ ਕਿਹਾ ਤੈਨੂੰ ਹੁਣ ਦੁਬਾਰਾ ਆਪਰੇਟ ਦੁਬਾਰਾ ਆਪਰੇਟ ਹੋਊਗਾ ਉਹ ਲਿਆਂਦੀ ਕਿੰਨਾ ਖਰਚਾ ਦੱਸਿਆ ਸੀ 3.5 3.5 ਉਦੋਂ ਦੱਸਿਆ ਸੀ 3.5 ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਹੁਣ ਰਿਪੋਰਟ ਉੱਥੇ ਹੁਣ ਕਰਵਾਉਣਾ ਚਾਹੁੰਦਾ ਤੂੰ ਆਪਰੇਸ਼ਨ ਮੈਂ ਤਾਂ ਕਹਿੰਦਾ ਸਗੋਂ ਛੇਤੀ ਹੋ ਜੇ ਸਗੋਂ ਮੈਂ ਵਧੀਆ ਕੰਮ ਲੱਗ ਜਾਊਂਗਾ ਕੀ ਨਾਂ ਤੇਰਾ ਤਰਸੇਮ ਸਿੰਘ ਜੀ ਆ ਭਰਾਵਾਂ ਤੂੰ ਸਾਡਾ ਯਾਰ ਹੋਊਗਾ ਆਪਰੇਸ਼ਨ ਤੇਰਾ ਠੀਕ ਆ ਤੇ ਦੋ ਬੱਚੇ ਆ ਫਿਕਰ ਨਾ ਕਰ ਬੇਟਾ ਇੱਕ ਬੇਟੀ ਆ ਉਹ ਕਿੱਥੇ ਆਏ ਨਾਲ ਨਹੀਂ ਉਹ ਕਿੱਥੇ ਰਹਿੰਦੀ ਹੈ ਲੈ ਕੇ ਮੁੰਡਾ ਮੇਰੇ ਜਿਹੜਾ ਕੋਈ ਕੰਮ ਨਹੀਂ ਕਰਦਾ ਨਾ ਕੁੜੀ ਦੀ ਨਹੀਂ ਫਿਰ ਇਹਦਾ ਮਤਲਬ ਇਹ ਥੋੜੀ ਆ ਵੀ ਛੱਡ ਕੇ ਭੱਜ ਜਾਣਾ ਨਹੀਂ ਨਹੀਂ ਉਹ ਪ੍ਰੋਬਲਮ ਮੈਨੂੰ ਆਪਣੇ ਮਕਾਨ ਦੀ ਆ ਮੇਰੇ ਕੋਲ ਮਕਾਨ ਨਹੀਂ ਹੈਗਾ ਦੁਕਾਨ 'ਚ ਪੈਂਦਾ ਦੁਕਾਨ 'ਚ ਉਹਦੇ ਬਾਪੂ ਬੈਠਾ ਤੁਹਾਡਾ ਹਾਂਜੀ ਹਾਂਜੀ ਉਹਨਾਂ ਕੋਲ ਹੀ ਉੱਠਦਾ ਪੈਂਦਾ ਬਸ ਫਿਰ ਮਕਾਨ ਉਹਦਾ ਤੇ ਤੇਰਾ ਫਰਕ ਆ ਕੁਛ ਨਹੀਂ ਪਾਈ ਕਾਕਾ ਥੋੜਾ ਚਾਹ ਕਰੇ ਨਹੀਂ ਜਾ ਸਕਦਾਗਾ ਨਹੀਂ ਵੀਰੇ ਕਿਰਾਏ ਤੇ ਰਹਿੰਦੇ ਉਹ ਵੀ ਕਿਰਾਏ ਤੇ ਰਹਿੰਦੇ ਗਰਮ ਆ ਗਈ ਤਾਂ ਗਰਮ ਦੇਖ ਠੀਕ ਉਹ ਬਸ ਨਹੀਂ ਨਾ ਆਪਣੀ ਆਦਤ ਕੋਈ ਨਾ ਬਾਈ ਫਿਰ ਤਰਸੇਮ ਸਿੰਘ ਵਾਹਿਗੁਰੂ ਮਿਹਰ ਕਰਨਗੇ ਠੀਕ ਆ ਕਰਾਂਗੇ ਆਪਾਂ ਤੇਰਾ ਆਪਰੇਸ਼ਨ ਕਰਾਵਾਂਗੇ ਹਾਂ ਵੀ ਕੀ ਹਾਲ ਨੇ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਮਾਲਪੁਰ ਤੋਂ ਹਾਂ ਵੀ ਸ਼ੇਰਾ ਕੀ ਹਾਲ ਨੇ ਤੇਰਾ ਹੱਥ ਵਾਲਾ ਉਹਨੇ ਨੂੰ ਆਇਆ ਕਹਿਣ ਆਇਆ ਤੇਰਾ ਕੀ ਨਾਮ ਆ ਮਿੰਟੂ ਆ ਵਾਹ ਮੇਰੇ ਨਾਲ ਬੰਦੇ ਬਹੁਤ ਆਉਂਦੇ ਯਾਰ ਮੇਰਾ ਨਾਂ ਕੀ ਆ ਗੁਰਪ੍ਰੀਤ ਸਿੰਘ ਮਿੰਟੂ ਤੇਰਾ ਪੂਰਾ ਨਾਂ ਕੀ ਆ ਮੇਰਾ ਨਾਮ ਹੈ ਜਗਦੀਪ ਕੁਮਾਰ ਜਗਦੀਪ ਕੁਮਾਰ ਮਿੰਟੂ ਵਾਹ ਜਗਦੀਪ ਕੁਮਾਰ ਮਿੰਟੂ ਮੇਰਾ ਨਾਂ ਕੀ ਆ ਗੁਰਪ੍ਰੀਤ ਸਿੰਘ ਮਿੰਟੂ ਹਾਂ ਬਾਈ ਕੌਣ ਇਹ ਮੇਰੇ ਡੈਡੀ ਆ ਜੀ ਓਕੇ ਕਿੰਨੇ ਭੈਣ ਭਰਾ ਤੁਸੀਂ ਤਿੰਨ ਕੀ ਦੋ ਭਰਾ ਇੱਕ ਭੈਣ ਭਰਾ ਦਾ ਕੀ ਨਾਂ ਦੀਪਾ ਵੱਡਾ ਤੇ ਤੂੰ ਨਹੀਂ ਛੋਟਾ ਭੈਣ ਭੈਣ ਵੀ ਛੋਟੀ ਆ ਉਹਦਾ ਕੀ ਨਾਂ ਰੀਨਾ ਰੀਨਾ ਕਿੰਨਾ ਪੜ੍ਹੀ ਰੀਨਾ 8 ਤੂੰ ਕਿੰਨਾ ਪੜ੍ਹਿਆ ਮੈਂ 10 ਦੀਪਾ ਕਿੰਨਾ ਪੜ੍ਹਿਆ ਦੀਪਾ 8 10 ਪੜ੍ਹਿਆ 12 12 ਪੜ੍ਹ ਗਿਆ ਹਾਂਜੀ ਤੇਰਾ ਜਿਹੜਾ ਹੈੱਡ ਮਾਸਟਰ ਸੀ ਸਕੂਲ ਦਾ ਉਹਦਾ ਕੀ ਨਾਂ ਸੀ ਨਾਮ ਨਹੀਂ ਦਿੱਤਾ ਜੀ ਹੈੱਡ ਮਾਸਟਰ ਸੀਗਾ ਤੁਹਾਡੇ ਸਕੂਲ 'ਚ ਕੋਈ ਹਾਂਜੀ ਠੀਕ ਹੈ ਬੰਦਾ ਸੀ ਕਿ ਲੇਡੀ ਸੀਗਾ ਕੌਣ ਸੀ ਮੇਲ ਸੀ ਫੀਮੇਲ ਸੀ ਮੇਲ ਸੀਗਾ ਮੇਲ ਸੀ ਉਹ ਪੱਗ ਬੰਨਦਾ ਸੀ ਕਨੇਡਾ ਸੀ ਪੱਗ ਬੰਨਦਾ ਸੀਗਾ ਹਾਂ ਉਹਦਾ ਨਾਂ ਕੀ ਸੀ ਸਰਦਾਰ ਸਿੰਘ ਸੀ ਪਿੱਛੇ ਲੱਗਦਾ ਉਹਦੇ ਮੂਹਰੇ ਕੀ ਲੱਗਦਾ ਸੀ ਨਾਮ ਨਹੀਂ ਦਿੱਤਾ ਜੀ ਮੈਂ ਤੈਨੂੰ ਸ਼ਕਲ ਤਾਂ ਯਾਦ ਆ ਗਈ ਨਾ ਉਹਦੀ ਹੁਣ ਸ਼ਕਲ ਨਹੀਂ ਦਿੱਤਾ ਹੈਗੀ ਜੀ ਯਾਦ ਆ ਗਈ ਮਾੜੀ ਜੀ ਕਿ ਨਹੀਂ ਨਹੀਂ ਹਜੇ ਨਹੀਂ ਆਇਆ ਨਹੀਂ ਯਾਦ ਹਿੰਦੀ ਵਾਲੇ ਮਾਸਟਰ ਦੀ ਯਾਦ ਆ ਗਈ ਹਿੰਦੀ ਵਾਲੇ ਦਿੱਤਾ ਨਹੀਂ ਹਿੰਦੀ ਵਾਲਾ ਪੰਜਾਬੀ ਵਾਲਾ ਕੋਈ ਮਾਸਟਰ ਯਾਦ ਆ ਤੈਨੂੰ ਸਕੂਲ ਦਾ ਨਹੀਂ ਠੀਕ ਆ ਬਾਪੂ ਕਿੰਨਾ ਟਾਈਮ ਹੋ ਗਿਆ ਇਹਨੂੰ ਐਂ ਹੋਇਆ ਨੂੰ 7 ਸਾਲ ਹੋ ਗਏ ਜਿੰਨੀਆਂ ਨੇ ਗੱਲਾਂ ਦੱਸੀਆਂ ਸੱਚ ਦੱਸੀਆਂ ਹਾਂਜੀ ਭੈਣਾਂ ਦੇ ਨਾਂ ਪੜ੍ਹਾਈ ਆਪਦੀ ਸਾਰਾ ਸੱਚ ਦੱਸਿਆ ਇਹ ਬਸ ਕਈ ਟਾਈਮ ਇਦਾਂ ਨਾ ਅਸੀਂ ਤਾਂ ਕੰਮ ਤੇ ਚੱਲ ਜਾਈਏ ਤਾਂ ਘਰ ਵਾਲੀ ਵੀ ਚਲੋ ਕਰਜ ਕਰਦੀ ਕੰਮ ਇਹ ਡੰਡੇ ਚੱਕਦਾ ਕੰਧਾਂ ਦੇ ਵਿੱਚ ਮਾਰਦਾ ਬੰਦੇ ਦੇ ਤਾਂ ਨਹੀਂ ਮਾਰਦਾ ਕਿਸੇ ਦੇ ਹਾਂ ਮੇਰੇ ਟਾਂਕੇ ਲੱਗੇ ਹੋਏ ਇਹਨੇ ਮਾਰ ਸਿਰ 'ਚ ਇੱਥੇ ਥੋੜ੍ਹੀ ਮਾਰੀ ਸੀ ਤਾਂ ਤੂੰ ਪਾਰ ਬੁਲਾ ਦੇਣਾ ਸੀ ਇੱਥੇ ਕੀ ਮਾਰਿਆ ਸੀ ਟਾਂਕੇ ਲੱਗੇ ਸੀ ਪਤਾ ਨਹੀਂ ਥੋੜ੍ਹੀ ਵੱਜੀ ਥੋੜ੍ਹੀ ਨੁਕਰ ਲੱਗੀ ਤਾਂ ਸਿਰ ਦੇ ਵਿੱਚ ਤਾਂ ਇੱਥੇ ਥੋੜ੍ਹੀ ਮਾਰੀ ਥੋੜ੍ਹੀ ਹਾਂਜੀ ਹਾਂਜੀ ਗੁੱਸੇ 'ਚ ਆਏ ਨੇ ਗੁੱਸਾ ਆ ਗਿਆ ਜੀ ਇਹਨੂੰ ਅਤੇ ਪਹਿਲਾਂ ਬਹੁਤ ਬੀਬਾ ਬੱਚਾ ਸੀ ਜਦੋਂ ਠੀਕ ਹੁੰਦਾ ਸੀ ਬਹੁਤ ਬੀਬਾ ਸੀਗਾ 2 ਸਾਲ ਬਾਹਰ ਵੀ ਲਾ ਕੇ ਆਇਆ ਜੀ ਕਿਹੜੇ ਦੇਸ਼ ਇਹ ਦੁਬਈ ਗਿਆ ਸੀ ਅਤੇ ਉੱਥੋਂ ਕੰਪਨੀ ਦੇ ਵਿੱਚ ਬਾਹਰ ਹੋ ਗਿਆ ਉਹਨਾਂ ਨੇ ਇਹਨੇ ਕੋਈ ਉਹਨਾਂ ਨੂੰ ਆਪਣਾ ਪ੍ਰੂਫ ਨਹੀਂ ਦਿੱਤਾ ਹੈ ਬਾਈ ਤੇਰੇ ਸਹੁਰਿਆਂ ਚ ਕੋਈ ਸੀਗਾ ਏਦਾਂ ਦਾ ਕੋਈ ਦਿਮਾਗੀ ਜਾਂ ਤੇਰੇ ਆਪਦੇ ਪਰਿਵਾਰ ਚ ਕੋਈ ਨਹੀਂ ਸਾਡੇ ਮਾੜਾ ਮੋਟਾ ਸਿੱਧਾ ਪਾਣਾ ਨਹੀਂ ਇਹਦੇ ਮਾਮਿਆਂ 'ਚ ਮਾਮੀ ਮਾਮਿਆਂ 'ਚ ਮਾਸੀਆਂ 'ਚ ਭੂਆ 'ਚ ਚਾਚੇ ਤਾਏ ਨਾਨਾ ਨਾਨੀ ਦਾਦਾ ਦਾਦੀ ਸਭ ਠੀਕ ਹੈ ਤੀਜੀ ਪੀੜ੍ਹੀ ਤੱਕ ਝਾਕ ਮਾਰ ਨਾਨਾ ਨਾਨੀ ਦਾਦਾ ਦਾਦੀ ਇੱਧਰੋਂ ਭੂਆ ਉੱਧਰੋਂ ਮਾਸੀਆਂ ਇੱਧਰੋਂ ਮਾਮੇ ਇੱਧਰੋਂ ਚਾਚੇ ਤਾਏ ਕੋਈ ਵੀ ਨਹੀਂ ਸਾਡੇ ਜਮਾਂ ਕੋਈ ਨਾ ਕੋਈ ਟੈਨਸ਼ਨ ਲੈ ਗਿਆ ਇਹ ਉੱਥੇ ਕੋਈ ਨਾ ਹੋ ਜਾਂਦਾ ਕਈ ਵਾਰੀ ਕੋਈ ਗੱਲ ਨਹੀਂ ਕਿੰਨੀ ਸਾਲ ਦੀ ਉਮਰ ਹੋ ਗਈ ਇਹਦੀ 32 ਤੇ 87 ਦਾ ਜਾਣਾ ਇਹ ਜਦੋਂ ਉੱਥੇ ਗਿਆ ਸੀ ਦੁਬਈ ਉੱਥੇ ਜਾ ਕੇ ਇਹਨੂੰ ਪ੍ਰੋਬਲਮ ਆਈ ਹੈ ਕਿ ਨਹੀਂ ਉਧਰੋਂ ਆ ਕੇ ਆਈ ਇੱਥੇ ਆ ਕੇ ਕੀ ਗੱਲ ਹੋਈ ਸੀ ਜਦੋਂ ਜੇਲ੍ਹ ਵਿੱਚ ਸੀਗਾ ਤੂੰ ਉੱਥੇ ਡਰਦੇ ਸੀ ਕੋਈ ਮਿਸ਼ਰੀ ਹੈ ਜਦੋਂ ਉਹ ਜੇਲ੍ਹ ਵਿੱਚ ਸੀਗਾ ਉੱਥੇ ਤੇਰੇ ਸਾਹਮਣੇ ਕੋਈ ਹਾਦਸਾ ਹੋਇਆ ਇੱਕ ਦੂਏ ਲੜਿਆ ਸੀ ਕੋਈ ਕੀਤਾ ਨਹੀਂ ਦੁਬਈ ਦੇ ਵਿੱਚ ਕੀ ਹੋ ਗਿਆ ਸੀਗਾ ਦੁਬਈ ਲੜਾਈ ਹੋ ਗਈ ਸੀ ਕੋਈ ਹੁਣ ਜਿੱਤਾ ਨਹੀਂ ਜੀ ਕੋਈ ਲੜਾਈ ਹੋ ਗਈ ਸੀ ਆਹੋ ਕਿੰਨੇ ਸਾਲ ਆ ਗਏ ਦੁਬਈ 1.5 ਸਾਲ ਕਿੱਥੇ ਰਿਹਾ ਤੂੰ
ਅਬੂ ਧਾਬੀ ਕਿਹੜਾ ਸ਼ਹਿਰ? ਕਿਹੜੇ ਸ਼ਹਿਰ ਸੀ? ਤੇਰੇ ਨਾਲ ਕੌਣ ਰਹਿੰਦਾ ਕਮਰੇ ਚ? ਕਮਰੇ ਮੁੰਡੇ ਸੀਗੇ ਨਾਲ ਦੇ, ਹੋਰ ਪਿੰਡਾਂ ਦਾ ਚੇਤਾ ਨਹੀਂ ਜੀ। ਤੇਰੇ ਨਾਲ ਜਿਹੜਾ ਤਰਾੜੀ ਸੀ ਉਹਦਾ ਕੀ ਨਾਂ ਸੀ? ਆੜੀ ਪਿੰਡ ਦਾ ਮੁੰਡਾ ਸੀ, ਘੋ ਆ ਗਿਆ ਆ ਪਿੰਡ ਦਾ ਮੁੰਡਾ ਇੱਕੋ ਜਿੱਤ। ਉੱਥੇ ਪੁਲਸੀਆਂ ਨੂੰ ਕੀ ਕਹਿੰਦੇ ਹੁੰਦੇ? ਸ਼ੂਕੇ ਕੀ ਕਹਿੰਦੇ? ਸ਼ੂਕੇ ਕੀ? ਉਹ ਕਹਿੰਦੇ ਛੁਰਤਾ। ਹੈਂ? ਛੁਰਤਾ। ਛੁਰਤੇ? ਹਾਂਜੀ। ਛੁਰਤੇ ਨੇ ਤਾਂ ਨਹੀਂ ਮਾਰਾ ਮੂਰੇ ਤੇਰੇ ਕਿਤੇ? ਛੁਰਤੇ ਨੇ ਫੜਾਈ ਤੈਨੂੰ? ਛੁਰਤੇ ਫੜ ਕੇ ਲੈ ਗਈ ਤੈਨੂੰ ਇੱਕ ਵਾਰੀ? ਹਾਂਜੀ 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 ਹਾਂਜੀ। ਤੇ ਛੁਰਤੇ ਨੇ ਕੀ ਕਿਹਾ ਤੈਨੂੰ ਫਿਰ? ਜੋਗਿੰਦਰ ਬਾਈ, ਮੇਰਾ ਵੀ ਬਾਪੂ ਦਾ ਨਾਂ ਜੋਗਿੰਦਰ ਸਿੰਘ ਸੀਗਾ। ਪਿੰਡ ਕਿਹੜਾ ਤੁਹਾਡਾ? ਮੇਗੋ ਵਾਲਾ। ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਮੇਗੋ ਵਾਲਾ, ਬਲਾਕ ਮਾਲਪੁਰ। ਬਾਈ ਫਿਕਰ ਨਹੀਂ ਕਰਨਾ ਤੂੰ, ਇੱਕ ਬੇਨਤੀ ਹੈ ਬਸ ਜੋਗਿੰਦਰ ਬਾਪੂ, ਦਵਾਈ ਨਾ ਬੰਦ ਕਰੀ ਜੀ। ਮੈਂ ਸਾਰਿਆਂ ਨੂੰ ਹੁਣ ਇਹੀ ਸਮਝਾਉਂਦਾ ਹਟਿਆ, ਚਾਹੇ ਇਹਨੂੰ ਨੀਂਦ ਵੱਧ ਆਵੇ ਜਾਂ ਤੁਹਾਨੂੰ ਲੱਗੇ ਦਵਾਈ ਫਿੱਟ ਨਹੀਂ, ਤੁਸੀਂ ਤੁਰੰਤ ਲੈ ਕੇ ਆਉਣਾ ਸਾਡੇ ਕੋਲ, ਬਸ ਦਵਾਈ ਨਾ ਬੰਦ ਕਰੀ ਜੀ। ਇਹ ਤਾਂ ਜਮਾ ਕੰਮ ਕਰੂ, ਦੁਬਾਰਾ ਦਵਾਈ ਜਾਊਗਾ ਇਹਦਾ। ਰੈਗੂਲਰ ਖਿਲਾ ਨਹੀਂ ਸਕਦੇ ਜੀ, ਪੈਸਿਆਂ ਦੀ ਟੂਟ ਆ ਜਾਂਦੀ ਸੀ। ਕਿੰਨੇ ਦੀ ਦਵਾਈ ਆਉਣੀ ਸੀ ਮਹੀਨੇ ਦੀ? ਇਹ ਦੀ 1200-1300 ਮਹੀਨੇ ਦੀ। ਤੇ ਹੁਣ ਤੁਹਾਡੇ 1200-1300 ਰੁਪਏ ਨਹੀਂ, 12 ਰੁਪਏ ਵੀ ਨਹੀਂ ਲੱਗਣੇ, ਠੀਕ ਆ? ਬਸ ਸਿਰਫ ਤੇਰਾ ਕਿਰਾਇਆ ਲੱਗਣਾ ਬਾਈ ਹੁਣ, ਇੰਨਾ ਕੁ ਤੂੰ ਕਰ ਲਿਆ ਕਰੀ ਮਹੀਨੇ 'ਚ ਇੱਕ ਵਾਰੀ ਇਹਨੂੰ ਨਾਲ ਲੈ ਕੇ ਆਉਣਾ ਹਰ ਵਾਰੀ। ਕੀ ਕਰਦੇ ਲੋਕ ਪਹਿਲਾਂ ਜਦੋਂ ਆਉਂਦੇ ਆ, ਦੋ ਕੁ ਵਾਰੀ ਲਿਆਉਂਦੇ ਨਾਲ, ਤੀਜੀ ਵਾਰੀ ਕਹਿੰਦੇ ਮੁੰਡਾ ਆਇਆ ਨਹੀਂ ਜੀ, ਵਿਹਲਾ ਨਹੀਂ ਸੀਗਾ, ਕਹੋਗੇ ਐਂ ਹੁੰਦਾ ਵੀ 100-200 ਕਿਰਾਇਆ ਬੱਝ ਜੂ, ਲੋੜਵੰਦ ਨੂੰ ਤਾਂ ਇਹੀ ਬਹੁਤ ਹੁੰਦਾ, ਪਰ ਇਹਨੂੰ ਨਾਲ ਲਿਆਉਣਾ ਹਰ ਵਾਰ, ਸਾਨੂੰ ਵੀ ਪਤਾ ਲੱਗੂ ਕੀ ਫਰਕ ਪੈ ਰਿਹਾ ਕਿ ਨਹੀਂ ਪੈ ਰਿਹਾ। ਹਾਂਜੀ ਬੇਬੇ, ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਰਾਜਪੁਰ ਤੋਂ ਹੀ, ਇੱਕ ਮਿੰਟ ਮਾੜੀ ਜਿਹੀ ਵੀ ਗੱਲ ਸੁਣਨਾ ਬੇਬੇ ਦੀ। ਹਾਂ ਬੇਬੇ, ਤੇਰੇ ਮੁੰਡਾ ਵੀ ਨਾਲ? ਚਾਹ ਪਾਣੀ ਪੀ ਲੈਂਦਾ? ਨਹੀਂ ਉੱਠ, ਐਂ ਤਾਂ ਉੱਠ, 3 ਮਹੀਨੇ ਬਾਅਦ ਬੋਲਣ ਲੱਗ ਗਿਆ, ਰੋਟੀ ਖਾਣ ਲੱਗ ਗਿਆ, ਡਾਕਟਰ ਜਿਹੜਾ ਇੰਨਾ ਪੈਸਾ ਲੱਗਿਆ ਉਹ ਤੇ ਕੀ ਲਾਇਆ? ਮੈਨੂੰ ਮੇਰਾ ਭਰਾ ਮਰ ਗਿਆ ਮੇਰੇ ਵਿਆਹ ਤੋਂ 40 ਸਾਲ ਹੋ ਗਏ, 3 ਮਹੀਨੇ ਬਾਅਦ ਆਬੋ ਦਾਬੀ ਗਿਆ ਪਤਾ, ਉਹਦੀ ਲੋਥ ਆਈ ਤੇ ਘਰ ਉੱਪਰ ਪਈ ਦੀ ਬਕਸੇ ਦੇ, ਮੈਂ ਥੱਲੇ ਨਾਲੀਆਂ ਮੈਂ ਪਾਗਲ ਹੋ ਗਈ, ਇੱਕ ਲੱਗਦਾ ਉਹ ਮੇਰਾ ਭਰਾ ਮੈਨੂੰ ਬਹੁਤ ਲਾਡਾਂਗਲ ਪਾਲਿਆ ਤਾ, ਉਹਨੇ ਬੜਾ ਹੀ ਪਾੜੇ ਸਾਰਿਆਂ ਦਾ ਬੜਾ ਭਾਈ ਤਾ ਉਹ। ਫਿਰ ਉਹਦੇ ਬਾਅਦ ਮਕਾਨ ਮਕੂਣ ਆਉਂਦੀਆਂ ਤੀ, ਮੈਂ ਹੱਸੀ ਜਾਂਦੀ ਤੀ, ਰੋਈ ਰੋਈ ਨਹੀਂ ਹੈ, ਇਹਦੇ ਕਰਕੇ ਟੈਨਸ਼ਨ ਲੈ ਲਈ। ਫਿਰ ਮੇਰੇ ਘਰਦਿਆਂ ਨੇ ਸਹੁਰੇ ਲਿਆਏ ਮੈਨੂੰ, ਨਾ ਮੇਰੀ ਸੱਸ ਨੇ ਦਿਖਾਇਆ ਨਾ ਮੇਰੀ ਘਰ ਵਾਲੇ ਨੇ। ਮੈਂ 5-5, 7-7 ਦਿਨ ਉੱਪਰ ਚੜ੍ਹ ਕੇ ਕੋਠੇ 'ਤੇ ਲੜੀ ਜਾਂਦੀ ਤੀ, ਇੱਟਾਂ ਰੋੜੇ ਗਾਲਾਂ ਕੱਢਦੀ ਤੀ, ਇਹ ਕਹਿੰਦੇ ਲੜਾਕੀ ਹੈ ਤਾਂ ਲੜਾਕੀ ਹੈ, ਕਿਸੇ ਨੇ ਨਹੀਂ ਮੈਨੂੰ ਦਿਖਾਇਆ। ਹੁਣ ਘਰਦਿਆਂ ਦੇ ਐਕਸੀਡੈਂਟ ਹੋਣੇ ਤੋਂ ਪਹਿਲਾਂ ਡਾਕਟਰ ਦੇ ਦਵਾਈ ਲਾਈ ਤੀ ਮੈਂ ਆਪ ਹੀ ਅੰਬਾਲੇ 'ਤੇ, ਉਹ ਮੇਰੀ ਟੁੱਟ ਗਈ, ਫਰਕ ਥੋੜ੍ਹਾ ਥੋੜ੍ਹਾ ਪੈਣ ਵੀ ਲੱਗ ਗਿਆ ਤਾ ਜੀ, ਟੁੱਟ ਗਈ ਦਵਾਈ। ਹੁਣ ਮੈਂ ਉਹਨੂੰ ਸਾਂਭਾਂਗਾ, ਆਪ ਸਾਂਭਾਂਗਾ। ਕਿੱਥੋਂ? ਜ਼ਿਲ੍ਹਾ ਕਿਹੜਾ ਮਾਂ ਤੁਹਾਡਾ? ਰਾਜਪੁਰਾ ਜੀ। ਆ ਜਿਹੜਾ ਰਾਜਪੁਰਾ, ਉਹ ਪਿੰਡ ਦਾ ਤੁਹਾਡਾ ਨਾਲ ਕੋਈ? ਅਗਲੀ ਵਾਰੀ ਨਾਲ ਲੈਗੀ, ਅਗਲੀ ਵਾਰੀ ਨਾਲ ਲੈਗੀ, ਟਾਈਮ ਕੱਢ ਕੇ ਵਿੱਚੋਂ ਕਿਸੇ ਨੇ ਡਿਊਟੀ ਲਾ ਦੀ ਉੱਥੇ, ਆਪਾਂ ਉਹਨੂੰ ਮਿਲਾਂਗੇ ਨਾ, ਪਤਾ ਲੱਗ ਜੂ ਸਾਨੂੰ। ਕੋਈ ਨਾ, ਤੂੰ ਫਿਕਰ ਨਾ ਕਰ, ਪਹਿਲੀ ਤਾਂ ਗੱਲ ਇਹ ਵੀ ਮੇਰੇ ਨਾ ਜੇ ਕੋਈ ਮਤਲਬ ਕੋਈ ਮੈਨੂੰ ਗੱਲ ਕਹਿ ਦਿੰਦਾ, ਹੁਣ ਇੱਟਾਂ ਰੋਲੇ ਮਾਰਨੇ ਤਾਂ ਹਟ ਗਈ, ਲੜਨੇ 'ਤੇ ਵੀ ਆਪ ਹੀ ਹਟ ਗਈ, ਗੁਰਦੁਆਰੇ ਜਾਂਦੀ ਤੀ ਮੱਥਾ ਟੇਕੀ ਜਾਂਦੀ ਤੀ, ਵੀ ਹੁਣ ਜੇ ਕੋਈ ਗੱਲ ਕਹਿ ਦਿੰਦਾ ਨਾ, ਫਿਰ ਬਾਅਦ 'ਚ ਅਸਰ ਹੁੰਦਾ ਮੈਨੂੰ, ਬੋਲਦੀ ਬਹੁਤ ਹੈ। ਫਿਰ ਜਿੱਥੇ ਮੈਂ ਖੁੱਲ੍ਹੇ 'ਚ ਪਿਸ਼ਾਬ ਕਰਦੀ ਦੇਖੀ ਜਾਂਦੀ ਹਾਂ, ਕੁਛ ਤਾਂ ਨਹੀਂ ਗਿਰ ਗਿਆ। ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ, ਪਈ ਰਹਿੰਦੀ ਹਾਂ ਕਿ ਸਾਰਾ ਟੱਬਰ ਇਸ ਤਰ੍ਹਾਂ ਹੋਇਆ ਵਾ, ਮੁੰਡੇ ਵੀ ਠੀਕ ਹੋਏ, ਘਰ ਵਾਲੇ ਐਕਸੀਡੈਂਟ ਹੋਇਆ ਹੋ ਜਾਣਾ, ਠੀਕ ਹੋਣਾ ਨਹੀਂ, ਘੁਮਾਉਣੇ ਤਾਂ ਮੁੰਡੇ ਬੈਠੇ ਹੋਣਾ ਨਹੀਂ।
ਫਿਕਰ ਨਾ ਕਰ ਤੂੰ ਮੇਰੀ ਮਾਂ ਠੀਕ ਹੋ ਜਾਣਾ ਤੂੰ ਠੀਕ ਠੀਕ ਮੈਂ ਤੇਰਾ ਪੁੱਤ ਨੀ ਮੈਂ ਤੇਰੇ ਪੁੱਤਾਂ ਰਕਾ ਨੀ ਦੱਸ ਤੂੰ ਮੈਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਕੋਈ ਨਾ ਹੁਣ ਆਊਗੀ ਨੀਂਦ ਆਪਾਂ ਡਾਕਟਰ ਤੋਂ ਦਵਾਈ ਲਵਾਂਗੇ ਨਾ ਨੀਂਦ ਆਊਗੀ ਤੈਨੂੰ ਡਾਕਟਰ ਬਿੱਲੇ ਨੂੰ ਕਹਿ ਕੇ ਦਵਾਈ ਦੇਊ ਇਹਨੂੰ ਇੱਕ ਖੁਰਾਕ ਬੇਬੇ ਨੂੰ ਸੌਣ ਦੀ ਹੈ ਨਾ ਕੋਈ ਨਾ ਮੈਂ ਦਵਾਈ ਦਵਾਉਣਾ ਤੈਨੂੰ ਤੈਨੂੰ ਅੱਜ ਦੇਖੀ ਕਿੰਨੀ ਨੀਂਦ ਆਉਣੀ ਹੈ ਠੀਕ ਆ ਤੇ ਕੱਲ ਨੂੰ ਆਪਾਂ ਡਾਕਟਰ ਨਾਲ ਰੋਟੀ ਪਕਾਉਣ ਵਾਲਾ ਵੀ ਨਹੀਂ ਹੈ ਘਰਾਂ ਮੈਂ ਹੀ ਪਕਾਉਂਦੀ ਹਾਂ ਰੋਟੀ ਰੁਟੀ ਚੀਜ਼ ਰੱਖ ਕੇ ਭੁੱਲ ਜਾਂਦੀ ਹਾਂ ਤੇਰਾ ਮੁੰਡਾ ਵਿਆਹ ਲੈਣਾ ਆਪਾਂ ਜਿਹੜਾ ਗਬਲਾ ਮੁੰਡਾ ਜੀ ਵਿਆਹਣੇ ਮੰਗਣੇ ਵਾਲਾ ਜਵਾਨ ਮੁੰਡਾ ਸੋਹਣਾ ਸੁਨੱਖਾ ਮੇਰਾ ਉਹ ਨਾ ਹਾਂਜੀ ਸੋਹਣਾ ਸੁਨੱਖਾ ਮੁੰਡਾ ਆ ਉਹ ਨਾ ਗੁੱਸਾ ਆਉਂਦਾ ਉਹਨੂੰ ਮੇਰੇ ਵਾਲੀ ਬਿਮਾਰੀ ਹੋ ਗਈ ਉਹਨੂੰ ਚੀਜ਼ਾਂ ਤੋੜਦਾ ਦਸਵੀਂ ਗਿਆਰਵੀਂ ਤੇ ਅਸੀਂ ਕਿਹਾ ਹਾਏ ਵੀ ਲੜਦਾ ਹੈ ਮੈਂ ਨਾ ਉੱਥੇ ਅਸੀਂ ਤੁਹਾਡੇ ਪਿੰਡ ਪਤਾ ਕਰਕੇ ਨਾ ਕਿਸੇ ਨੇ ਆਪਣੇ ਬੰਦੇ ਨੂੰ ਭੇਜਾਂਗੇ ਉੱਥੇ ਤੁਹਾਡੇ ਘਰੇ ਉਹਨਾਂ ਨੂੰ ਮੁੰਡੇ ਨੂੰ ਵੀ ਗੱਲ ਕਰਕੇ ਲਿਆਊਗਾ ਆਪਾਂ ਦਵਾਈ ਦਵਾਵਾਂਗੇ ਉਹਨੂੰ ਠੀਕ ਹੈ ਮਾਂ ਤੇਰਾ ਕੀ ਨਾਮ ਆ ਉਹ ਤਾਂ ਕਹਿੰਦਾ ਮੈਂ ਉੱਥੇ ਤੇ ਲਊਂਗਾ ਕੰਪਨੀ ਚ ਲੱਗਿਆ ਵਾ ਜੀ ਤੇਰਾ ਕੀ ਨਾਮ ਆ ਮੇਰਾ ਨਾਮ ਕ੍ਰਿਸ਼ਨਾ ਦੀ ਕ੍ਰਿਸ਼ਨਾ ਦੇ ਵੀ ਫਿਕਰ ਨਹੀਂ ਕਰਨਾ ਕਹਿੰਦਾ ਮੈਂ ਤਾਂ ਉੱਥੇ ਤੇ ਲਊਂਗਾ ਡਾਕਟਰ ਬਾਪੂ ਵੀ ਠੀਕ ਹੋ ਜਾਊਗਾ ਆਪਾਂ ਬਾਪੂ ਨੂੰ ਵੀ ਦਵਾਈ ਦਵਾਵਾਂਗੇ ਮੈਂ ਸਾਰੀ ਗੱਲ ਸਵੇਰੇ ਉਹਨਾਂ ਨਾਲ ਗੱਲ ਕਰਕੇ ਸਮਝੂਗਾ ਅੱਛਾ ਠੀਕ ਹੈ ਬੇਬੇ ਅੱਛਾ ਮੁੰਡਾ ਤਾਂ ਕਹਿੰਦਾ ਮੈਂ ਉੱਥੇ ਤੇ ਲਊਂਗਾ ਚਲ ਕੋਈ ਨਾ ਉੱਥੋਂ ਲੈ ਲੈਵੇ ਇੱਕ ਥਾਂ ਤੋਂ ਲੈ ਲੈਵੇ ਕਿਤੋਂ ਵੀ ਲੈ ਲੈ ਕਹਿੰਦਾ ਮਾਂ ਆਪੇ ਕੰਪਨੀ ਚ ਲੱਗਿਆ ਵਾ ਇੱਥੇ ਦਵਾਈ ਨਹੀਂ ਬੇਬੇ ਇੱਥੇ ਦਵਾਈ ਨਹੀਂ ਮਿਲਦੀ ਸਾਡੇ ਅਸੀਂ ਇੱਥੇ ਦਵਾਈਆਂ ਨਹੀਂ ਦਿੰਦੇ ਅੱਛਾ ਅਸੀਂ ਤਾਂ ਪ੍ਰਸ਼ਾਦ ਦਿੰਦੇ ਹਾਂ ਬੇਬੇ ਦਵਾ ਦਿੰਦੇ ਹਾਂ ਦਵਾਈ ਨਹੀਂ ਦਵਾ ਵਾ ਇਹ ਦਵਾਈਆਂ ਤਾਂ ਸਾਰੇ ਲੋਕਾਂ ਨੇ ਪਹਿਲਾਂ ਹੀ ਖਾਧੀਆਂ ਹੋਈਆਂ ਪਹਿਲਾਂ ਮੈਂ ਖਾ ਲਾਂ ਜੀ ਛੋਟੇ ਮੁੰਡੇ ਨੂੰ ਦਵਾ ਦੂੰਗੀ ਹਾਂ ਠੀਕ ਠੀਕ ਹੈ ਗਬਲਾ ਤਾਂ ਕਹਿੰਦਾ ਮੈਂ ਆਪੇ ਲਾਉਂਗਾ ਡਾਕਟਰ ਕੋਈ ਨਾ ਪਰ ਫਿਕਰ ਨਹੀਂ ਕਰਨਾ ਠੀਕ ਹੈ ਉਹਦੇ ਸਿਰ 'ਚ ਗੁੱਛਾ ਜਿਹਾ ਬਣਿਆ ਵਾ ਜੀ ਨਸਾਂ ਦਾ ਵੀ ਆ ਵੀ ਕੋਈ ਨਾ ਲਿਆਈ ਆਪਾਂ ਮਿਲ ਕੇ ਗੱਲ ਕਰਾਂਗੇ ਠੀਕ ਆ ਕਹਿੰਦਾ ਮੈਂ ਤਾਂ ਉੱਥੇ ਹੀ ਲੈ ਲਾਂਗਾ ਕੋਈ ਨਾ ਕੋਈ ਨਾ ਇੱਕੋ ਹੀ ਗੱਲ ਬਾਰ ਬਾਰ ਨਹੀਂ ਕਹਿਣੀਗੀ ਇੱਕ ਗੱਲ ਨੂੰ ਮੈਂ 10 ਵਾਰੀ ਕਹਿੰਨੀ ਆ ਜੀ ਹਾਂ ਫਿਰ ਹੁਣ ਤੂੰ 3 ਵਾਰੀ ਕਹਿ ਤਾ 7 ਵਾਰੀ ਹੋਰ ਨਹੀਂ ਕਹਿਣੀ ਹੁਣ ਠੀਕ ਆ ਹਾਂ ਇਹ ਮੇਰੀ ਹਟਾਓ ਨਾ ਜੀ ਆਰੇ ਹਟਾਤੀ ਹੁਣ ਤੂੰ ਦੇਖ ਕਹੀ ਨਹੀਂ 3 ਵਾਰੀ ਕਹੀ ਹੈ 7 ਵਾਰੀ ਕਹੀ ਨਹੀਂ ਠੀਕ ਆ ਠੀਕ ਹੋਣਾ ਮੇਰੀ ਮਾਂ ਠੀਕ ਹੋ ਜਾ ਸਭ ਕੁਝ ਹਾਂਜੀ ਤੁਸੀਂ ਦੱਸੋ ਹਾਂ ਸੀਗੇ ਜੀ ਵੀ ਮੁੰਡੇ ਨੂੰ ਛੱਡ ਜਾਂ ਤੇ ਮੈਂ ਲੈ ਜਾਵਣਾ ਕਿ ਨਾਲ ਹੀ ਲੈ ਜਾਣੀ ਕਿੱਥੇ ਮੁੰਡਾ ਮੁੰਡਾ ਉਹ ਪਿਸਤਾ ਪੈ ਜੀ ਦੇਖੋ ਹੁਣ ਮਾਂ ਕੱਲ ਨੂੰ ਤਾਂ ਹੈਗਾ ਕੈਂਪ ਭੈਣ ਹਾਂ ਅਸੀਂ ਵੀ ਬਹੁਤ ਬਿਜ਼ੀ ਹਾਂ ਮੇਰੀ ਬੇਨਤੀ ਹੈ ਤੂੰ ਕੱਲ ਦਾ ਦਿਨ ਰੁਕ ਜਾ ਠੀਕ ਹੈ ਜੀ ਕੱਲ ਰੁਕ ਜਾ ਹਾਂ ਪਰਸੋਂ ਨੂੰ ਆਪਾਂ ਸਵੇਰੇ ਦਿਨੇ ਗੱਲ ਕਰਾਂਗੇ ਠੀਕ ਹੈ ਜੀ ਮੈਂ ਉਹਦੇ ਨਾਲ ਗੱਲ ਕਰਕੇ ਦੇਖੂੰਗਾ ਵੀ ਜੇ ਉਹ ਰਹਿਣ ਦੇ ਸਿਸਟਮ 'ਚ ਹੋਇਆ ਤਾਂ ਰੱਖ ਵੀ ਲਵਾਂਗੇ ਕੋਈ ਗੱਲ ਨਹੀਂ ਠੀਕ ਹੈ ਨਾ ਹਾਂਜੀ ਅਸੀਂ ਤੇਰੀ ਪੂਰੀ ਮਦਦ ਕਰ ਰਹੇ ਹਾਂ ਜੀ ਉਹ ਤੇ ਡਾਕਟਰ ਤੇ ਦਵਾਈ ਲੱਗੀ ਵੀ ਬਹੁਤ ਜ਼ਿਆਦਾ ਮੈਂ ਤਾਂ ਚਲੇ ਜਾਊਂਗੀ ਜੀ ਫਿਰ ਮੈਂ ਤਾਂ ਚਲੀ ਹਾਂ ਕੱਲ ਨੂੰ ਨਾ ਜਾਇਓ ਪਰਸੋਂ ਨੂੰ ਚਲੇ ਜਾਇਓ ਠੀਕ ਹੈ ਕੱਲ ਦਾ ਦਿਨ ਰੁਕ ਜਾਓ ਠੀਕ ਹੈ ਕੱਲ ਨੂੰ ਨਾਲੇ ਅੰਦਰ ਸੇਵਾ ਕਰਾਉਣੀ ਹੈ ਪ੍ਰਸ਼ਾਦੇ ਦੀ ਠੀਕ ਹੈ ਜੀ ਮੈਂ ਕਰਾਉਣੀ ਹੁੰਦੀ ਹੈ ਹਾਂ ਕੱਲ ਨੂੰ ਫਿਰ ਵੱਧ ਬਹੁਤ ਜ਼ਿਆਦਾ ਠੀਕ ਹੈ ਜੀ ਉਹ ਕਿੱਥੋਂ ਦਵਾਈ ਚੱਲਦੀ ਹੈ ਬਾਪੂ ਦੀ ਅੰਬਾਲੇ ਤੇ ਚੱਲਦੀ ਹੈ ਨੈਣ ਡਾਕਟਰ ਤੇ ਕਿੰਨੇ ਪੈਸੇ ਦਵਾਈ ਉਹਨੇ ਮਹੀਨੇ ਦੀ ਹੁਣ ਤਾਂ 2 ਮਹੀਨੇ ਦੀ 550 ਹੀ ਦਈ ਤੇ ਜਣੋ ਕਾਰ ਮਾ ਦੇ ਕੇ ਜਾਂਦੇ ਆ ਉਹਨੂੰ ਵੀ ਹਦੇ ਬੈਠ ਨਹੀਂ ਸਕਦਾ ਨਾ ਬੱਸ ਬੁੱਸਾਂ ਕੋਈ ਨਾ ਮੈਂ ਸਵੇਰੇ ਗੱਲ ਕਰੂੰਗਾ ਮਾ ਰੋਣਾ ਨਹੀਂ ਪਰ ਅੱਛਾ ਉੱਥੇ ਤੇ ਚੱਲਦੀ ਹੈ ਡਾਕਟਰ ਤਾਂ ਵਧੀਆ ਤੈਨੂੰ ਹੁਣ ਤੇਰੇ ਕੋਲ ਦਵਾਈ ਹੈਗੀ ਨਹੀਂ ਸਾਰੀ ਹੁਣ ਆਪਦੀ ਦਵਾਈ ਹੈਗੀ ਤੇਰੇ ਕੋਲ ਕੋਈ ਖਾਣੀ ਤੋਂ ਪਹਿਲਾਂ ਪਹਿਲਾਂ ਖਾਈ ਲਈ ਤੇ ਇੱਕ ਦੋ ਵਾਰੀ ਐਕਸੀਡੈਂਟ ਹੋਣੇ ਤੇ ਪਹਿਲਾਂ ਉਹ ਟੁੱਟ ਗਈ ਕੋਈ ਨਾ ਮੈਂ ਹੁਣ ਤੁਹਾਨੂੰ ਦਵਾਈ ਅਸੀਂ ਦੇਵਾਂਗੇ ਇੱਥੋਂ ਵਾਹਿਗੁਰੂ ਦੇਣਗੇ ਦਵਾਈ ਅਸੀਂ ਕਾਹਦੀ ਹੈ ਗੁਰੂ ਕਾ ਲੰਗਰ ਆ ਸਵੇਰੇ ਅਸੀਂ ਲੰਗਰ ਪ੍ਰਸ਼ਾਦ ਦਾ ਦਵਾਈ ਦਾ ਹੀ ਵੰਡਦੇ ਹਾਂ ਤੁਹਾਨੂੰ ਸਵੇਰੇ ਅਸੀਂ ਦਵਾਈ ਵੰਡਾਂਗੇ ਤੁਸੀਂ ਦੇਖੋ ਕਿੰਨੀ ਛੇਤੀ ਠੀਕ ਹੋ ਜਾਣਾ ਮੇਰੀ ਬੇਬੇ ਨੇ ਠੀਕ ਆ ਹੁਣ ਇਹਨੂੰ ਬਿੱਲੇ ਨੂੰ ਮਾੜਾ ਕਹਿ ਕੇ ਦਵਾਈ ਦਵਾ ਦਿਓ ਗੋਲੀ ਹੈ ਨਾ ਦਵਾਓ ਬਿੱਲੇ ਨੂੰ ਪੁੱਛ ਲਓ ਜਾਂ ਕਹਿ ਦਿਓ ਤੁਸੀਂ ਇੱਥੇ ਰੱਖੀ ਨਹੀਂ ਖੁਰਾਕਾਂ ਕਿਦੋਂ ਚਾਹ ਬਿੱਲੇ ਨੂੰ ਪੁੱਛ ਕੇ ਦੇ ਦੇ ਬੇਬੇ ਨੂੰ ਕ੍ਰਿਸ਼ਨਾ ਦੇਵੀ ਨੂੰ ਚਾਹ ਤਾਂ ਬੇਬੇ ਵਾਲੀ ਪੀਣੀ ਚਾਹੀਦੀ ਆ ਮੈਂ ਵੀ ਬਹੁਤ ਪੀਂਦਾ ਸਤਿ ਸ਼੍ਰੀ ਅਕਾਲ ਭੈਣੇ ਆਹ ਦੇਖੋ ਮੜਾ ਇੱਧਰ ਸਤਿ ਸ਼੍ਰੀ ਅਕਾਲ ਹਾਂ ਇਨਸਾਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਇਹ ਵੀ ਆ ਦੇਖਣ ਦੀ ਗੱਲ ਬਹੁਤ ਮਨ ਖਰਾਬ ਹੋ ਗਿਆ ਮੇਰਾ ਦੇਖ ਅੱਛਾ ਚੱਲ ਕੋਈ ਨਾ ਵੀਰੇ ਭੈਣ ਆਪਣੀ ਹਾਂਜੀ ਭੈਣਾਂ ਚੋਂ ਬੱਚਾ ਨਾਲ ਬੱਚੇ ਦੀ ਪ੍ਰੋਬਲਮ ਹੈ ਸਾਰੀ ਦੇਖੋ ਕਿੰਨਾ ਸੋਹਣਾ ਬੱਚਾ ਓਏ ਹਾਂਜੀ ਸੁਣਦਾ ਨਹੀਂ ਹੈਗਾ ਸੁਣਦਾ ਹੀ ਨਹੀਂ ਬੱਚਾ ਕਹਿੰਦੇ ਇਹ ਬੰਟੀ ਦਾ ਨਾਂ ਕੀ ਹੈ ਬੱਚੇ ਦਾ ਪਤਾ ਕੀ ਨਾ ਭੈਣੇ ਇਹ ਬੱਚੇ ਦੀ ਸੀ ਵੀਡੀਓ ਦੇਖੀ ਸੀ ਕਿ ਨਾ ਭੇਜੀ ਸੀ ਤੁਸੀਂ ਤੁਹਾਡੇ ਘਰ ਵਾਲਾ ਵੀ ਆਇਆ ਨਾਲ ਕਿੱਥੇ ਆ ਕਹਾਂ ਪਿਆ ਵੀ ਉਧਰ ਕੋਈ ਬਾਤ ਨਹੀਂ ਸੁਬਾਹ ਬਾਤ ਕਰਾਂਗੇ ਇੱਧਰ ਕੋ ਪੜਾ ਨਾ ਐਸੇ ਘੁਮਾ ਕੇ ਪਕੜਾ ਦਿਓ ਭੈਣ ਕਰਨਾਲ ਸੇ ਆਈ ਹੋ ਨਹੀਂ ਇਸ ਕੋ ਕੱਪੜੇ ਮੇ ਰਹਿਣੇ ਦਿਓ ਕੱਪੜੇ ਮੇ ਐਸੇ ਸਮੇਤ ਕੰਬਲ ਪਕੜਾਓ ਠੰਡੀ ਹੈ ਸੋਇਆ ਨਹੀਂ ਅਭੀ ਤੱਕ ਜੀ ਨਹੀਂ ਰੋਤੇ ਥੇ ਤਦ ਅਬੇ ਕਿਆ ਹਾਲ ਇਸ ਕਾ ਕਿਆ ਨਾਮ ਹੈ ਇਸ ਕਾ ਨਾਮ ਦੇਖਾ ਹੈ ਦਿਵਾਂਸ਼ੀ ਦਿਵਾਂਸ਼ੀ ਲੜਕੀ ਹੈ ਜੀ ਜੀ ਸਰ ਅਰੇ ਦਿਵਾਂਸ਼ੀ ਕੈਸੀ ਹੈ ਤੂੰ ਅਰੇ ਦਿਵਾਂਸ਼ੀ ਅਰੇ ਦਿਵਾਂਸ਼ੀ ਦੇਖੋ ਜੀ ਜੈਵੀਰ ਵਾਲੀ ਸੇਮ ਪ੍ਰੋਬਲਮ ਆ ਕਿੰਨੇ ਦਿਨ ਦੀ ਹੋ ਗਈ ਹੈ 3 ਮਹੀਨੇ ਦਾ ਸਰ ਔਰ ਜਬ ਸੇ ਜਨਮ ਹੋਇਆ ਹੈ ਤਬ ਸੇ ਜੇ ਸਿਰ ਇਸ ਕਾ ਐਸੇ ਬੜ ਰਹਾ ਹੈ 1.5 ਮਹੀਨਾ ਬਾਅਦ ਪਾਣੀ ਹੋਆ
जे समझती है बात खड़का ऐसे खड़ा देखती है इधर उधर एक तरह देखती रहती है पर कोई समझ में नहीं आता इसको नहीं कोई आवाज देते हैं तो ऐसे कुछ बहुत रोती है तब से रो रहा था मैं उसे देखी ओए ओए दीवांशी ओए दीवांशी दीवांशी कैसी हो अबे कैसी हो कैसी हो कैसी हो कैसी हो कैसी हो अपने आप रोक ओंकार सतनाम करता पुरख ने फौर वैर काल मुदत अयोनि से पंग प्रसाद या पार सच गा सच है पी सच नानक होसी पी सच सिर तो बहुत ज्यादा इसका ऐसे कठोर हुआ है अगर गया ऐसा कब से है जैसे ऐसे है छुट्टी लगे हम लोग चला गया था घर 15 दिन हो गया सर 15 दिन से जो सर बढ़ रहा है बढ़ रहा है और जो इतना टाइट हो रहा है जो स्किन ऐसे ऐसे हो रही है तब 15 दिन से ही हो रही है नहीं, कि पहले हॉस्पिटल से ही हो रहा था जब आप हॉस्पिटल में थे सिर तब भी बढ़ रहा था तो कुछ नहीं हो रहा 1.5 महीने से जो इसका सिर बढ़ रहा है बढ़ रहा है ऐसे ही बढ़ता जा रहा है मान लीजिए आपसे 1 महीना पहले की बात करें तो इससे सिर कितना कम था मान लो 100 मान लो जी 100 रुपया 100 रुपए में से मान लो इसका 10 पैसे बढ़ाया या 20 पैसे बढ़ गया होगा अभी 40 ना 42 हो गया इतना बढ़ गया हाँ तभी छोटा था बहुत दीवांशी दीवांशी कोई बात नहीं कल सुबह जहाँ बात करेंगे जहाँ डॉक्टर के पास इससे पहले अभी हमारे पास हरलीन आई थी बच्ची एक देखी थी वीडियो आपने थोड़े दिन पहले हमने डाली वीडियो उसका भी ऐसे सिर बढ़ रहा था हाँ, देखे थे सर उसी का वीडियो देखे तो इससे पहले एक बच्चा आया था जयवीर वो इससे भी बड़ा ओ, मेरा फोन दही जयवीर की फोटो कट के दही ते वो ठीक हो गया आ ही दे दे कड़ा भाई हाँ दे दे चाहिए फोटो आ जाए लाभ मेरा फोन कोई ना बेबी फिक्र ना कर तू दवाई खा ली बेबे ਤੁਸੀਂ ਨਾ ਫਿਕਰ ਨਾ ਕਰ ਭੈਣ ਮੇਰੀ ਤੁਸੀਂ ਵੈਸੇ ਸਹੀ ਸਮੇਂ ਨਹੀਂ ਆਏ ਤੁਸੀਂ ਇੱਕ ਟਾਈਮ ਗਲਤ ਚੂਜ਼ ਕੀਤਾ ਸਾਡੇ ਕੋਲ ਆਉਣ ਦਾ ਤੁਹਾਨੂੰ ਆਉਣਾ ਚਾਹੀਦਾ ਸੀਗਾ ਕੈਂਪ ਤੋਂ ਬਾਅਦ ਪਰਸੋਂ ਨੂੰ ਕਿਉਂਕਿ ਕੱਲ੍ਹ ਨੂੰ ਕੈਂਪ 'ਚ ਬਹੁਤ ਰਸ਼ ਹੁੰਦਾ ਕੱਲ੍ਹ ਨੂੰ ਕੈਂਪ ਦੇ ਵਿੱਚ ਆਹ ਵਾਲੇ ਜਿਹੜੀ ਸਮੱਸਿਆ ਵਾਲੇ ਡਾਕਟਰ ਨਹੀਂ ਆਉਂਦੇ ਪਰ ਅਸੀਂ ਫਿਰ ਵੀ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਭੇਜਾਂਗੇ ਡਾਕਟਰ ਕੋਲ ਠੀਕ ਹੈ ਭੈਣੇ ਇੱਥੇ ਜਿੱਥੇ ਡਾਕਟਰ ਨੂੰ ਚੈੱਕ ਕਰਕੇ ਦੱਸਣਗੇ ਵੀ ਇਹਦਾ ਕੀ ਹੱਲ ਆ ਕੋਈ ਨਾ ਆਪਾਂ ਵਾਹਿਗੁਰੂ ਨੇ ਚਾਹਿਆ ਤਾਂ ਇਹਦਾ ਬਹੁਤ ਜਲਦ ਆਪਰੇਸ਼ਨ ਹੋ ਜਾਊਗਾ ਬੱਚੇ ਦਾ ਹਨਾ ਠੀਕ ਆ ਦੇਵਾਸ਼ੀ ਆਪਕੇ ਕਿੰਨੇ ਬੱਚੇ ਹੈ ਭੈਣ ਇਸ ਤੋਂ ਬੜੇ ਹੈ ਉਹ 8 ਸਾਲ ਕੇ ਹੈ ਨਾ ਤਾਂ ਉਹ ਲੜਕਾ ਹੈ ਉਹ ਵੀ ਲੜਕੇ ਦੋ ਲੜਕੀਆਂ ਘਰ ਵਾਲਾ ਕਿਆ ਕੰਮ ਕਰਤਾ ਹੈ ਆਪਕੇ ਹੈ ਲੇਬਰ ਕਰਤਾ ਹੈ ਦੇਖੋ ਜੀ ਦਿਵਾਂਸ਼ੀ ਦਾ ਕੀ ਹਾਲਾਤ ਨੇ ਹੈ ਨਾ ਉਹਨੇ ਕਿਹਾ ਕਿ ਪੈਸਾ ਹੀ ਸਭ ਤੋਂ ਵੱਡੀ ਚੀਜ਼ ਹੋ ਗਿਆ ਨਾ ਹੁਣ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਹੁਣ ਜੇ ਇਹਨਾਂ ਕੋਲ ਪੈਸਾ ਹੁੰਦਾ ਤਾਂ ਇਹ ਵੀ ਕਿਸੇ ਪ੍ਰਾਈਵੇਟ 'ਚ ਲੱਖਾਂ ਰੁਪਈਆ ਦੇ ਕੇ ਅੱਜ ਆਪਣੇ ਬੇਟੀ ਨੂੰ ਤੰਦਰੁਸਤ ਕਰਾ ਸਕਦੇ ਸੀਗੇ ਪਰ ਕਿਉਂ ਨਹੀਂ ਕਰਾ ਸਕੇ ਉਹ ਹੈਗੀ ਹੈ ਜੀ ਸਾਰੀ ਗੱਲ ਪੈਸੇ ਦੀ कितना टीका लगता है कितने का टीका लगता था 1500 1500 हर रोज लगता था जी देखो जी 2000 ਦੇ ਟੀਕੇ ਇੱਕ ਦਿਹਾੜੀ ਕਰਨ ਵਾਲਾ ਇੱਕ ਮਜ਼ਦੂਰੀ ਕਰਨ ਵਾਲਾ ਬੰਦਾ ਕਿੱਥੋਂ ਲਾਊ ਬਹੁਤ ਪੈਸਾ ਖਰਚਾ ਹੋ ਗਿਆ ਹਾਈ ਮੈਂ ਨਾ ਉਹਾਂ ਪੜ ਰਹਾ ਫਿਰ ਵੀ ਮੇਰਾ ਬੱਚਾ ਠੀਕ ਨਹੀਂ ਹੋਆ ਜੇ ਸਭ ਪੈਸਾ ਕਹਾਂ ਸੇ ਆਇਆ ਕੁਛ ਨਾ ਹਮ ਲੋਗ ਕੇ ਪਾਸ ਥੇ ਥੋੜਾ ਥੋੜਾ ਫਿਰ ਜਮਾ ਕੀਆ ਹੋਇਆ ਥਾ ਦਾਦਾ ਦੀਦੀ ਕੇ ਪਾਸ ਸੇ ਲੀਏ گاؤں ਸੇ ਫਿਰ ਲੈ ਕੇ ਦਿਖਾਏ ਫਿਰ ਵੀ ठीक हुआ इसलिए हम लोग छुट्टी लेके घर चला गया था 15 दिन रह के देख रहे हो बच्चे को
देखे ना, देखो बच्चा कैसा था। तुम्हारा बच्चा तो बहुत ठीक है, इसका तो बिल्कुल हड्डी दिखाई दे रहा था जी। देखो जी, आ जयवीर सीगा पहला, सेम आही बीमारी सी बच्चे नू, जिहड़ी इहनू आ बच्चे नू भैण दे नू। देखो हड्डियां दा उह पिंजर बन गया सी बच्चा। ਇੱਦਾਂ ਲੱਗਦਾ ਸੀ ਜਿਵੇਂ ਅਸੀਂ ਕਿਸੇ ਏਲੀਅਨ ਨੂੰ ਦੇਖ ਰਹੇ ਹੁੰਦੇ ਹਾਂ। ਅਤੇ ਇਹਦੀ ਸਮੱਸਿਆ ਜਿਹੜੀ ਠੀਕ ਹੋਈ ਆ ਹੁਣ, ਇਹੀ ਬੱਚਾ ਅੱਜ ਬਿਲਕੁਲ ਠੀਕ ਹੈ ਜੀ। ਦੇਖੋ ਜੀ, ਇਹ ਬੱਚਾ ਹੈ ਵੀ ਹੁਣ ਜੀ, ਇਹੀ ਜੈਵੀਰ ਦੇਖੋ ਇੱਦਾਂ ਦਾ ਹੋ ਗਿਆ। ਡਾਕਟਰ ਕਹਿੰਦੇ ਸੀ ਇਹਦਾ ਬ੍ਰੇਨ ਹੈ ਜੋ, ਇਸਕਾ ਦਿਮਾਗ ਹੈ ਉਹ ਪਾਣੀ ਬਣ ਗਿਆ, ਤੋ ਪਾਣੀ ਨਹੀਂ ਬਣਾ, ਬਿਲਕੁਲ ਸਮਝਤਾ ਹੈ ਸਭ ਬਾਤ, ठीक हो गया है वो, ठीक है। तो बस बात इस बात पे ऊपर रुकी हुई है भी आप कितना विश्वास करते हो भगवान के ऊपर, ठीक है। तो उसी ने करना है सब कुछ, भगवान सबका भला करता है, बस किसी का कुछ पहले कर देता है, किसी का थोड़ा देरी में करता है। बात विश्वास की है, तो आप यहाँ पे आए हो तो हम अपनी पूरी कोशिश करेंगे कि आपकी बेटी है ना जो, वो ठीक हो जाए, क्योंकि बच्चे रब की मूर्त होते हैं भगवान की, ठीक है ना। हमने आपकी मदद नहीं करनी है, हमने ना इसकी करनी है, इसकी तो भगवान करेगा मदद, ठीक है ना। तो ये सब ठीक हो जाएगा, थोड़ा बस भरोसा रखिएगा, भरोसा करके तो ठीक हो जाएगा फिर सब। हाँ जी भैने, सत श्री अकाल। तुम पहली बार आए, तुम मिले थी मतलब किमें? हाँ बहुत माड़ी गल है मेरी भैन, तो भैन मेरी जी देखो एक समस्या गांव भी आ सकती है सानू अगे भी, पर दवाई नहीं बंद करनी। तुसी किसी नू स्नेहा ला देना कि साड़ी दवाई भेज दो, पर जिहड़ी थोड़े उधरों होर भी मरीज आउंदे ना, केड़ा एरिया सुट्टा पैणा? ਗੰਗਾਨਗਰ ਤੋਂ, ਗੰਗਾਨਗਰ ਤੋਂ ਹੋਰ ਵੀ ਕਈ ਮਰੀਜ਼ ਆਉਂਦੇ ਸਾਡੇ ਕੋਲ, ਹਨੂਮਾਨਗੜ ਕੋਲ। ਸਾਨੂੰ ਤੁਸੀਂ ਜੇ ਕੋਈ ਇੱਦਾਂ ਦੀ ਸਮੱਸਿਆ ਹੈਗੀ ਹੈ ਨਾ ਗਾਂਹ ਤੋਂ ਵੀ, ਤਾਂ ਸਾਨੂੰ ਦੱਸਣਾ ਜ਼ਰੂਰ, ਫੋਨ ਕਰਕੇ ਵੀ ਵੀਰੇ ਮੈਨੂੰ ਆਹ ਪ੍ਰੋਬਲਮ ਆ ਗਈ ਆ ਵੀ ਮੈਂ ਆ ਨਹੀਂ ਸਕਦੀ, ਮੇਰੇ ਮੁੰਡੇ ਦੀ ਦਵਾਈ ਦਾ ਨਾਗਾ ਪੈਂਦਾ। ਅਸੀਂ ਤੁਰੰਤ ਇੰਤਜ਼ਾਮ ਕਰਾਂਗੇ, ਕੋਈ ਨਾ ਕੋਈ ਦਵਾਈ ਦਾ ਨਾਗਾ ਨਹੀਂ ਪਾਉਣਾ। ਹਾਂ ਬਸ ਯਾਨੀ ਕਿ ਦਵਾਈ ਜਿਸ ਦਿਨ ਪਹਿਲੇ ਦਿਨ ਤੁਸੀਂ ਆਏ ਸੀ, ਪਹਿਲੇ ਦਿਨ ਜਿਸ ਦਿਨ ਆਏ ਸੀ ਤੁਸੀਂ, ਮੈਂ ਤੁਹਾਨੂੰ ਸਮਝਾਈ ਸੀ ਆਹੀ ਗੱਲ ਵੀ ਇਹਦੀ ਦਵਾਈ 'ਚ ਨਾਗਾ ਨਾ ਪਾਇਓ, ਬਾਕੀ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਜੇ ਦਵਾਈ 'ਚ ਨਾਗਾ ਪੈ ਗਿਆ ਕੁਛ ਵੀ ਨਹੀਂ ਹੋਣਾ, ਇੱਕ 15 ਘੰਟਿਆਂ ਦਾ ਵੀ ਨਹੀਂ ਪੈਣਾ ਚਾਹੀਦਾ ਭੈਣ ਮੇਰੀ, ਠੀਕ ਹੈ ਨਾ। ਹੁਣ ਜੀਰੋ ਤੋਂ ਸਟਾਰਟ ਹੋਊ ਦਵਾਈ ਇਹਦੀ ਸਾਰੀ, ਕੋਈ ਗੱਲ ਨਹੀਂ, ਇਹਨਾਂ ਦੇ ਪਾਪਾ ਨੂੰ ਸਵੇਰੇ ਮਿਲਦੇ ਹਾਂ, ਫਿਕਰ ਨਾ ਕਰ ਦਿਓ ਭੈਣ ਮੇਰੀ, ਮਿਲਦੇ ਹਾਂ। ਕਿਉਂ ਵੀ ਕੁੱਟੀ ਤੇਰੇ ਪਾਪਾ ਨੂੰ? ਹੈਂ ਪਾਪਾ ਨੂੰ ਕੁੱਟੀ? ਨਹੀਂ, ਪਾਪਾ ਨੂੰ ਪਿਆਰ ਕਰਦਾ ਤੂੰ? ਹੈਂ ਪਾਪਾ ਨੂੰ ਪਿਆਰ ਕਰਦਾ? ਉਹ ਬਾਈ ਹੱਥ ਮਿਲਾ, ਹੱਥ ਮਿਲਾ ਲਾ, ਹੱਥ ਮਿਲਾ ਲਾ, ਦੂਜਾ ਹੱਥ, ਦੂਜਾ ਹੱਥ, ਦੂਜਾ ਉੱਧਰ ਲਾ। ਕੀ ਨਾਂ ਤੇਰਾ? ਨਾਂ ਕੀ ਆ? ਲੱਗੂਗਾ ਜਦੋਂ ਤੁਸੀਂ ਪਹਿਲਾਂ ਹੀ ਟੋਕ ਦਿੰਦੇ ਹੋ ਨਾ, ਉਸ ਟੋਕਣਾ ਨੀਗਾ, ਠੀਕ ਹੈ ਨਾ। ਕੀ ਹਾਲ ਹੈ ਵੀਰੇ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣੇ। ਹੋਰ ਭਾਈ ਠੀਕ ਠਾਕ ਹੋ ਸਾਰੇ? ਨਵੇਂ ਆਏ ਭੈਣੇ? ਕੋਈ ਨਾ, ਤੁਸੀਂ ਅਗਲੇ ਕੈਂਪ 'ਤੇ ਪੁਰਾਣੇ ਹੋ ਜਾਣਾ ਭੈਣ ਮੇਰੀ, ਠੀਕ ਹੋ ਜਾਣਾ ਸਾਰਾ ਕੁਛ। ਪਰ ਓਕੇ, ਹੁਣ ਤੁਹਾਡੇ ਕੋਲ ਕਿੱਥੋਂ ਆਏ ਭੈਣੇ? ਕੀ ਨਾਮ ਆ ਬੇਬੇ ਦਾ? ਦੇਸੋ ਠੀਕ ਹੋ ਜਾਣਾ ਤੂੰ? ਅੱਛਾ ਕੁੜੇ ਦੇਸੋ ਠੀਕ ਹੋ ਜਾਣਾ ਤੂੰ? ਹੈਂ ਕੋਈ ਨਾ ਭੈਣੇ, ਪਹਿਲਾਂ ਦਵਾਈ ਚੱਲਦੀ ਸੀ ਕਿਤੋਂ ਦੀ? ਪਤਾ ਮੈਨੂੰ, ਇਹਨਾਂ ਨੂੰ ਡਿਮੈਂਸ਼ੀਆ ਹੋ ਗਿਆ, ਮੇਰੀ ਗੱਲ ਸੁਣੀ ਸੀ ਨਾ ਤੁਸੀਂ ਉੱਥੇ? ਮੈਂ ਸਮਝਾ ਰਿਹਾ ਸੀ ਹੁਣ ਉਹ ਜੀਤੋ ਬੇਬੇ ਨੂੰ, ਦੀਪੇ ਨੂੰ ਗੱਲ ਦਈ ਨਾ ਉੱਥੇ ਗੱਲ, ਹੁਣ ਮੈਂ ਸੇਮ ਬਿਮਾਰੀ ਹੈ ਇਹਨਾਂ ਨੂੰ, ਡਿਮੈਂਸ਼ੀਆ ਇਹਨਾਂ ਨੂੰ। ਦੱਸਿਆ ਕਿਸੇ ਡਾਕਟਰ ਨੇ ਤੁਹਾਨੂੰ? ਹੈਂ ਡਰ, ਆਹੋ ਸੈੱਲ ਟੁੱਟ ਗਏ ਵਿੱਚ, ਸੈੱਲ ਦਿਮਾਗ ਦੇ ਦੁਬਾਰਾ ਬਣਦੇ ਨੇ। ਪਰ ਇੱਕ ਗੱਲ ਹੈ ਭੈਣੇ,
ਇਹ ਸੈੱਲ ਟੁੱਟਣ ਤੋਂ ਰੋਕੇ ਜਾ ਸਕਦੇ ਆ, ਜਿਹੜੇ ਹਜੇ ਬਚੇ ਹੋਏ ਉਹਨਾਂ ਨੂੰ ਬਚਾਇਆ ਜਾ ਸਕਦਾ। ਠੀਕ ਆ, ਆਪਾਂ ਇਹਦੇ ਬਾਰੇ ਸਵੇਰੇ ਗੱਲ ਕਰਾਂਗੇ ਭੈਣ। ਕੋਈ ਨਾ ਠੀਕ ਹੋ ਜਾਣਾ, ਦੱਸੋ ਭੈਣ ਨੇ, ਬੇਬੇ ਨੇ, ਦਵਾਈ ਨਾ ਬੰਦ ਕਰੋ, ਦੇਖੋ ਖਰਚਾ ਤੁਹਾਡਾ ਕੋਈ ਨਹੀਂ ਆਉਣਾ, ਸਭ ਸੋਇਆ ਕਰੋ। ਤੁਸੀਂ ਕਹਿਣਾ, ਇਹ ਉੱਠਦੀ ਘੱਟ ਆ ਹੁਣ। ਠੀਕ ਆ ਭੈਣ, ਪਤਾ ਮੈਨੂੰ ਭੈਣੇ, ਆਪਾਂ ਇਹ ਸਾਰੀ ਗੱਲ ਤੁਸੀਂ ਡਾਕਟਰ ਨੂੰ ਦੱਸਿਓ। ਠੀਕ ਆ, ਸਵੇਰੇ ਆਪਾਂ ਗੱਲ ਕਰਾਂਗੇ, ਮੈਂ ਵੀ ਕਰੂੰਗਾ ਡਾਕਟਰ ਨਾਲ ਗੱਲ। ਦਵਾਈ ਬਿਲਕੁਲ ਠੀਕ ਲਾਈਟ ਦੇਣਗੇ ਉਹ, ਪਰ ਦਵਾਈ ਖਵਾਉਣੀ ਆ, ਹੈ ਨਾ। ਤੁਸੀਂ ਬੇਟੇ ਗਏ ਉਹਨਾਂ ਦੀ? ਕੋਈ ਬੇਟੇ ਕਿੰਨੇ ਆ ਇਹਨਾਂ ਦੀ? ਹੁਣ ਇਹਦੀ ਇਹਨਾਂ ਦੀ ਸਾਂਭ ਸੰਭਾਲ ਕੌਣ ਕਰਦਾ? ਬਸ ਕਮਰੇ 'ਚ ਬੰਦ ਹੈ, ਨਹੀਂ ਤੁਰੇ ਫਿਰਦੇ ਆ, ਬਾਹਰ ਪਿੰਡ 'ਚ ਵੀ ਚਲੇ ਜਾਂਦੇ ਆ, ਸ਼ਹਿਰ 'ਚ। ਓਕੇ, ਯਾਨੀ ਕਿ ਕੋਈ ਇਹ ਕਿਸੇ ਨਾਲ ਲੜਦੀ ਤਾਂ ਨਹੀਂ ਬੇਬੇ? ਸ਼ਾਂਤ ਰਹਿੰਦੀ ਆ? ਬਸ ਕੋਈ ਗੱਲ ਨਹੀਂ ਫਿਰ, ਕਿਉਂਕਿ ਇਹ ਬਿਮਾਰੀ ਨਾ ਜਦੋਂ ਬੰਦਾ ਅਗਰੈਸਿਵ ਹੁੰਦਾ ਜ਼ਿਆਦਾ, ਕਈ ਵਾਰੀ ਭੰਨ ਤੋੜ ਕਰਨ ਲੱਗ ਜਾਂਦਾ ਚੀਜ਼ਾਂ ਜਾਂ, ਹੈ ਨਾ, ਉਦੋਂ ਕੰਟਰੋਲ ਕਰਨਾ ਥੋੜ੍ਹਾ ਔਖਾ ਹੁੰਦਾ। ਕੋਈ ਨਾ ਸਰ, ਇਹ ਭੁੱਲ ਵੀ ਜਾਂਦੇ ਤੁਹਾਨੂੰ ਕਦੇ, ਉਹੀ ਬਿਮਾਰੀ ਆ ਜਾਂਦੀ ਬੇਬੇ। ਦਵਾਈ ਚੱਲੂਗੀ ਤਦ ਤੱਕ ਜਦ ਤੱਕ ਤੂੰ ਠੀਕ ਨਹੀਂ ਹੁੰਦੀ। 40 ਸਾਲ ਦਾ ਰੋਗ ਆ, 40 ਮਹੀਨੇ ਠੀਕ ਹੋ ਜਾਊਗਾ ਬੇਬੇ। ਠੀਕ ਆ, 40 ਮਹੀਨੇ ਦਵਾਈ ਲਏਂਗੀ ਨਾ? ਬਸ ਠੀਕ ਆ, ਫਿਰ ਕਿਹੜੀ ਚੱਕਰ ਹੈਗਾ, ਫਿਕਰ ਨਹੀਂ ਕਰਨਾ ਬੇਬੇ। ਹਾਂ ਕਰਾਂਗੇ ਗੱਲ ਭੈਣੇ ਸਵੇਰੇ। ਹੁਣ ਤੁਸੀਂ ਸਾਰੇ ਰਾਤ ਨੂੰ, ਮੈਂ ਕਹਿੰਦਾ ਕੱਲ੍ਹ ਨੂੰ ਤੁਸੀਂ ਬੇਟੀ ਨੂੰ ਲੈ ਕੇ ਆਏ ਹੋ। ਠੀਕ ਆ, ਇਹਨੂੰ ਕੀ ਹੋਇਆ? ਉਰੇ ਪੁੱਤ ਉੱਠ ਕੇ, ਕੀ ਹੋਇਆ ਇਹਨੂੰ? ਦੌਰਾ ਪੈਂਦਾ, ਕਿੰਨਾ ਪੜ੍ਹੀ ਕੁੜੀ? ਆ ਜਾ ਮੇਰੇ ਕੋਲ, ਆ ਜਾ। ਕਿਹੜੀ ਕਲਾਸ 'ਚ ਪੜ੍ਹਦੀ ਆ ਪੁੱਤ? 9th ਕਲਾਸ 'ਚ ਪੜ੍ਹਦੀ ਉਰਿਆ। ਜਦੋਂ ਤੈਨੂੰ ਦੌਰਾ ਪੈਂਦਾ, ਸਕੂਲ 'ਚ ਪਿਆ ਕਰੇ ਦੌਰਾ? ਘਰੀ ਪਿਆ। ਜਦੋਂ ਤੈਨੂੰ ਦੌਰਾ ਪੈਂਦਾ, ਤੈਨੂੰ ਯਾਦ ਰਹਿੰਦਾ? ਭੁੱਲ ਜਾਂਦੀ ਆ, ਤੈਨੂੰ ਨਹੀਂ ਪਤਾ ਲੱਗਦਾ ਕਿਹੜਾ ਦੌਰਾ ਪਿਆ। ਤੈਨੂੰ ਮੰਮੀ ਉੱਠ ਦੱਸਦੀ ਸੁੱਤੀ ਉੱਠੀ ਤੋਂ ਬਾਅਦ, ਹੈ ਨਾ, ਵੀ ਤੈਨੂੰ ਦੌਰਾ ਪੈ ਗਿਆ ਸੀ, ਤੈਨੂੰ ਯਾਦ ਨਹੀਂ ਰਹਿੰਦਾ। ਠੀਕ ਆ ਪੁੱਤ, ਕਿੰਨੇ ਕੁ ਸਾਲ ਹੋ ਗਏ ਭੈਣੇ? ਹੱਥ ਅਕੜ ਜਾਂਦੀ ਹੈ ਬਹੁਤ ਜ਼ਿਆਦਾ। ਉਸ ਤੋਂ ਬਾਅਦ ਜਦੋਂ ਇਹਨੂੰ ਜਦੋਂ ਦੌਰਾ ਪੈਂਦਾ, ਇਹਨੂੰ ਘਰਾੜੇ ਮਾਰਦੀ ਹੈ, ਫਿਰ ਆਵਾਜ਼ ਆਉਂਦੀ ਹੈ ਸਾਹ ਦੀ, ਤੇਜ਼ ਤੇਜ਼ ਸਾਹ ਲੈਂਦੀ ਹੈ। ਕਿੰਨਾ ਕੁ ਟਾਈਮ ਪੈਂਦਾ ਦੌਰਾ? ਮਿੰਟ, 5-7 ਮਿੰਟ ਜਾਂ 10? ਉਸ ਤੋਂ ਬਾਅਦ ਸੌ ਜਾਂਦੀ ਹੈ, ਦੌਰਾ ਪੈਣ ਤੋਂ ਬਾਅਦ ਬੇਹੋਸ਼ ਵਾਂਗੂ ਹੋ ਜਾਂਦੀ ਹੈ। ਬਹਿ ਜਾ ਮੰਮੀ ਕੋਲ। ਅਤੇ ਉਸ ਤੋਂ ਬਾਅਦ ਇਹਨੂੰ ਇੱਦਾਂ ਲੱਗਦਾ ਵੀ ਜਿਵੇਂ ਇਹਦਾ ਮਤਲਬ ਸਰੀਰ ਟੁੱਟਿਆ ਹੁੰਦਾ। ਕੋਈ ਨਾ, ਇਸ ਤੋਂ ਪਹਿਲਾਂ ਤੁਹਾਡੇ ਪਰਿਵਾਰ 'ਚ ਕਿਸੇ ਨੂੰ ਪੈਂਦਾ ਸੀ ਦੌਰਾ? ਫਿਕਰ ਨਾ ਕਰੋ, ਦੌਰਾ ਨਹੀਂ ਪਊਗਾ ਇਹਨੂੰ, ਪਰ ਜੇ ਤੁਸੀਂ ਕੇਅਰ ਕਰੋਗੇ ਤਾਂ, ਕਿਉਂਕਿ ਹੋ ਸਕਦਾ ਦਵਾਈ ਨੂੰ ਸੈੱਟ ਕਰਨ ਨੂੰ, ਕਿਉਂਕਿ ਡਾਕਟਰ ਦਵਾਈ ਸੈੱਟ ਕਰਦੇ ਆ ਨਾ, ਮੰਨ ਲਓ ਹੁਣ ਥੋੜ੍ਹੀ ਦੇਣਗੇ, ਫਿਰ ਦੌਰਾ ਪਿਆ ਜੇ ਦੁਬਾਰਾ, ਫਿਰ ਥੋੜ੍ਹੀ ਹੋਰ ਵਧਾ ਦੇਣਗੇ, ਅਤੇ ਫਿਰ ਸੈੱਟ ਹੋ ਜੂਗੀ, ਫਿਰ ਦੌਰਾ ਨਹੀਂ, ਦਵਾਈ ਨਹੀਂ ਇਹਦੀ ਬੰਦ ਕਰਨੀ। ਤੁਸੀਂ ਅੱਜ ਦਵਾਈ ਬੰਦ ਕਰਤੀ, ਮੰਨ ਲਓ ਇੱਕ ਦਿਨ ਦੀ ਖਾਧੀ ਨਹੀਂ, ਉਹ ਸਾਰੀ ਦਵਾਈ 10 ਸਾਲਾਂ ਦੀ ਖਾਧੀ ਜੀਰੋ ਹੋ ਜਾਣੀ ਤੁਹਾਡੀ। ਠੀਕ ਹੈ, ਚਾਹੇ ਅਖੀਰ ਨੂੰ ਇਹਦੀ ਇੱਕ ਗੋਲੀ ਹੋ ਰਹਿ ਜੂ, ਇੱਕ ਗੋਲੀ ਇਹਨੂੰ ਸ਼ੀਸ਼ੀ ਵਾਲੀ, ਸ਼ੀਸ਼ੀ ਖਾਂਦੇ ਨਾ ਐਡੀ ਸ਼ੀਸ਼ੀ ਦਵਾਈ, ਉਹ ਖਾਣੀ ਪੈਣੀ ਇਹਨੂੰ ਜਦ ਤੱਕ ਡਾਕਟਰ ਨਹੀਂ ਬੰਦ ਕਰਦੇ। ਬਸ ਦਵਾਈ 'ਚ ਨਾਂਗਾ ਨਹੀਂ ਪੈਣਾ, ਚਾਹੇ ਜਿੱਡੀ ਮਜਬੂਰੀ ਮਰਜ਼ੀ ਆ, ਜਿਹੜੀ ਦਵਾਈ 'ਚ ਨਾਂਗਾ ਪਊਗਾ ਇਹਨੂੰ ਦੌਰਾ ਪਊਗਾ। ਜਿੰਨੀ ਵਾਰੀ ਇਹਨੂੰ ਦੌਰਾ ਪੂਰਨੀ ਵਾਰੀ ਤਾਂ ਦਿਮਾਗ ਘਟੂਗਾ, ਫਿਰ ਹੌਲੀ ਹੌਲੀ ਦਿਮਾਗ ਘਟਦਾ ਜਾਊਗਾ। ਜੇ ਦੌਰਾ ਪੈਣਾ ਹਟਾ ਲਿਆ, ਇਹ ਕੁੜੀ ਠੀਕ ਆ, ਪੜ੍ਹਨ ਲਿਖਣ 'ਚ ਪੂਰੀ ਹੁਸ਼ਿਆਰ ਹੋਈ ਹੈਗੀ ਆ, ਇਹਨੇ ਦੌਰੇ ਪੈਣੋਂ ਆਪੇ ਹਟ ਜਾਣੇ ਇਹਦੇ। ਠੀਕ ਆ, ਬਸ ਇੱਕ ਮੇਰੀ ਬੇਨਤੀ ਆ, ਇਹ ਦੌਰੇ ਦੀ ਦਵਾਈ ਜਿਹੜੀ ਅਸੀਂ ਦੇਵਾਂਗੇ ਉਹ ਦਵਾਈ ਬੰਦ ਨਹੀਂ ਕਰਨੀ। ਠੀਕ ਆ, ਹਾਂਜੀ ਹਾਂਜੀ ਭੈਣੇ, ਸਤਿ ਸ਼੍ਰੀ ਅਕਾਲ। ਤੁਸੀਂ ਕਿੱਥੋਂ ਆਏ ਹੋ? ਗੜਸ਼ੰਕਰ। ਠੀਕ ਆ, ਕਿਹਨੂੰ ਲੈ ਕੇ ਆਏ ਤੁਸੀਂ ਭੈਣੇ? ਅੱਛਾ, ਕਿਹਦੇ ਵਾਸਤੇ ਦਵਾਈ ਲੈਣੀ? ਸਤਿ ਸ਼੍ਰੀ ਅਕਾਲ। ਹੈਂ? ਆਪਣੇ ਲਈ ਲੈਣ ਆਏ। ਓਕੇ, ਕੀ ਸਮੱਸਿਆ ਤੈਨੂੰ ਭੈਣੇ? ਸਰ, ਮਿਰਗੀ ਪ੍ਰੋਬਲਮ ਹੁੰਦੀ ਸੀ। ਮਿਰਗੀ ਦੀ? ਹਾਂਜੀ। ਕਿੰਨੇ ਸਾਲਾਂ ਤੋਂ? ਹਾਂਜੀ, ਮੈਨੂੰ 5 ਸਾਲ ਹੋ ਗਏ ਸਰ। ਦਵਾਈ ਚੱਲਦੀ ਪਹਿਲਾਂ ਵੀ? ਹਾਂਜੀ, ਦਵਾਈ ਕਿਤੇ 3 ਮਹੀਨੇ ਹੋ ਗਏ ਮੈਨੂੰ। ਸਾਡੇ ਕੋਲ ਤੀਸਰੀ ਵਾਰ ਆਉਂਦੇ। ਹਾਂਜੀ, ਸਾਡੇ ਕੋਲ। ਹਾਂਜੀ, ਫਰਕ ਪਿਆ ਕਿ ਨਹੀਂ? ਹਾਂਜੀ, ਹੁਣ ਦੌਰਾ ਪੈਂਦਾ? ਹਾਂਜੀ, ਨਹੀਂ ਪਿਆ ਨਹੀਂ 3 ਮਹੀਨੇ ਤੋਂ। ਹਾਂਜੀ, ਆ ਦੇਖ ਲੈ ਕੁੜੀਏ ਕਿਤੋਂ ਵੱਡੀ ਆ। ਕੋਈ ਨਾ ਭੈਣੇ, ਇਹ ਡਾਕਟਰ ਨੂੰ ਸਾਰੀ ਗੱਲ ਦੱਸਿਓ, ਸੈੱਟ ਹੋ ਜੂਗਾ। ਠੀਕ ਆ, ਹੋ ਜਾਣਾ ਸਭ ਠੀਕ। ਹਾਂਜੀ, ਸਤਿ ਸ਼੍ਰੀ ਅਕਾਲ ਭੈਣੇ। ਹਾਂਜੀ ਪੁੱਤ, ਸਤਿ ਸ਼੍ਰੀ ਅਕਾਲ। ਇਹਨੂੰ ਕੀ ਹੋਇਆ ਪ੍ਰੋਬਲਮ ਭਾਈ?
ਨੂੰ ਟਾਈਫਾਈਡ ਹੋਇਆ ਸੀ ਪਹਿਲਾਂ ਤੇ ਉਹ ਤੋਂ ਫਿਰ ਇਹਦੀ ਨੀਂਦ ਜੀ ਰੁਕ ਗਈ ਅੱਛਾ ਫਿਰ ਟੈਨਸ਼ਨ ਜੀ ਲੈ ਲਈ ਬਸ ਫਿਰ ਰੋਣੀ ਨਹੀਂ ਚੁੱਪ ਕੀਤੀ ਹੈਗੀ ਫਿਰ ਦਾਖਲ ਵੀ ਰੱਖੀ ਗੈਰੇ ਦੇ ਮਲੌਦ ਅਸੀਂ ਬੇਰਕਲਾ ਤੋਂ ਆਏ ਰਾੜਾ ਸਾਹਿਬ ਕੋਲ ਵੀ ਤੁਹਾਡੇ ਉੱਥੇ ਪਿੰਡ ਵੀ ਲੱਗਦਾ ਹੁੰਦਾ ਸੀ ਨਾ ਕੈਂਪ ਜਿਹਾ ਉਹਦੇ ਪਿੰਡ 'ਚ ਬੇਰਕਲਾਂ 'ਚ ਵੀ ਦਿਮਾਗ ਦੀਆਂ ਬਿਮਾਰੀਆਂ ਦਾ ਛੋਟੇ ਬੱਚਿਆਂ ਦਾ ਨਾ ਠੀਕ ਹੈ ਭੈਣੇ ਚਾਰ ਮਹੀਨੇ ਕਿੰਨਾ ਫਰਕ ਪੈ ਗਿਆ ਬਸ ਇਹਨੂੰ ਨਾ ਥੋੜ੍ਹਾ ਐਕਟਿਵ ਕਰਨਾ ਤੁਸੀਂ ਮਤਲਬ ਕੋਈ ਨਾ ਕੋਈ ਕੁਛ ਕਰੀ ਜਾਵੇ ਘਰੇ ਮੰਨ ਲਓ ਚਾਹੇ ਕੋਈ ਸਵੈਟਰ ਨਹੀਂ ਵੀ ਪਾਉਂਦਾ ਇਹਨੂੰ ਸਵੈਟਰ ਪਾਉਣਾ ਸਿਖਾਓ ਹੈ ਨਾ ਜਿੰਨਾ ਉਹ 'ਤੇ ਦਿਮਾਗ ਲਾਊਗੀ ਹੈ ਨਾ ਇੱਦਾਂ ਦੀ ਚੀਜ਼ਾਂ 'ਤੇ ਇਹਨੂੰ ਲਾਓ ਜਿੱਥੇ ਇਹਦਾ ਦਿਮਾਗ ਲੱਗੇ ਥੋੜ੍ਹਾ ਅਤੇ ਜਿਹੜੀ ਆ ਸਮੱਸਿਆ ਇਹ ਵੀ ਠੀਕ ਹੋ ਜਾਊਗੀ ਹੋ ਜਾਣੀ ਕੱਲ੍ਹ ਨੂੰ ਆਪਾਂ ਡਾਕਟਰ ਨਾਲ ਗੱਲ ਕਰਾਂਗੇ ਜੇ ਕੋਈ ਦਿੱਕਤ ਆਊਗੀ ਫਿਰ ਆਪਾਂ ਗੱਲ ਕਰੂਗੀ ਅਗਲੀ ਵਾਰੀ ਜਦੋਂ ਤੂੰ ਆਏਂਗੀ ਸਾਡੇ ਲਈ ਨਾ ਤੂੰ ਮੇਥੇ ਵਾਲੀਆਂ ਰੋਟੀਆਂ ਬਣਾ ਕੇ ਲੈ ਕੇ ਆਈ ਬਣਾ ਲੈਂਗੇ ਆਪ ਵਧੀਆ ਮੇਥੇ ਠੀਕ ਹੈ ਭੈਣੇ ਸਤਿ ਸ਼੍ਰੀ ਅਕਾਲ 10 ਫੁਲਕੇ ਲਈ ਬਾਹਰ ਨਾ ਲਏ ਕਿਤੇ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਰੈਸਟ ਕਰੋ ਅਸੀਂ ਸਵੇਰੇ ਮਿਲਾਂਗੇ ਠੀਕ ਹੈ ਬੰਟੀ ਟਾਈਮ ਬਹੁਤ ਹੋ ਗਿਆ ਜੀ 11 ਹੋ ਗਏ 11:15 ਹਾਂ ਬਾਪੂ ਚੌਥੀ ਫਰਕ ਪਿਆ ਕੁਛ ਕੀ ਸਰ ਜੀ ਮੈਂ ਪਹਿਲਾਂ ਫੋਟੋ ਸਲਾਹ ਚੱਲਦਾ ਸੀ ਮੇਰਾ ਉਸ ਤੋਂ ਬਾਅਦ ਇੱਥੇ ਨਵੀਂ ਦਿੱਤੀ ਉਹ ਲਾਈਟ ਸੀ ਉਹ ਉਹਨਾਂ ਕੰਮ ਨਹੀਂ ਕੀਤਾ ਡਾਕਟਰ ਸਾਹਿਬ ਮੈਂ ਫੋਟੋ ਦਵਾਈ ਖਾ ਲੈਂਦਾ ਠੀਕ ਹੈ ਉਹ ਵੀ ਕੰਮ ਘੱਟ ਕਰ ਰਹੀ ਹੈ ਕੋਈ ਨਾ ਕਿਹੜੇ ਡਾਕਟਰ ਕੋਲ ਰਾਘਵ ਅਰੋੜਾ ਤੋਂ ਲਈ ਸੀ ਦਵਾਈ ਕੋਈ ਨਾ ਮੈਂ ਡਾਕਟਰ ਨਾਲ ਗੱਲ ਕਰੂੰਗਾ ਕੱਲ੍ਹ ਨੂੰ ਕੋਈ ਨਾ ਬਾਪੂ ਦਵਾਈ ਤੇਰੀ ਚੇਂਜ ਕਰਾ ਕੇ ਠੀਕ ਕਰਾ ਦਾਂਗੇ ਸਭ ਠੀਕ ਹੋ ਜਾਊ ਆਰੋਗਿਆ ਤੇ ਚੱਲਦੀ ਕੀ ਨਾਮ ਤੁਹਾਡਾ ਕੁਲਜੀਤ ਸਿੰਘ ਰਾਣਾ ਸਾਹਿਬ ਕੁਲਜੀਤ ਸਿੰਘ ਰਾਣਾ ਮੈਂ ਇੱਥੇ ਤੁਤੋਰੀਆਂ ਜਾ ਰਿਹਾ ਮੈਂ ਕਿਹਾ ਖਿੱਚੋ ਨਾ ਮੈਨੂੰ ਕੁਰਸੀ ਬਣਾ ਦਿਓ ਖਿੱਚ ਕੇ ਤੂੰ ਉਹਦੇ ਕਿਉਂ ਆਇਆ ਕੌਣ ਤੂੰ ਦਾ ਸੇਵਾਦਾਰ ਮੈਂ ਕਿਹਾ ਤੂੰ ਉਹ ਨਾ ਮੈਨੂੰ ਮੈਂ ਹੌਲੀ ਆਪ ਦੂੰਗਾ ਕਿਵੇਂ ਹੈਰਾਨ ਡਾਕਟਰ ਜੀ ਜੁੱਤੀ ਲਾ ਦਿੰਦਾ ਫਿਰ ਨੰਗੇ ਪੈਰ ਠੀਕ ਹੋ ਜਾਂਦਾ ਜੁੱਤੀ ਲਾ ਕੇ ਜਿਵੇਂ ਤੁਰਨ ਜਾਂਦਾ ਫਿਕਰ ਨਾ ਕਰੋ ਤੁਹਾਡੇ ਪੁੱਤ ਆ ਬਾਬਾ ਨਾਨਕ ਤੁਹਾਡੇ ਨਾਲ ਆ ਤੁਸੀਂ ਠੀਕ ਹੋ ਜਾਣਾ ਠੀਕ ਆ ਕਿਰਪਾ ਕਰੋ ਮਹਾਰਾਜ ਹੋ ਗਈ ਬਾਬਾ ਜੀ ਕਰਨਗੇ ਕਿਰਪਾ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਬਸ ਮੈਂ ਰਾਣਾ ਸਾਹਿਬ ਦੇ ਦਰਸ਼ਨ ਤੋਂ ਹੋਰ ਵੀ ਸੇਵਾ ਕਰ ਰਿਹਾ ਬਾਈ ਹੁਣ ਜੇ ਠੀਕ ਹੁੰਦਾ ਨਾ ਕੁਲਦੀਪ ਸਿੰਘ ਜੀ ਤੁਸੀਂ ਰੱਬ ਆ ਤੁਹਾਡੇ ਅੰਦਰ ਠੀਕ ਆ ਉਹਨੂੰ ਪਛਾਣੋ ਬਸ ਰੱਬ ਲੱਭਣ ਕਿਤੇ ਹੋਰ ਨਹੀਂ ਜਾਣਾ ਚਲੋ ਪਰਮਾਤਮਾ ਦੇ ਰੰਗ ਆ ਪਤਾ ਨਹੀਂ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੜੀ ਡਿਊਟੀ ਲਾਈ ਹੈ ਘੁਮਾ ਲਿਆ ਉੱਧਰ ਦੀ ਤੂੰ ਗੱਡੀ ਮੈਂ ਫੋਨ ਅੰਦਰ ਲੈ ਕੇ ਜਾਂਦਾ ਇਹਨੂੰ ਤੇ ਚਾਬੀ ਗੱਡੀ ਦੀ ਹੈਗੀ ਆ ਆਪਣੇ ਕਮਰੇ ਦੀ ਧੀਰੂ ਕਿੱਥੇ ਆ ਹੈਗੀ ਮੇਰੀ ਜੇਬ 'ਚ ਆ ਸੋਰੀ ਜੀ ਸਾਰੇ ਭੈਣ ਭਰਾ ਇਸ ਟਾਈਮ ਜੁੜੇ ਹੋਏ ਆ ਜਿਹੜੇ 600-700 ਬੰਦਾ ਸਾਰਿਆਂ ਦਾ ਧੰਨਵਾਦ ਆ ਜੀ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਠੰਡ ਬਹੁਤ ਜ਼ਿਆਦਾ ਕੱਲ੍ਹ ਨੂੰ ਜਿਹੜਿਆਂ ਨੇ ਮਰੀਜ਼ਾਂ ਨੇ ਵਿਚਾਰਿਆਂ ਨੇ ਮੋਟਰਸਾਈਕਲਾਂ 'ਤੇ ਸਕੂਟਰਾਂ 'ਤੇ ਆਉਣਾ ਆ ਕਿੰਨੀ ਠੰਡ ਆ ਕਿੰਨੀ ਧੁੰਦ ਆ ਕਿੱਦਾਂ ਪਹੁੰਚਣਗੇ ਅਤੇ ਉਹਨਾਂ ਦੀਆਂ ਦਵਾਈਆਂ ਚੱਲਣੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਇਸ ਦਵਾਈ 'ਚ ਨਾਗਾ ਪੈਂਦਾ ਵਾ ਫਿਰ ਸਾਰੀ ਦਵਾਈ ਜ਼ੀਰੋ ਹੋ ਜਾਂਦੀ ਕੀਤੀ ਕਰਾਈ ਅਤੇ ਦੇਖੋ ਆ ਸਾਹਮਣੇ ਖੜ੍ਹਿਆ ਇੰਨੀ ਦੂਰ ਫੋਟੋ ਲੱਗੀ ਉਹ ਵੀ ਸਾਫ਼ ਨਹੀਂ ਦਿੰਦੀ ਇੰਨੀ ਧੁੰਦ ਆ ਪੰਜਾਬ 'ਚ ਠੰਡ ਬਹੁਤ ਪੈਂਦੀ ਆ ਭਾਈ ਬਚ ਕੇ ਰਹੋ ਸਾਰਿਆਂ ਨੂੰ ਬੇਨਤੀ ਆ ਦੇਖੋ ਸਾਡਾ ਸੁਪਨਿਆਂ ਦਾ ਘਰ 'ਚ ਵੜਦੇ ਸਾਰਿਆਂ ਨੂੰ ਲੱਗਦਾ ਜਿਵੇਂ ਸਵਰਗ 'ਚ ਆ ਗਏ ਹੁੰਦੇ ਜੀ ਪਤਾ ਨਹੀਂ ਇੱਥੇ ਬਾਬੇ ਨਾਨਕ ਨੇ ਕਿੰਨੀ ਕਿਰਪਾ ਕੀਤੀ ਹੋਈ ਸੱਚੇ ਪਾਤਸ਼ਾਹ ਨੇ 11:24 ਹੋ ਗਿਆ ਜੀ ਰਾਤ ਦੇ 31:22 11:24 ਟੈਂਪਰੇਚਰ ਕਿੰਨਾ ਦੱਸ ਰਿਹਾ ਵੀ ਕਾਕਾ 10 ਆਹ ਬਾਬਾ ਸੁਰਜੀਤ ਕਾਹਤੋਂ ਮੈਂ ਕਰੀ ਜਾਂਦਾ ਹਾਏ ਹਾਏ ਨਹੀਂ ਦਵਾਈ ਨਹੀਂ ਇਹਨੂੰ ਉਹ ਲਿਆ ਕੇ ਦੇ ਮਸ਼ੀਨ ਲਾ ਲਾਈ ਸੀ ਹੁਣ
ਇੱਕ ਵਾਰੀ ਹੋਰ ਲਾ ਦੇ ਹੋ ਗਿਆ ਸਤੀਸ਼ ਬਾਪੂ ਮੈਂ ਲਵਾਉਣਾ ਮਸ਼ੀਨ ਚਾਲੂ ਕਰਾ ਮਸ਼ੀਨ ਚਲਾ ਲਾ ਪਲੱਗ ਕੋਈ ਨਾ ਫਿਕਰ ਨਹੀਂ ਲੋੜ ਨਹੀਂ ਬਸ ਉਹ ਲਾ ਦੇ ਇੱਦਾਂ ਪਲੱਗ ਲਾ ਦੇ ਬਸ ਕੋਈ ਨਾ ਬਾਪੂ ਹਾਏ ਨਹੀਂ ਕਹਿਣਾ ਹਾਏ ਨਹੀਂ ਕਹਿਣਾ ਹਾਏ ਨਹੀਂ ਕਹਿਣਾ ਵਾਹਿਗੁਰੂ ਕਹਿਣਾ ਵਾਹਿਗੁਰੂ ਠੀਕ ਹੈ ਨਾ ਬਾਪੂ ਵਾਹਿਗੁਰੂ ਕਿੱਧਰ ਲੱਗਣਾ ਪਲੱਗ ਥੱਲੇ ਉੱਤੋਂ ਨਹੀਂ ਬੈਚਰੀ ਕਰਨ ਤਾਰ ਦੇ ਹੋ ਗਿਆ ਮੈਂ ਪਾਸੇ ਤੂੰ ਨਹਿੰਗਾ ਬਹਿ ਜਾ ਬਾਪੂ ਪਿਆਰੇ ਬੈਠਾ ਰਹੇ ਬੈਠਾ ਰਹੇ ਬੈਠਾ ਰਹੇ ਬਾਪੂ ਬੈਠਾ ਰਹੇ ਕੋਈ ਨਾ ਕਿਉਂ ਫਿਕਰ ਕਰਦਾ ਬਾਪੂ ਮੇਰੇ ਕਰ ਲਾ ਉਹਨੂੰ ਕਰਦੇ ਮੰਜਾ ਇਹ ਲਾ ਦੇ ਪਲੱਗ ਕੱਲੂ ਨੂੰ ਬਾਪੂ ਨੂੰ ਹਸਪਤਾਲ ਭੇਜੋ ਕਿਉਂਕਿ ਮੌਸਮ ਬਦਲ ਰਿਹਾ ਕਰਕੇ ਨਾ ਆ ਚੱਲ ਕਰ ਇੱਧਰੋਂ ਲਾਪ ਲੱਗ ਕਰਕੇ ਬਾਹਰ ਫੜ ਤਾਰ ਸਾਰੇ ਰੱਬ ਸਿੰਘ ਜੀ ਸੁੱਤੇ ਪਏ ਨੇ ਜੀ ਟਿੱਡਾ ਜਿਹਾ ਹੋ ਕੇ ਪੈ ਜਾ ਬਾਪੂ ਮੈਂ ਮਸ਼ੀਨ ਲਾਉਣਾ ਤੇਰੇ ਆ ਇਹਦੇ ਨਾਲ ਸੈੱਟ ਹੋ ਜਾਣਾ ਰੇਸ਼ਾ ਬਣਿਆ ਹੋਇਆ ਹੈ ਨਾ ਕੋਈ ਨਾ ਬਾਪੂ ਇਹ ਕਹਿੰਦਾ ਥੋੜ੍ਹੇ ਕੁ ਦਿਨ ਜਿਹੜੀਆਂ ਠੰਡੀਆਂ ਚੀਜ਼ਾਂ ਉਹ ਬੰਦ ਕਰ ਦੇ ਅੱਛਾ ਕੋਈ ਵੀ ਚੀਜ਼ ਨਹੀਂ ਪੀਣੀ ਖਾਣੀ ਲਾ ਉੱਤੋਂ ਨਹੀਂ ਲਾ ਲਿਆ ਕਰਕੇ ਪੱਗ ਦੇ ਜਿਹੜਾ ਬੁੱਢੀ ਕੋਟ ਜਿਹਾ ਨਾ ਜ਼ਿਆਦਾ ਨਹੀਂ ਪਾਉਣ ਦੀ ਲੋੜ ਬਸ ਥੋੜ੍ਹਾ ਭਾਫ ਦੇਣੀ ਇੱਕ ਨਾ ਭਾਫ ਵਾਲੀ ਮਸ਼ੀਨ ਨਹੀਂ ਸਟੀਮ ਵਾਲਾ ਉਹ ਲਿਆ ਕੇ ਲਾ ਹੁਣ ਇਹਨੂੰ ਆਵਾ ਲਾਉਣ ਤੋਂ ਬਾਅਦ ਨਾ ਬਾਪੂ ਦੇ 5 ਮਿੰਟ ਸਿਰ ਤੇ ਤੌਲੀਆ ਦੇ ਕੇ ਭਾਫ ਦੇ ਦੇ ਨੱਕ ਰਾਹੀਆਂ ਖਿੱਚੇ ਅੰਦਰ ਨੂੰ ਭਾਫ ਇਹ ਠੀਕ ਹੈ ਨਾ ਇਹ ਤੋਂ ਬਾਅਦ ਚ ਉਹ ਦੇਣੀ ਹੈ ਬਾਪੂ ਨੂੰ ਉਹਨੇ ਕਰਨਾ ਕੰਮ ਅਸਲ ਚ ਲਿਆ ਚੱਕ ਕੇ ਸਟੀਮਰ ਕਿੱਥੇ ਆ ਕੋਈ ਨਾ ਬਾਪੂ ਠੀਕ ਹੋ ਜਾਣਾ ਮੇਰੇ ਬਾਪੂ ਨੇ ਠੀਕ ਹੋ ਜਾਣਾ ਠੀਕ ਆ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨਾ ਸੁਰਜੀਤ ਕੋਲੇ ਬਾਪੂ ਨਾਲ ਸਾਡਾ ਪਿਆਰ ਬਹੁਤ ਆ ਜੀ ਬਾਪੂ ਨੂੰ ਮੈਂ ਹਮੇਸ਼ਾ ਹੀ ਸੁਰਜੀਤ ਕੌਰ ਕਹਿ ਕੇ ਬੁਲਾਉਂਦਾ ਹੁੰਦਾ ਬਾਪੂ ਬਹੁਤ ਖੁਸ਼ ਹੁੰਦਾ ਰੈਕੋਟ ਵਾਲਾ ਬਾਪੂ ਵੈਸੇ ਗਰਮ ਦਲੀਆ ਸਾਡਾ ਬਾਪੂ ਬਹੁਤ ਜ਼ਿਆਦਾ ਅਤੇ ਜਦੋਂ ਬਾਪੂ ਫਿਰ ਕਿਤੇ ਗੁੱਸੇ ਹੋ ਜਾਂਦਾ ਫਿਰ ਇਹਨੂੰ ਮਨਾਉਣਾ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਪੰਡਤ ਦੇ ਸਿਰ 'ਤੇ ਟੋਪੀ ਦੇ ਕੋਈ ਨਾ ਦੇ ਲਾ ਦਿੰਦਾ ਤਾਂ ਕੋਈ ਚੱਕਰ ਨਹੀਂ ਦੇ ਟੋਪੀ ਤੋਂ ਠੀਕ ਆ ਪੁੱਤ ਠੀਕ ਆ ਸਿਰਾਣਾ ਕਿੱਥੇ ਤੇਰਾ ਸਿਰਾਣਾ ਲਿਆ ਕੇ ਦੇ ਕਿੱਥੇ ਸਿਰਾਣਾ ਇਹਦਾ ਇਹਦੇ ਵਿੱਚ ਹੋਰ ਜਾਈ ਦੇ ਕੱਢ ਕੇ ਦੇ ਇਹਦਾ ਸਿਰਾਣਾ ਦੇ ਲੱਭ ਕੇ ਕਿੱਥੇ ਥੱਲੇ ਨੂੰ ਹੋ ਕੇ ਪੈ ਥੱਲੇ ਨੂੰ ਹੋ ਕੇ ਪੈ ਬਾਂਹ ਹੀ ਰੱਖ ਇਹਦੇ ਵਿੱਚ ਹੀ ਆ ਸਿਰਾਣਾ ਲਿਆ ਕੇ ਦੇ ਉੱਥੋਂ ਰਜਾਈ ਕਿੱਥੇ ਸਿਰਾਣਾ ਕਿੱਥੇ ਤੇਰਾ ਪੁੱਤ ਸਿਰਾਣਾ ਕਿੱਥੇ ਮੇਰੇ ਸੁਣੇ ਪੁੱਤ ਤਾਂ ਇਹਦੀਆਂ ਪੈਰਾਂ 'ਤੇ ਰਜਾਈ ਦੇ ਉਹਦੇ ਇਹਦੇ ਪੈਰ ਨੰਗੇ ਆ ਕੌਣ ਧਰਦੇ ਢੱਕਦੇ ਪੈਰ ਤੁਹਾਡੀ ਰਾਤ ਦੀ ਡਿਊਟੀ ਆਹੀ ਆ ਹਾਂ ਛੁੱਟੀ ਲੈ ਕੇ ਘੁੰਮਣਾ ਨਹੀਂ ਆਹ ਕੰਮ ਤੁਹਾਡੇ ਜ਼ਰੂਰੀ ਕਰਨ ਵਾਲੇ ਕਿਸੇ ਦਾ ਸਿਰ ਨੰਗਾ ਕਿਸੇ ਟੋਪੀ ਨਾ ਕਿਸੇ ਪੈਰ ਨੰਗੇ ਆ ਇਹ ਖਾਸ ਖਿਆਲ ਰੱਖਣਾ ਫਿਰ ਮੁੜ ਕੇ ਬਾਪੂ ਸੁਰਜੀਤ ਦੇ ਰੇਸ਼ਾ ਕਿਉਂ ਪਿਆ ਵਾ ਆਹੀ ਕਾਰਨ ਇੱਕ ਉਹਦਾ ਮੰਜਾ ਉੱਧਰੋਂ ਅੰਦਰ ਨੂੰ ਕਰ ਦਿਓ ਉੱਥੇ ਲੱਗਦੇ ਅੰਦਰ ਬਹਿੰਦੇ ਸਾਰ ਹਵਾ ਪੈਂਦੀ ਆ ਉੱਥੇ ਮਨਾਉਣਾ ਪੈਣਾ ਕੋਈ ਨਾ ਮੈਨੂੰ ਚੇਤੇ ਕਰਾਈ ਮੈਂ ਮਨਾ ਲਊਂਗਾ ਠੀਕ ਹੈ ਮੈਨੂੰ ਸਮਝਾਈ ਕੋਈ ਨਾ ਮੇਰੇ ਕਹੇ ਲੱਗ ਜੂਗਾ ਲੈ ਸੁਣਾਉਣਾ ਮੈਂ ਪੰਡ ਦਾ ਪੁੱਤ ਨੂੰ ਸੁਣਾਉਣਾ ਦੇ ਦਿਓ ਜੇ ਕੋਈ ਚੱਕ ਸਿਰ ਚੱਕ ਬਣਦਾ ਥੱਲੇ ਨੂੰ ਹੋ ਥੋੜ੍ਹਾ ਜਿਹਾ ਉਦੋਂ ਨੂੰ ਹੋਇਆ ਤੁਹਾਡੀ ਰਾਤ ਦੀ ਡਿਊਟੀ ਇਹੀ ਕੰਮਾਂ 'ਤੇ ਆ ਕਿਸੇ ਦੇ ਪੈਰ ਨੰਗੇ ਹੁੰਦੇ ਆ ਕਿਸੇ ਦਾ ਸਿਰ ਨੰਗਾ ਹੁੰਦਾ ਗੇੜਾ ਦੇ ਕੇ ਇਕੱਲੇ ਇਕੱਲੇ ਮੰਜੇ ਦੇ ਕੋਲ ਦੀ ਦੇਖਣਾ ਵਾ ਵਿੱਕੀ ਰਾਤ ਨੂੰ ਇਸ ਟਾਈਮ ਤੱਕ ਜਾਗਦਾ ਰਹਿੰਦਾ ਅੱਗੇ ਵੀ ਪਿਸ਼ਾਬ ਕਰਾ ਤਾ ਜਿਹੜੇ ਜਿਹੜੇ ਬੰਦੇ ਬਾਥਰੂਮ ਕਰਦੇ ਵਿੱਚ ਠਾਏ ਆ ਅਸ਼ੋਕ ਦਾ ਕਰਾਇਆ ਕੀ ਕਹਿੰਦਾ ਹੈਂ
ਨਹੀਂ ਮਤਲਬ ਹੁਣ ਵਿੱਚ ਕਰੂਗਾ ਕਰਦਾ ਵਿੱਚ ਕਿ ਨਹੀਂ ਕਰਦਾ ਠੀਕ ਆ ਨਹੀਂ ਮਤਲਬ ਹੁਣ ਮੈਨੂੰ ਦੱਸਦਿਆ ਕਰੋ ਮੈਂ ਸਮਝਾ ਦਿਆ ਕਰੂੰ ਮਾੜਾ ਜਿਹਾ ਸ਼ੋਕ ਬਾਈ ਉਹ ਬਾਈ ਸ਼ੋਕ ਸ਼ੋਕ ਕੀ ਹਾਲ ਨੇ ਉਹ ਬਾਬੇ ਕਿਵੇਂ ਆ ਗੁੜੀ ਨਹੀਂ ਲੈ ਕੇ ਤਾਂ ਦਵਾਈਆਂ ਵੀ ਸਟਰੋਂਗ ਆ ਨਾ ਇਹਨਾਂ ਦਾ ਕਸੂਰ ਨਹੀਂ ਹੈਗਾ ਇਹ ਰਮਤਾ ਇੱਥੇ ਕਿਵੇਂ ਆ ਗਿਆ ਅੱਗੇ ਤਾਂ ਉੱਧਰ ਪੈਣਾ ਹੁੰਦਾ ਸੀ ਕੇਸੀ ਬਾਪੂ ਕਿੱਥੇ ਆ ਕੇਸੀ ਬਾਪੂ ਉੱਧਰ ਪਹਿਲਾਂ ਕੇਸੀ ਬਾਪੂ ਹੁੰਦਾ ਸੀ ਨਾ ਇੱਥੇ ਉਹ ਕਾਹਤੋਂ ਬੈਡ ਤੇ ਚਲਾ ਗਿਆ ਤੇ ਸਰ ਆਪਣੇ ਇਹਨੂੰ ਕਰ ਸਕਦਾ ਆਪਣੇ ਪ੍ਰੇਮ ਠੀਕ ਹੋ ਕੇ ਪੈ ਠੀਕ ਹੋ ਕੇ ਪੈ ਸਰਾਣਾ ਲਾ ਲਾ ਠੀਕ ਹੋ ਕੇ ਪੈ ਜਾ ਆ ਬਿਸਤਰਾ ਠੀਕ ਕਰ ਮੜੀਆ ਸਾਹਿਬ ਕਿੱਥੇ ਗਏ ਹਾਂ ਮਿੱਠਾ ਜੀ ਉਹ ਲੈਟ ਬਣਾਈ ਆ ਦੇਖੋ ਜੀ ਇਹ ਬੰਦਾ ਸਾਡਾ ਕੁਰਸੀ 'ਤੇ ਸੌਂਦਾ ਇਹਨੂੰ 4 ਸਾਲ ਹੋ ਗਏ ਸਾਡੇ ਕੋਲ ਆਏ ਨੂੰ ਮਿੰਨਤਾਂ ਕਰ ਕਰ ਹੰਭ ਕੇ ਧੱਕੇ ਨਾ ਮੰਜੇ 'ਤੇ ਵੀ ਪਾਇਆ ਫੜ ਫੜ ਕੇ ਪਰ ਨਹੀਂ ਇਹਨੇ 2 ਕੁਰਸੀਆਂ ਜੋੜ ਲੈਣੀਆਂ ਅਤੇ ਇਹਨੇ ਆ 2 ਕੰਬਲ ਲੈਣੇ ਆ ਅਤੇ ਇਹਦੇ ਉੱਤੇ ਪੈ ਜਾਵਾਂ ਚਾਹੇ ਮੈਂ ਬਾਪੂ ਮੰਜੇ 'ਤੇ ਪੈ ਜਾ ਬਸ ਇਹ ਮੜੀਆ ਸਾਹਿਬ ਨੇ ਸਾਡੇ ਇਹਨੇ ਕੁਰਸੀਆਂ 'ਤੇ ਸੌਣਾ ਬਾਪੂ ਨੇ ਦੇਖੋ ਆ 2 ਕੁਰਸੀਆਂ ਇੱਕ 'ਤੇ ਲੱਤਾਂ ਰੱਖੀਆਂ ਹੋਈਆਂ ਨੇ ਇੱਕ 'ਤੇ ਮੈਂ 4 ਸਾਲ ਹੋ ਗਏ ਜੀ ਅਤੇ ਹਰ ਸਾਲ ਅਸੀਂ ਬਹੁਤ ਵਧੀਆ ਕੋਸ਼ਿਸ਼ਾਂ ਕਰਦੇ ਹਾਂ ਇਹਦੇ 'ਤੇ ਵੀ ਭਰਾਵਾ ਤੂੰ ਬਾਪੂ ਇੱਕ ਕੰਬਲ ਹੋਰ ਲਿਆ ਕੇ ਦੇ ਇਹਨੂੰ ਬਾਪੂ ਨੂੰ ਬਾਪੂ ਠੰਡ ਨਹੀਂ ਲੱਗਦੀ ਹੈਂ ਪੂਰਾ ਦਿਮਾਗੀ ਠੀਕ ਆ ਚਾਹ ਚੂਹ ਬਣਾ ਕੇ ਸਾਰਾ ਦਿਨ ਸੇਵਾ ਕਰਦਾ ਸਾਨੂੰ ਚਾਹ ਬਣਾ ਕੇ ਬਣਾਉਂਦਾ ਬਾਪੂ ਆਪ ਵੀ ਲੰਗਰ 'ਚ ਸੇਵਾ ਕਰਦਾ ਸਾਰਾ ਦਿਨ ਅਤੇ ਪਰ ਬਸ ਇੱਕ ਅੱਜ ਦਾ ਬਾਪੂ ਦੀ ਵੀ ਕੁਰਸੀਆਂ 'ਤੇ ਇਹੀ ਪੈਣਾ ਇੱਕ ਜਦ ਇਹਦੀ ਹੋਰ ਆ ਵੀ ਇਹਨੇ ਉੱਥੇ ਰਸੋਈ 'ਚ ਬੈਠੇ ਰਹਿਣਾ ਚੁੱਲ੍ਹੇ ਦੇ ਗੋਲੇ ਹੀ ਅਤੇ ਚਾਹ ਕਾੜ ਕਾੜ ਕੇ ਬਣਾ ਬਣਾ ਕੇ ਸਾਰਿਆਂ ਨੂੰ ਪਿਲਾਈ ਜਾਣੀ ਬਾਪੂ ਨੇ ਇਹ 2-3 ਬਾਪੂ ਪੱਕੇ ਕੰਮ ਕਰਦਾ ਸਾਡਾ ਚਲੋ ਬਸ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਇੰਨੇ ਟਾਈਮ ਤੱਕ ਸਾਡੇ ਨਾਲ ਜੁੜੇ ਰਹੇ ਆਹ ਸਾਡੀ ਮੈਡੀਸਨ ਦੀ ਲਿਸਟ ਆ ਜੀ ਰਿਕੁਆਇਰਮੈਂਟ ਸਾਡੀਆਂ ਇਹ ਕੈਂਪ ਦੀ ਦਵਾਈ ਆ ਜੀ ਜਿਹੜੀ ਅਤੇ ਆਹ ਜਿਹੜੀ ਦਵਾਈ ਆ ਇਹ ਸਾਡੀ ਇੱਥੋਂ ਦੀ ਮੈਡੀਸਨ ਆ ਜਿਹੜੀ ਸਾਨੂੰ ਇੱਥੇ ਚਾਹੀਦੇ ਹੁੰਦੇ ਮਾਸਕ ਗਲਵਸ ਜਾਂ ਇੰਜੈਕਸ਼ਨ ਜਿਹੜੇ ਹੋਸਪਿਟਲ 'ਚ ਮਰੀਜ਼ ਆ ਉਹਨਾਂ ਦੇ ਲੱਗਦੇ ਆ NSDNS ਜਿਹੜੇ ਹੈ ਨਾ ਉਹ ਚੱਲਦੇ ਸਾਰੇ ਅਤੇ ਇੱਧਰ ਟਾਈਮ ਟੇਬਲ ਲੱਗਿਆ ਕਿੰਨੇ ਮੈਂਬਰ ਆ ਟੋਟਲ ਉਹ ਲਿਖਿਆ ਹੋਇਆ ਮੈਂਬਰ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਬਣ ਕੇ ਸਾਡੇ ਟੀਮ ਦੇ ਮੈਂਬਰ ਸਾਡੇ ਸੇਵਾਦਾਰ ਬਣ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਤੇ ਰਾਤ ਦੇ 12 ਵਜੇ ਚੱਲਿਆ ਜੀ ਹੁਣ ਸਵੇਰੇ ਸਾਰਿਆਂ ਨੂੰ ਫਿਰ ਉੱਠਣਾ ਤੜਕਿਓ 5 ਵਜੇ ਸਟਾਰਟ ਹੋ ਜਾਣੀ ਹੈ ਜੀ ਸਾਡੀ ਐਕਸਰਸਾਈਜ਼ ਕਿਉਂਕਿ ਕੈਂਪ ਆ ਕੱਲ੍ਹ ਨੂੰ ਅਰਦਾਸ ਕਰਿਓ ਸਾਡੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਬਲ ਬੁੱਧੀ ਬਖਸ਼ਣ ਤੰਦਰੁਸਤੀ ਬਖਸ਼ਣ ਅਸੀਂ ਇਸ ਸੇਵਾ ਨੂੰ ਸੱਚੇ ਮਨ ਨਾਲ ਸਾਫ਼ ਨੀਤ ਨਾਲ ਨਿਭਾ ਸਕੀਏ ਜੀ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।